ਪੇ ਤੁਹਾਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪਈ ਅੱਜ ਕਿਉਂ ਤੁਹਾਨੂੰ ਅੱਗੇ ਕੀਤਾ ਗਿਆ ਔਰ ਇਹ ਕਹਿਣਾ ਪਿਆ ਕਿ ਇਹ ਲਾਸਟ ਵਾਰਨਿੰਗ ਹੈ ਸੰਭਲ ਜਾਓ ਸੁਧਰ ਜਾਓ ਨਹੀਂ ਤਾਂ ਐਕਸ਼ਨ ਲੱਕਰੂ ਉਹਨਾਂ ਲੋਕਾਂ ਨੂੰ ਖਬਰਦਾਰ ਕਰਨਾ ਚਾਹੁੰਦੇ ਆ ਜਦ ਤੱਕ ਵੀ ਸਿੰਘ ਬਰਾੜ ਸੱਜੇ ਕੱਬੇ ਅਗਦੀ ਤਰਨੂ ਮੂਲ ਕਾਂਗਰਸ ਕਦੀ ਕੋਈ ਕਾਂਗਰਸ ਕਦੀ ਕੋਈ ਚ ਤੇ ਚੱਕ ਕੇ ਲੈਣ ਕੇ ਉਹਨੂੰ ਮੋੜ ਹਲਕੇ ਦੀ ਜਿੱਥੋਂ ਮੰਗੀ ਟਿਕਟ ਉੱਥੋਂ ਦੇਦੀ ਚੰਦੂ ਮਾਇਰਾ ਸਾਹਿਬ ਇੱਕ ਦੀ ਸੰਠਾ ਦੇ ਦੋ ਦੋ ਲੜਗੇ ਹਾਂਜੀ ਪਾਰਲੀਮੈਂਟ ਵੀ ਲੜਦੀ ਹਾਂਜੀ ਬਡਾਲਾ ਸਾਹਿਬ ਉਹਨਾਂ ਨੂੰ ਮਾਨਤਾ ਦਿੱਤਾ ਇੰਦੇ ਕਿ ਪ੍ਰਧਾਨ ਹੋਰ ਕਿਉਂ ਨਹੀਂ ਕੋਈ ਹੋ ਸਕਦਾ ਸਿਰਫ ਸੁਖਬੀਰ ਸਿੰਘ ਬਾਦਲ ਹੀ ਕਿਉਂ ਜੇ ਕਿਸੇ ਦਾ ਆਸਾਨ ਹੋਏ ਨਾ ਆਸਾਨ ਫਰਾਂਗੋਸ਼ ਨਾ ਪਰ ਜ਼ਿੰਦਗੀ ਵੀ ਲੱਗਦੀ ਲਾ ਦੇ ਕੀ ਪੈਂਦਾ ਇੱਥੇ ਜ਼ਿੰਦਗੀਆਂ ਢਾ ਕੇ ਇੱਥੇ ਹਰ ਗਨੇ ਤੁਰ ਜਾਣਾ ਇਹ ਤਾਂ ਹੋਇਆ ਕਿ ਸੱਜਣਾਂ ਦਾ ਨਿਵੇਆ ਤਾਂ ਅੱਜ ਪ੍ਰੈਸ ਕਾਨਫਰੈਂਸ ਚ ਇਹ ਕਿਉਂ ਕਹਿਣਾ ਪਿਆ ਕਿ ਭਾਜਪਾ ਨਾਲ ਦਿੱਲੀ ਚ ਮੀਟਿੰਗਾਂ ਚੱਲ ਰਹੀਆਂ ਨੇ ਬਈ ਕੀ ਤੋਂ ਲੰਬਾਈ ਆ ਹਾਂਜੀ ਫਰਾਣੇ ਬੰਦੇ ਤੇ ਮੇਰੀ ਰੂਹ ਨਹੀਂ ਕਰਦੀ ਉਹਨੂੰ ਜੱਫੀ ਪਾਉਣ ਲਈ ਤੇ ਬਾਅਦ ਵਿੱਚ ਮੈਂ ਬਹਿ ਕੇ ਜਾ ਕੇ ਉਹਦੇ ਨਾਲ ਜਾ ਕੇ ਮਟਰ ਪਨੀਰ ਵੀ ਖਾਵਾ ਤੇ ਫਿਰ ਗੱਲ ਤੇ ਹੁੰਦਾ ਬੰਦਾ ਤੁਸੀਂ ਦੱਸੋ ਨਾ ਤੁਹਾਡਾ ਕਿਹੜਾ ਲੀਡਰ ਕਿਹੜਾ ਲੀਡਰ ਜਾ ਕੇ ਮੈਂ ਤਾਂ ਮੀਟਿੰਗਾਂ ਕਰ ਰਿਹਾ ਮੈਂ ਤਾਂ ਇੰਡੀਕੇਸ਼ਨ ਦਿੱਤੀ ਉਹਨੂੰ ਵੀ ਪਤਾ ਲੱਗਿਆ ਹੋਣਾ ਹੂੰ ਉਹਨੂੰ ਇਹ ਵੀ ਪਤਾ ਲੱਗਿਆ ਹੋਣਾ ਕਿ ਪਾਰਟੀ ਪ੍ਰਧਾਨ ਤੱਕ ਗੱਲ ਪਹੁੰਚ ਗਈ ਹੈ ਹਾਂਜੀ ਤੇ ਜੇ ਉਹਨੂੰ ਸਮਝਣਾ ਹੋਊ ਸਮਝੂਗਾ ਨਹੀਂ ਤੇ ਫਿਰ ਕਹਿੰਦੇ ਪ੍ਰਚਾਰਕ ਇਹ ਵੀ ਹੈ ਨਾ ਕਿ ਬਾਦਲਾ ਦੀ ਜੇਬ ਚੋਂ ਹੀ ਐਸਜੀਪੀਸੀ ਦਾ ਪ੍ਰਧਾਨ ਨਿਕਲਦਾ ਹੈ ਬਾਦਲਾਂ ਦੀ ਲਿਫਾਫਿਆਂ ਦੇ ਵਿੱਚੋਂ ਸਾਰੇ ਮੈਂਬਰ ਨਿਕਲਦੇ ਨੇ ਬਾਦਲ ਕੌਣ ਯਾਰ ਬਾਦਲ ਜਹੇਦਰ ਦੇ ਪੈਰਾਂ ਵਰਗੇ ਨਹੀਂ ਗਏ ਤੇ ਤੁਸੀਂ ਕਹਿੰਦੇ ਹੋ ਕਿ ਜਹੇਦਰ ਦੇ ਬਾਦਲਾਂ ਦੀ ਜੇਬੋਂ ਨਿਕਲਦਾ ਇਹ ਕਦੀ ਹੋ ਸਕਦਾ ਹੈ ਨਾ ਤਾਂ ਸ਼ਰੋਮਨੀ ਕਮੇਟੀ ਨੂੰ ਆਜ਼ਾਦ ਕਰਾਉਣਾ ਸਿਮਰਜੀਤ ਸਿੰਘ ਮਾਨ ਵੀ ਓਪਨਲੀ ਕਹਿੰਦੇ ਆ ਔਰ ਹੁਣ ਤਾਂ ਦਿੱਲੀ ਪਹੁੰਚ ਗਏ ਤੁਹਾਡੇ ਅਜੀਤ ਸਾਥੀ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਹੁਣੀ ਬੀਜੇਪੀ ਵਾਲੇ ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਸਾਹਮਣੇ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਹ ਕੇ ਨੇ ਲਾਈ ਸੀਗੀ ਉਹ ਸਾਡੇ ਸਾਹਮਣੇ ਉਹਨਾਂ ਜੋ ਅੱਜ ਇੱਕੋ ਬੜਾ ਰਾਂਗਰੂਪੀ ਬੜਾ ਸੋਹਣਾ ਤੇ ਦਸਤਾਰ ਵੀ ਬੜੀ ਗੋਲ ਬੰਨਦਾ ਤੇ ਵੇਖਣ ਨੂੰ ਤਾਂ ਮੇਰਾ ਕਲਾਕੀ ਪੂਰਾ ਐ ਜਾਪਦਾ ਆ ਤੇ ਕਦੀ ਤਾਰਾ ਕਦੀ ਭਪਿੰਦਰ ਸਿੰਘ ਓਡੇ ਨਾਲ ਜਾਂਦੀਆਂ ਤੇ ਕਦੀ ਜਾ ਕੇ ਖੱਟਰ ਦੇ ਨਾਲ ਰਲ ਜਾਂਦੀਆਂ ਤੇ ਕਦੀ ਜਾ ਕੇ ਅਮਰਤ ਸ਼ਾਹ ਦੇ ਚਰਨਾਂ 'ਚ ਬੈਠੇ ਹੁੰਦੇ ਐ ਤੇ ਕਹਿੰਦੇ ਅਸੀਂ ਪੰਥਕ ਆ। ਉਹ ਨਫਰਤ ਕਹਿੰਦੇ ਇਸ ਚੀਜ਼ ਦੀ ਕਰਦੇ ਨੇ ਕਿ ਬਾਦਲ ਪਰਿਵਾਰ ਨੇ ਕਬਜ਼ਾ ਕਰ ਲਿਆ। ਇਹ ਲੋਕ ਜਿਹੜੇ ਅੱਜ ਕੱਲ ਮੇਰੇ ਕੋਲ ਚੇਤਕ ਸਕੂਟਰ ਤੇ ਸੀਗੇ ਤੇ ਅੱਜ ਭਾਈ ਜੱਜਾ ਤੱਕ ਪਹੁੰਚ ਗਏ ਆ ਤੇ ਜਿਹੜੇ ਬੰਦੇ ਜੱਦੀ ਪੁਸ਼ਤੀ ਜਿਹੜੇ ਆ ਖਾਨਦਾਨੀ ਸਰਦਾਰ ਸੀਗੇ ਪੰਜਾਬ ਦੇ ਜਿਹੜੇ ਗਿਣੇ-ਚੁਣੇ 4-5 ਵੱਡੇ ਸਰਦਾਰ ਪਰਿਵਾਰ ਸੀਗੇ ਉotra ਕੀ ਕਰ ਗਿਆ ਜਾਂ ਉਹਨਾਂ ਦੇ ਆਪ ਦੇ ਕਾਰੋਬਾਰ ਨੇ ਉਹ ਬਾਦਲ ਲੁੱਟ ਕੇ ਖਾਜਾ ਬਾਦਲ ਧੁਗੇ ਮਰ ਦੇ ਅੱਛਾ ਤੁਸੀਂ ਇਹ ਦੱਸੋ ਕਿ ਸੋਸ਼ਲ ਮੀਡੀਆ ਤੇ ਕਮੈਂਟ ਪੜਦੇ ਹੋ ਤੁਸੀਂ ਜਿਹੜੇ ਕਮੈਂਟ ਆਉਂਦੇ ਆ ਪੇਜਾਂ ਦੇ ਥੱਲੇ ਤੁਹਾਡੇ ਅਕਾਲੀ ਦਲ ਦੇ ਪੇਜ ਦੇ ਥੱਲੇ ਤੁਹਾਡੇ ਪੇਜ ਦੇ ਥੱਲੇ ਜਾਂ ਹੋਰ ਥਾਵਾਂ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਫਾਂਸੀ ਦੇ ਤਖਤੇ ਤੇ ਖੜੋਤਾ ਹੂੰ ਜੋ ਸੰਤ ਜੀ ਨਾਲਸੋਂ ਦੇ ਫੋਟੋ ਵਾਲੀ ਡিপি ਲਈ ਹੁੰਦੀ ਆ ਉਹਨੂੰ ਵੀ ਕਹਿੰਦੇ ਲੈ ਡਰ ਗਿਆ ਹੀ ਅਬ ਗਿਆ ਹੀ ਹਾਜੀ ਲੱਗ ਗਿਆ ਹੀ ਥੱਲੇ ਹਾਂਜੀ ਬਣ ਗਿਆ ਚਮਚਾ ਬਾਦਲਾਂ ਦਾ ਜਿਹੜਾ ਫਾਂਸੀ ਦੇ ਤਖਤੇ ਤੇ ਟਖੜੋ ਤਾਂ ਉਹਨੂੰ ਨਹੀਂ ਬਖਸ਼ਦੇ ਤੇ ਮੇਰੇ ਅਰਗਣਜ ਸੁਖਬੀਰ ਸਿੰਘ ਬਾਦਲਾਦ ਕੇ ਸਾਡੀ ਗੱਲ ਬਖਸ਼ੀ ਕੋਈ ਨਹੀਂ ਕਿ ਕਿਸੇ ਮੰਮਾ ਕੋਈ ਕੋਈ ਲੀਡਰ ਨੇ ਪ੍ਰਚਾਰ ਨਹੀਂ ਕੀਤਾ ਸਿੱਖੀ ਦਾ ਜਸਤਿਕਾ ਦਾ ਹੋਣਾ ਚਾਹੀਦਾ ਔਰ ਲੋਕ ਕਹਿੰਦੇ ਨੇ ਕਹਿੰਦੇ ਜੋ ਅਕਾਬੀ ਦਲ ਦੀ ਦਿੱਖ ਹੁੰਦੀ ਸੀ ਜੋ ਦਸਤਾਰਾਂ ਜੋ ਖੁੱਲੇ ਦਾੜੇ ਨਜ਼ਰ ਆਉਂਦੇ ਸੀ ਹੁਣ ਤਾਂ ਕਹਿੰਦੇ ਲੀਡਰ ਹੀ ਨਹੀਂ ਉਹ ਬੱਚੇ ਉਵੇਂ ਦੇ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਕੋਈ ਵਿੰਗ ਹੋਵੇ ਤੇ ਚਾਹ ਸ਼੍ਰੋਮਣੀ ਅਕਾਲੀ ਦਲ ਉਹਦੇ ਚ ਆਉਦੇਦਾਰ ਉਹ ਹੋਊਗਾ ਜਿਹੜਾ ਸਾਫ਼ ਸੂਤ ਹੋਊਗਾ ਸ਼੍ਰੋਮਣੀ ਕਾਦੀ ਦਲ ਦੀ ਟਿਕਟ ਤੇ ਇਲੈਕਸ਼ਨ ਉਹ ਲੜ ਸਕੂਗਾ ਜਿਹੜਾ ਜੇ ਸਿੱਖ ਪਰਿਵਾਰ ਚੋਂ ਹੈ ਜਿਹੜਾ ਸਾਫ਼ ਸੂਤ ਹੈ ਇਹ ਛੱਤ ਰੱਖਦਾ ਹੈ ਇਹ ਬਣਾ ਦਿੱਤਾ ਹੈ ਹੋਰ بڑا ਕੁਛ ਹੈ ਤੁਹਾਡੇ ਸਾਹਮਣੇ ਹੌਲੀ ਹੌਲੀ ਆ ਹੀ ਜਾਣਾ ਇਸੇ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਕਹਿੰਦੇ ਕਿ ਅਕਾਲੀਆਂ ਨੇ ਕਾਂਗਰਸੀਆਂ ਨੇ ਪਰਚਾ ਪੋਲਿਟਿਕਸ ਕੀਤੀ ਹੈ ਖਾਸ ਕਰਕੇ ਅਕਾਲੀਆਂ ਨੇ ਮੈਂ ਕਹਿੰਦਾ ਜੀ ਸਾਡਾ ਗਣਾ ਇਹੀ ਹੈ ਅਸੀਂ ਗੁੰਡਾਗਰਦੀ ਕੀਤੀ ਨਹੀਂ ਅਸੀਂ ਤੁਸੀਂ ਅਕਾਲੀਆਂ ਦੀ ਸ਼ਰਾਫਤ ਵੇਖੀ ਹੈ ਜੇ ਜੈਸੀ ਗੁੰਡਾਗਰਦੀ ਕੀਤੀ ਹੁੰਦੀ ਤੇ ਮੈਂ ਕਿਹਾ ਸੁਖੀ ਰੰਦਾਵਾਂ ਤੇਰੀ ਜਰੂਰਤ ਨਾ ਪਈਦੀ ਜਿੱਥੋਂ ਤੱਕ ਤੂੰ ਗਿਆ ਨਾ ਤੇਰੀ ਜਰੂਰਤਾਂ ਪੈਂਦੀ ਜੇ ਕਾਲੀ ਦਲ ਨੇ ਗੁੰਡਾਗਰਦੀ ਕੀਤੀ ਹੁੰਦੀ ਤਾਂ ਕਿਤੇ ਕੱਕ ਨੀ ਪਕੀ ਕਾਲੀ ਦਲ ਨੂੰ ਵੀ ਬਹੁਤ ਡੈਂਟ ਪਿਆ ਬਲਟੋਹਾ ਸਾਹਿਬ ਚੱਟੇ ਨੂੰ ਲੈ ਕੇ ਵੀ ਕਾਲੀ ਦਲ ਨੂੰ ਬਹੁਤ ਲੋਕਾਂ ਨੇ ਇਸ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਤੁਸੀਂ ਪੰਜਾਬ ਦੀ ਜਵਾਨੀ ਖਾ ਗਏ ਕਾਲੀ ਦਲ ਪੰਜਾਬ ਦੀ ਜਵਾਨੀ ਖਾ ਗਿਆ ਭਾਵੇਂ ਠੀਕ ਹੈ ਤੇ ਇਲਜ਼ਾਮ ਇਹੋ ਜਿਹਾ ਲੱਗਾ ਕਿ ਉਹਦੀ ਰੂਹ ਹੁੰਦੀ ਹੋਊਗੀ ਪ੍ਰੋ ਪੰਜਾਬ ਟੀਵੀ ਦੇ ਪ੍ਰੋਗਰਾਮ ਸਿੱਧੀ ਗੱਲ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਵਿਕਰਮ ਸਿੰਘ ਮੈਂ ਹਾਂ ਗਗਨਦੀਪ ਸਿੰਘ ਔਰ ਸਿੱਧੀ ਗੱਲ ਦੇ ਵਿੱਚ ਅੱਜ ਸਿੱਧੇ ਸਵਾਲ ਹੋਣਗੇ ਅਕਾਲੀ ਲੀਡਰ ਵਿਲਸਾ ਸਿੰਘ ਵਲਟੋਹ ਵਾਲਾ ਨੂੰ ਵਲਟੋਹ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਬਹੁਤ ਮਿਹਰਬਾਨੀ ਜੀ ਥੈਂਕ ਯੂ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਲਟੋਹ ਸਾਹਿਬ ਸਿੱਧੀ ਗੱਲ 'ਚ ਔਰ ਸਿੱਧਾ ਸਵਾਲ ਅਕਾਲੀ ਦਲ ਅੱਜ ਕਿਹੜੀ ਪੋਜੀਸ਼ਨ ਤੇ ਖੜਾ ਹੋਇਆ ਹੈ ਅਕਾਲੀ ਦਲ ਦੇ ਵਿੱਚ ਚੱਲ ਕੀ ਰਿਹਾ ਹੈ ਤੇ ਦੇਖੋ ਜਿਸ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਪਹਿਲੇ ਤੇ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਰਾਸੀ ਸੱਤਾ ਵਾਸਤੇ ਨਹੀਂ ਸੀ ਬਣਿਆ। ਔਰ ਇਹਦਾ ਕੇਵਲ ਤੇ ਕੇਵਲ ਮਕਸਦ ਇਹ ਸੀ ਜਦੋਂ ਸਾਡੇ ਵੱਡ ਵਡੇਰਿਆਂ ਨੇ ਹੋਣ ਚ ਰਿਆਂਦਾ ਆ 1920 ਦੇ ਵਿੱਚ ਸ੍ਰੀ ਅਕਾਲ ਤਖਤ ਸਭ ਤੋਂ ਸਿਰਜਣਾ ਹੋਈ ਸੀ। ਇਹ ਪੰਥਕ ਤੇ ਕੌਮੀ ਹਿੱਤਾਂ ਵਾਸਤੇ ਸੀਗਾ। ਔਰ ਨਾਲ ਹੀ ਪੰਜਾਬ ਤੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਲਈ ਸੀਗਾ। ਠੀਕ ਹੈ ਕਿ ਕੌਮ ਨੇ ਰਾਜ ਭਾਗ ਝੋਲੀ ਚ ਪਾਇਆ। ਸਰਕਾਰਾਂ ਵੀ ਬਣਾਈਆਂ ਹੰਡਾਈਆਂ ਵੀ ਔਰ ਮਾਨ ਸ਼੍ਰੋਮਣਿਕਲ ਇਹਦੇ ਨੂੰ ਇਸ ਕਰਕੇ ਜੇ ਪੰਜਾਬ ਦੇ ਅੰਦਰ ਵਿਕਾਸ ਹੋਇਆ ਜੇ ਪੰਜਾਬ ਦੇ ਅੰਦਰ ਇੱਕ ਮਹਾਂਦਰਾ ਵੱਖਰਾ ਜਿਹੜਾ ਹੈ ਜਿਹੜੀ ਸਾਨੂੰ ਵਿਦੇਸ਼ਾਂ ਚ ਦਿਖ ਮਿਲਦੀ ਏ ਜੇ ਪੰਜਾਬ ਦੀ ਧਰਤੀ ਤੇ ਨਜ਼ਰ ਆਈ ਏ ਬਟਵਾ ਸਾਹਿਬ ਇੰਨਾ ਕੁਝ ਤੁਸੀਂ ਗਿਣਾ ਰਹੇ ਹੋ ਪਰ ਕੀ ਸਥਿਤੀ ਹੈ ਕਿ ਅੱਜ ਤੁਹਾਨੂੰ ਇਹ ਕਹਿਣਾ ਪਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀ ਹੈ ਔਰ ਰਹਿਣਗੇ ਔਰ ਜਿਹੜਾ ਵੀ ਕੋਈ ਇਹਨਾਂ ਦੇ ਖਿਲਾਫ ਬੋਲੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਦੇਖੋ ਇਹੋ ਜਿਹੇ ਪੋਜੀਸ਼ਨਾਂ ਪਹਿਲਾਂ ਵੀ ਸ਼ਰੋਣੀ ਗੱਲ ਕਰ ਚਾਉਂਦੇ ਰਹੀਆਂ ਚਾ ਤੁਸੀਂ ਇਹ ਤਰੋਂਡੀ ਸਾਹਿਬ ਦੇ ਵੇਲੇ ਨੂੰ ਲੈ ਕੇ ਜਹਦਰ ਮੋਹਨ ਸਿੰਘ ਤੋੜ ਦੇ ਵੇਲੇ ਨੂੰ ਲੈ ਕੇ ਲੋਂਗਵਾਲ ਸਾਹਿਬ ਨੂੰ ਤੇ ਦੁਰਜਗ ਜਹਦਰ ਜਗਦੇਵ ਸਿੰਘ ਤਲਵੰਡੀ ਨੂੰ ਲੈ ਕੇ ਉਸ ਤੋਂ ਪਹਿਲੇ ਵੀ ਜਿਹੜੇ ਪ੍ਰਧਾਨ ਸਹਿਬਾਨ ਸੀਗੇ ਉਹਨਾਂ ਦੇ ਸਮੇਂ ਜਿਉਂ ਕਈਆਂ ਸਥਿਤੀ ਜਿਹੜੀ ਹੈ ਇਹ ਇਹੋ ਜਿਹੀ ਬਣਦੀ ਰਹੀ ਹੈ ਪਰ ਉਹ ਸਥਿਤੀ ਤੋਂ ਤੇ ਜ ਬਹੁਤ ਬਚਾਇਆ ਅੱਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾ ਸੁਬੀਰ ਸਿੰਘ ਬਾਦਲੀ ਨੇ ਉਸ ਸਮੇਂ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਉੱਤੇ ਕਬਜ਼ੇ ਨੂੰ ਲੈ ਕੇ ਕਈ ਕੁਝ ਹੁੰਦਾ ਹੁੰਦਾ ਸੰਘਰਸ਼ ਹੁੰਦੇ ਹੁੰਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਸਤ ਹੰਡਾਈ ਹੈ 10 ਸਾਲ ਔਰ ਲਗਾਤਾਰ ਸਰਕਾਰ ਬਣਾਈ ਹੈ 2007 ਤੋਂ ਲੈ ਕੇ 2017 ਤੱਕ ਇਹ ਪੰਜਾਬ ਦੇ ਵਿੱਚ ਇੱਕ ਇਤਿਹਾਸ ਹੈ ਔਰ ਜੇ ਅਜਿਹੀਆਂ ਘਟਨਾਵਾਂ 2015 ਚ ਨਾ ਵਾਪਰਦੀਆਂ ਜਾਂ ਸਾਡੇ ਵਿਰੁੱਧ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਨਾ ਹੁੰਦਾ ਤੇ ਹੋ ਸਕਦਾ ਸੀ ਅਸੀਂ 2017 ਦੇ ਵਿੱਚ ਵੀ ਅਸੀਂ ਸਰਕਾਰ ਬਣਾ ਜਾਂਦੇ ਕਹਿੰਦੇ ਕਿ ਪ੍ਰਧਾਨ ਹੋਰ ਕਿਉਂ ਨਹੀਂ ਕੋਈ ਹੋ ਸਕਦਾ ਸਿਰਫ ਸੁਖਵੀਰ ਸਿੰਘ ਬਾਦਲ ਹੀ ਕਿਉਂ ਦੇਖੋ ਇੱਥੇ ਕੋਈ ਡਰਾਵਾ ਨਹੀਂ ਗਿਆ ਕਿ ਪ੍ਰਧਾਨ ਕੋਈ ਵੀ ਬਣ ਸਕਦਾ ਹੈ ਔਰ ਸ ਸੁਖਵੀਰ ਸਿੰਘ ਬਾਦਲ ਬਕਾਇਦਾ ਜਿਹੜਾ ਹੈ ਡੈਲੀਗੇਟਾਂ ਨੇ ਚੁਣਿਆ ਹੈ ਮੈਂ ਨਹੀਂ ਚੁਣਿਆ ਨਾ ਕਿਸੇ ਹੋਰ ਨੇ ਨਹੀਂ ਬਣਾਇਆ ਉਦੋਂ ਸਿਰ ਅਸਾਨ ਨਹੀਂ ਕੀਤਾ ਇਲੈਕਸ਼ਨ ਹੋਈ ਸਾਰਿਆਂ ਨੂੰ ਖੁੱਲਾ ਸੱਦਾ ਸੀਗੇ ਆਪਦੀ ਤੁਸੀਂ ਆਪ ਦਾ ਆਪਣਾ ਆਪ ਪ੍ਰਪੋਜ਼ ਕਰ ਸਕਦੇ ਜੀ ਦਾਵਾ ਕਰ ਸਕਦੇ ਜੀ ਉਦੋਂ ਤੱਕ ਕਿਸੇ ਨੇ ਦਾਵਾ ਕੀਤਾ ਨਹੀਂ ਗਿਆ ਪਰ ਦੂਸਰੀ ਗੱਲ ਜਿਹੜੀ ਹੈ 2017 ਦੀਆਂ ਚੋਣਾਂ ਹੋਈਆਂ ਬਾਦਲ ਪਰਿਵਾਰ ਤੇ ਉਦੋਂ ਵੀ ਜਿੱਤੇ ਆ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਬਾਦਲ ਪਰਿਵਾਰ ਤੇ ਉਦੋਂ ਵੀ ਜਿੱਤੇ ਆ ਹਾਂਜੀ ਐਤ ਕੀ ਠੀਕਾ ਹਾਲਾਤ ਬਣ ਗਿਆ ਜਿਹੇ ਜੀ ਚ ਬਾਦਲ ਪਰਿਵਾਰ ਹਰ ਗਿਆ ਤੇ ਜਿਹੜੇ ਬਾਕੀ ਨੇ ਜਿਹੜੇ ਗੱਲਾਂ ਕਰਦੇ ਨੇ ਉਹ ਤਾਂ ਸੱਜੇ ਖੱਬੇ ਉਦੋਂ ਸਾਰੇ ਇਲੈਕਸ਼ਨ ਹਰਗੇਗੇ ਤੇ ਹੁਣ ਵੀ ਹਰਗੇ ਆ ਇਸ ਕਰਕੇ ਜਿਹੜੀਆਂ ਗੱਲਾਂ ਇਹ ਕਰਦੀਆਂ ਕਿ ਇਲੈਕਸ਼ਨ ਹਰਗੇ ਇਲੈਕਸ਼ਨ ਹਰ ਜਾਣਾ ਵਕਰੀ ਗੱਲ ਆ ਉਹਦੇ ਪਿੱਛੇ ਕਾਰਨ ਇਹ ਵੀ ਹੈਗਾ ਕਿ ਅਸੀਂ ਜਿਹੜਾ ਆ ਸਾਡਾ ਰਾਜਨੀਤਿਕ ਗੱਠ ਜੁੜਾ ਅਸੀਂ ਡਿਪੈਂਡ ਰਿਹਾ ਆ ਬੀਜੇਪੀ ਦੇ ਉੱਤੇ ਤੇ ਭਾਵੇਂ ਅਸੀਂ ਸਾਡਾ ਨੁਕਸਾਨ ਹੋ ਗਿਆ ਪਰ ਅਸੀਂ ਅਸੂਲਾ ਕਰਕੇ ਪੰਜਾਬ ਦੇ ਮੁੱਦਿਆਂ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਨਾਤਾ ਤੋੜਿਆ ਭਾਵੇਂ ਕਿ ਅਸੀਂ ਚੋਣਾਂ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਗੱਠਜੋੜ ਕਰ ਸਕਦੇ ਸੀ ਜਦੋਂ ਉਹ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਰਹੇ ਸੀਗੇ ਅ ਔਰ ਮਾਫੀ ਮੰਗ ਲਈ ਸੀਗੀ ਅਸੀਂ ਉਸ ਸਮੇਂ ਗੱਠਜੋੜ ਕਰ ਸਕਦੇ ਸੀ ਪਰ ਅਸੀਂ ਹੋਰ ਹਿੱਤਾਂ ਨੂੰ ਮੁੱਖ ਰੱਖਦੇ ਹਾਂ ਪੰਜਾਬ ਪ੍ਰਤੀ ਉਹਨਾਂ ਦੀ ਪਾਲਿਸੀ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਅਸੀਂ ਉਹਨਾਂ ਨਾਲ ਗੱਠਜੋੜ ਕਰਨਾ ਮناسب ਨਹੀਂ ਸਮਝਿਆ ਉਹਦੇ ਕਰਕੇ ਵੀ ਸਰਦਾਰ ਸਾਹਿਬ ਜੀਹਾ ਗੱਠਜੋੜ ਤੋੜਨ ਦਾ ਫਾਇਦਾ ਹੀ ਕੀ ਹੋਇਆ ਜਿੱਥੇ ਤੁਸੀਂ ਦੁਬਾਰਾ ਜਾ ਕੇ ਉਹਨਾਂ ਨੂੰ ਹੀ ਵੋਟ ਪਾ ਜਾਂਦੇ ਹੋ ਉਹਨਾਂ ਨੂੰ ਹੀ ਸਮਰਥਨ ਦੇ ਦਿੰਦੇ ਔਰ ਤੁਹਾਡੇ ਹੀ ਪਾਰਟੀ ਦੇ ਇੱਕੋ ਇੱਕ ਵਿਧਾਇਕ ਜੇ ਆਪਾਂ ਗੱਲ ਕਰੀਏ ਮਨਪੀਤੇ ਆਲੀ ਉਹਨਾਂ ਦੀ ਉਹੀ ਨਾਰਾਜ਼ ਹੋ ਜਾਂਦੇ ਨੇ ਕਹਿੰਦੇ ਇਹ ਤਾਂ ਬੀਜੇਪੀ ਦੀ ਝੋਲੀ ਦੇ ਵਿੱਚ ਬੈਠਣ ਵਾਲੀ ਗੱਲ ਹੋ ਗਈ। ਲਗਭਗ ਦੇਖੋ ਪਹਿਲੀ ਤੇ ਗੱਲ ਹੈ ਕਿ ਦੋ ਉਮੀਦਵਾਰ ਸੀਗੇ। ਇੱਕ ਐਨਡੀਏ ਦੇ ਸੀਗੇ ਸ਼੍ਰੀਮਤੀ ਦ੍ਰੋਪਦੀ ਮੁਰਮੂ। ਦੂਸਰੇ ਬੰਨੇ ਸੀ ਕਾਂਗਰਸ ਸਪੌਂਸਰਡ ਜਸਵੰਤ सिन्हा। ਕਾਂਗਰਸ ਨਾਲ ਤਾਂ ਅਸੀਂ ਜਾਣੀ ਸਕਦੇ। ਦੂਜੇ ਬੰਨੇ ਭਾਰਤੀ ਜਨਤਾ ਪਾਰਟੀ ਤੇ ਸਾਨੂੰ ਲਾਂਬੇ ਸੀਗੇ ਗਿਲੇ ਸੀ ਸ਼ਿਕਵੇ ਸੀ ਸ਼ਿਕਾਇਤਾਂ ਸੀਗੀਆਂ ਦ੍ਰੋਪਦੀ ਮੁਰਮੂ ਜੀ ਨੇ ਆਪ ਟੈਲੀਫੋਨਿਕਲੀ ਆਪ ਸੰਪਰਕ ਕੀਤਾ ਆਪ ਰਿਕਵੈਸਟ ਕੀਤੀ ਜੇਪੀ ਨੱਡਾ ਜੀ ਨੇ ਰਿਕਵੈਸਟ ਕੀਤੀ ਕਿ ਤੁਹਾਡੇ ਕੋਲੇ ਆ ਰਹੇ ਨੇ ਔਰ ਫੇਰ ਪਾਰਟੀ ਨੇ ਵਿਚਾਰਨ ਤੋਂ ਬਾਅਦ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਨਹੀਂ ਕਰ ਰਹੇ ਜਿਸ ਦਿਨ ਸਪੋਰਟ ਕੀਤੀ ਹੈ ਬਕਾਇਦਾ ਸ਼ਬਦ ਕਹਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਨਹੀਂ ਕਰ ਰਹੇ ਅਸੀਂ ਸ਼੍ਰੀਮਤੀ ਦਰੋਪਦੀ ਮੁਰਮੂ ਦੀ ਕਰ ਰਹੇ ਹਾਂ ਕਿਉਂਕਿ ਇੱਕ ਕਬਾਈਲੀ ਨੇ ਇੱਕ ਪਛੜੇ ਵਰਗ ਤੋਂ ਆ ਰਹੇ ਨੇ ਇੱਕ ਜਿਸ ਘਰਾਣੇ ਤੋਂ ਜਿਸ ਥਾਂ ਤੋਂ ਉੱਠੇ ਨੇ ਔਰ ਉਹ ਲੋਕਾਂ ਦੀਆਂ ਦੁਖਤ ਕਲੀਫਾਂ ਬਿਹਤਰ ਸਮਝਦੇ ਹੈ ਘੱਟ ਗਿਣਤੀਆਂ ਚੋਂ ਸਾਡੀ ਕੈਂਡੀਡੇਟ ਤਾਂ ਬੀਜੇਪੀ ਦੇ ਨੇ ਨਹੀਂ ਮੇਰੀ ਮੇਰੀ ਬੇਨਤੀ ਸੁਣ ਲਓ ਜੀ ਕਾਂਗਰਸ ਨਾਲ ਪਾਸੇ ਤੇ ਨਹੀਂ ਜਾਇ ਨਹੀਂ ਸਕਦੇ ਬੈਕਸਟੈਪ ਵੀ ਕਰ ਸਕਦੇ ਸੀ ਡੈਮੋਕ੍ਰੇਸੀ ਦੇ ਵਿੱਚ ਮੈਂ ਬੇਨਤੀ ਕਰੂੰਗਾ ਕਿ ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਹੈ ਵੋਟ ਪਾਉਣੀ ਚਾਹੀਦੀ ਹੈ ਔਰ ਦੂਸਰੀ ਗੱਲ ਜਿਹੜੀ ਆ ਅਸੀਂ ਤੇ ਇਸ ਕਰਕੇ ਕਿਤੇ ਫਿਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਡੇ ਬੜੇ ਸਤਿਕਾਰਯੋਗ ਨੇ ਸਮਨਪ੍ਰੀਤ ਸਿੰਘ ਵਾਲੀ ਛੋਟਾ ਵੀਰ ਹੈ ਮੇਰਾ ਬੜਾ ਹੌਣ ਹਾਰਿਆ ਗੱਲ ਇਹ ਹੈ ਕਿ ਜਿਸ ਦਿਨ ਪਾਰਟੀ ਨੇ ਫੈਸਲਾ ਕੀਤਾ ਸੀ ਫੈਸਲਾ ਤੇ ਉਸ ਦਿਨ ਹੀ ਉਸੇ ਟਾਈਮ ਐਲਾਨ ਹੋ ਗਿਆ ਸੀਗਾ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਜਦੋਂ ਮੀਟਿੰਗ ਹੋਊਗੀ ਕੋਰ ਕਮੇਟੀ ਨੇ ਫੈਸਲਾ ਕਰਕੇ ਐਲਾਨ ਕਰ ਦਿੱਤਾ ਤੁਸੀਂ ਉਦੋਂ ਸ਼ਾਮ ਨੂੰ ਕਿੰਤੂ ਪਰੰਤੂ ਕਰਦੇ ਹੋ ਤੁਸੀਂ ਆਣ ਕੇ ਪ੍ਰਧਾਨ ਨੂੰ ਪਹਿਲਾਂ ਦੱਸ ਦਿਓ ਜੇ ਜਦੋਂ ਰਾਸ਼ਟਰਪਤੀ ਚੋਣ ਐਲਾਨ ਹੋਈ ਉਸ ਸਮੇਂ ਆਪਣੀ رائے ਦੇ ਦਿਓ ਜੀ ਜਦੋਂ ਕੋਰ ਕਮੇਟੀ ਨੇ ਡਿਸਾਈਡ ਕਰਨਾ ਹੈ ਉਹਨਾਂ ਨੇ ਕਰ ਲਿਆ ਪ੍ਰਧਾਨ ਨੇ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਵੀ ਨਹੀਂ ਤੁਸੀਂ ਕਰਦੇ ਤੁਸੀਂ 10 ਦਿਨ ਉਸ ਤਰ੍ਹਾਂ ਕੱਢ ਦਿੰਦੇ ਜੇ ਤੇ ਜਿਸ ਦਿਨ ਵੋਟਾਂ ਪੈ ਰਹੀਆਂ ਤੇ ਦੁਪਹਿਰ ਬਾਅਦ ਜਦੋਂ ਐਵੇਂ ਗਿਣਤੀ ਦਾ ਸਮਾਂ ਰਹਿ ਗਿਆ ਸੀਗਾ ਉਸ ਸਮੇਂ ਤੁਸੀਂ ਲਾਈਵ ਹੋ ਕੇ ਕਹਿੰਦੇ ਜੇ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਇਹ 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 ਦਿੱਤੇ ਕੀ ਸਵਾਲ ਉੱਠਣਗੇ ਸਵਾਲ ਤੇ ਉੱਠਣਗੇ ਨਾ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਇਹਦੇ ਉੱਤੇ ਕਿੰਤ ਪਰੰਤੂ ਕੀਤਾ ਫਿਰ ਦੂਸਰੀ ਗੱਲ ਜਿਹੜੀ ਹੈ ਸਭ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੂੰ ਜਿਸ ਦਿਨ ਭਾਵੇਂ ਸਾਡੇ ਐਮ ਐਲ ਏ ਤੇ ਨਹੀਂ ਹੈ ਜੇ ਅਸੀਂ ਉੱਥੇ ਗਰੁੱਪ ਲੀਡਰ ਬਣਾਇਆ ਹਾਊਸ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਮਨਪ੍ਰੀਤ ਸਿੰਘ ਯਾਲੀ ਹੁਰੀ ਕਹਿ ਦੇਣਾ ਕਿ ਉਹਨਾਂ ਨੇ ਕੋਈ ਮੰਗ ਕੀਤੀ ਸੀ ਜਾਂ ਉਹਨਾਂ ਨੂੰ ਦੱਸਿਆ ਗਿਆ ਵੀ ਤੈਨੂੰ ਬਣਾ ਰਹੇ ਆ ਆਪਣੇ ਆ ਪਾਰਟੀ ਨੇ ਸਮਝਦੇ ਹੋਇਆ ਐਲਾਨ ਕੀਤਾ ਉਹਨਾਂ ਨੂੰ ਗਰੁੱਪ ਲੀਡਰ ਬਣਾਇਆ ਹੁਣ ਅੱਗੇ ਕੀ ਹੈ ਕਿ ਪਾਰਟੀ ਦਾ ਜਾਬਤ ਕੋਈ ਵੀ ਪਾਰਟੀ ਹੈ ਜਾਬਤੇ ਤੋਂ ਬਣਾਨੀ ਚੱਲ ਸਕਦੀ ਮੈਂ ਕੱਲ ਅਕਾਲੀ ਦਲ ਦੀ ਗੱਲ ਨਹੀਂ ਕਰਦਾ ਹਰ ਇੱਕ ਪਾਰਟੀ ਦੇ ਉੱਤੇ ਜਾਬਤਾ ਆ ਉਹਦਾ ਇੱਕ ਸਿਸਟਮ ਹੈ ਕੀ ਲਗਾ ਪਾਰਟੀ ਚ ਹੁਣ ਜਾਬਤਾ ਨਹੀਂ ਹੈ ਨਹੀਂ ਇਹੋ ਜਿ ਕਰ ਕੋਈ ਨਹੀਂ ਨਿੱਕੀਆਂ ਮੁੱਟੀਆਂ ਤੇ ਗੱਲਾਂ ਅਸੀਂ ਜਿਉਂ ਜਮੇ ਅਸੀਂ ਅਕਾਲੀ ਦਲ ਚ ਹੀ ਰਹੇ ਹਾਂ ਨਿੱਕੇ ਨਿੱਕੇ ਹੁੰਦੇ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਕਾਲੀ ਸਿਆਸਤ ਵੇਂਦੇ ਰਹੇ ਜਦੋਂ ਸਾਡੇ ਬਾਪੂ ਜਿਹੜੇ ਆ ਖਾਕੀ ਝੋਲਾ ਫੜ ਕੇ ਅਕਾਲੀ ਦਲ ਦੇ ਮੀਟਿੰਗਾਂ ਤੇ ਜਾਂਦੇ ਹੁੰਦੇ ਸੀਗੇ ਅਸੀਂ ਤੇ ਉਦੋਂ ਵੇਂਦੇ ਰਹੇ ਫਿਰ ਤੁਹਾਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪਈ ਅੱਜ ਕਿਉਂ ਤੁਹਾਨੂੰ ਅੱਗੇ ਕੀਤਾ ਗਿਆ ਔਰ ਇਹ ਕਹਿਣਾ ਪਿਆ ਦੇਖੋ ਅਸੀਂ ਕੱਲਾ ਪਾਰਟੀ ਜਾਬਤੇ ਦੀ ਜਾਂ ਆਪਦੇ ਜਿਹੜੇ ਸਾਡੇ ਆਗੂ ਸੇ ਬਾਣ ਉਹਨਾਂ ਨੂੰ ਕੱਲਾ ਪਾਰਟੀ ਵੱਲੋਂ ਸੰਦੇਸ਼ ਨਹੀਂ ਦਿੱਤਾ ਅਸੀਂ ਵਿਰੋਧੀਆਂ ਨੂੰ ਦਿੱਤਾ ਹੈ ਜਿਹੜੇ ਵਿਰੋਧੀ ਘੜੀ ਦੇ ਪਿੱਛੋਂ ਸੁਖਬੀਰ ਤੋਂ ਬਾਦਲ ਅਸਤੀਫਾ ਦੇਵੇ ਜੀ ਸੁਖਬੀਰ ਸੁਬਾਦਰ ਪਾਸੇ ਹੋ ਜਾਏ ਕਾਲੀ ਦਲ ਬਾਜੂਗਾ ਤੁਸੀਂ ਦੱਸੋ ਕਿ ਸ਼੍ਰੋਮਣੀ ਕਾਲੀ ਦਲ ਦੇ ਵਿਰੋਧੀ ਹੋਣ ਉਹ ਕਹਿੰਣ ਸ਼੍ਰੋਮਣੀ ਕਾਲੀ ਦਲ ਤਦ ਬਾਜੂਗਾ ਬਾਦਲ ਪਾਸੇ ਕਰ ਦਿਓ ਉਹ ਜਿਹੜਾ ਵਿਰੋਧੀ ਜਦੋਂ ਇਹੋ ਜੀ ਸਲਾਹ ਦੇਊਗਾ ਇਹਦਾ ਮਤਲਬ ਬਾਦਲਾਂ ਤੋਂ ਡਰ ਲੱਗਦਾ ਹੈ ਨਾ ਬਾਦਲਾਂ ਦੀ ਇੱਕ ਵਾਈ ਤੋਂ ਡਰ ਲੱਗਦਾ ਹੈ ਨਾ ਵੀ ਇਹ ਰਹੇ ਤੇ ਅਕਾਲੀ ਦਲ ਦਾ ਧੁਰਾ ਬਣਿਆ ਰਹਿਣਾ ਹੈ ਅਕਾਲੀ ਦਲ ਮਜ਼ਬੂਤ ਹੋ ਸਕਦਾ ਠੀਕ ਹੈ ਕਿ ਅੱਜ ਉਤਰਾਚੜਾ ਚੱਲ ਰਿਹਾ ਹੈ ਤੇ ਜੇ ਇਹ ਪਾਸੇ ਹੋ ਜਾਂਦੇ ਤੇ ਅਕਾਲੀ ਦਲ ਖਖੜੀਆਂ ਘਰੇਲੇ ਹੋ ਜੂ ਬਲਟੋ ਜੀ ਸਵਾਲ ਲੋਕ ਇਹ ਪੁੱਛਦੇ ਆ ਕਹਿੰਦੇ ਕਿ ਸਿਰਫ ਔਰ ਸਿਰਫ ਇੱਕ ਹੀ ਪ੍ਰਧਾਨ ਹੈ ਕਹਿੰਦੇ ਇੱਕ ਹੀ ਬੰਦਾ ਹੈ ਹੋਰ ਕੋਈ ਹੈ ਨਹੀਂ ਕੈਪੇਬਲ ਬੰਦਾ ਵਰਸਾ ਸਿੰਘ ਬਲਟੋ ਹੋਣ ਸਕੰਦਰ ਸਿੰਘ ਮਲੂਕਾ ਹੋਣ ਜਾਂ ਹੋਰ ਵੀ ਬਹੁਤ ਸਾਰੇ ਅਕਾਲੀ ਆਗੂ ਹੈਗੇ ਆ ਕਿਉਂ ਨਹੀਂ ਕੈਪੇਬ ਮਰੇ ਕੋ ਸਵਾਲ ਹੈ ਮੈਨਿਕਿੰਦਕੇ ਯੋਗ ਨਹੀਂ ਹੋਣਗੇ ਹੋ ਸਕਦਾ ਕਿ ਬਿਹਤਰ ਤੋਂ ਬਿਹਤਰ ਹੁੰਦੇ ਹੈ ਪਰ ਇੱਕ ਹੁੰਦੀ ਹੈ ਕਮਾਂਡ ਹੋ ਸਕਦਾ ਕਿ ਇੱਕ ਸਿਪਾਹੀ ਬਹੁਤ ਸਿਆਣਾ ਹੋਵੇ ਜਰਨੈਲ ਕਾਦੇ ਹਸਤੇ ਹੁੰਦਾ ਜਰਨੈਲ ਦੀ ਇੱਕ ਜਿਹੜੀ ਜਿਹੜੀ ਬਣੀ ਹੁੰਦੀ ਹੈ ਨਾ ਪੀ ਜਰਨੈਲ ਦਾ ਹੁਕਮ ਚੱਲੂਗਾ ਜੀ ਉਹ ਇਸ ਕਰਕੇ ਇੱਕ ਜਰਨੈਲ ਜਦੋਂ ਚੁਣ ਲਿਆ ਜਾਂਦਾ ਨਾ ਉਹ ਜਰਨਲ ਦੇ ਨਾਲ ਤੁਹਾਡੀ ਭਾਵਨਾਤਮਕ ਤੌਰ ਤੇ ਤੁਸੀਂ ਜੁੜ ਜਾਂਦੇ ਜੇ ਸਾਰੇ ਜਿਹੜੇ ਇੱਕ ਧੁਰਾ ਬਣ ਜਾਂਦਾ ਹੈ ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਦੇਖੋ ਮੈਂ ਤੁਹਾਨੂੰ ਵੀ ਸਵਾਲ ਕਰੂੰਗਾ ਜਾਂ ਜਿਹੜੇ ਹੋਰ ਲੋਕ ਸਵਾਲ ਕਰਦੇ ਆ ਕਿ ਠੀਕ ਹੈ ਕਿ ਜਿੱਤਾਂ ਵੀ ਹੋਈਆਂ ਤੇ ਹਾਰਾਂ ਵੀ ਹੋਈਆਂ ਸਰ ਸੁਬੀਰ ਸਿੰਘ ਬਾਦਲ ਚ ਕਮੀ ਕੀ ਹੈ ਲੋਕ ਕਹਿੰਦੇ ਨੇ ਲੋਕ ਨਫ਼ਰਤ ਕਹਿੰਦੇ ਇਸ ਚੀਜ਼ ਦੀ ਕਰਦੇ ਨੇ ਕਿ ਬਾਦਲ ਪਰਿਵਾਰ ਨੇ ਕਬਜ਼ਾ ਕਰ ਲਿੱਤਾ ਹੈ ਕਹਿੰਦੇ ਅਕਾਲੀ ਦਲ ਤੋਂ ਕੋਈ ਸਾਨੂੰ ਡਰ ਨਹੀਂ ਸਾਨੂੰ ਅਕਾਲੀ ਦਲ ਤੋਂ ਕੋਈ ਦੁੱਖ ਨਹੀਂ ਹੈ ਕੋਈ ਦਰਦ ਨਹੀਂ ਹੈ ਕੋਈ ਸਾਨੂੰ ਉਹਨਾਂ ਤੋਂ ਗੁੱਸਾ ਨਹੀਂ ਹੈ ਕਹਿੰਦੇ ਬਾਦਲ ਪਰਿਵਾਰ ਤੋਂ ਨਫ਼ਰਤ ਜ਼ਰੂਰ ਹੈ ਇਹ ਲੋਕਾਂ ਦੀ ਪਰਸੈਪਸ਼ਨ ਹੈ ਜਿਨ੍ਹਾਂ ਕਾ ਅਸੀਂ ਵੀ ਸਮਝਦੇ ਹਾਂ ਔਰ ਤੁਸੀਂ ਵੀ ਝੁੰਡਾ ਕਮੇਟੀ ਦੀ ਰਿਪੋਰਟ ਦੀਆਂ ਫਾਈਂਡਿੰਗ ਸਮਝੀਆਂ ਹੋਣਗੀਆਂ ਦੇਖੀਆਂ ਹੋਣਗੀਆਂ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਉਸ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਝੁੰਡਾ ਕਮੇਟੀ ਬਣਾਈ ਹੈ ਉਹ ਕਹਿੰਦੇ ਡੈਰੀਆਂ ਭਰ ਗਿਆ ਉਹਨਾਂ ਦੇ ਸੁਝਾਅ ਤਾਂ ਇੱਕ ਵਾਰ ਦੇਖੋ ਕੀ ਕਹਿੰ ਮੈਂ ਕਮੇਟੀ ਦਾ ਮੈਂਬਰ ਹਾਂ ਇੱਕ ਮੈਂ ਵੀ ਦੱਸਾਂ ਜਿਹੜੀ ਰਿਪੋਰਟ ਲਿਖੀ ਹੈ ਨਾ 42 ਸੁਜੈਸ਼ਨ ਜਨੇ ਉਹਦੇ ਚ ਜਿਹਦੇ ਚ ਜਿਹੜੇ ਸਟੈਪ ਚੁੱਕਣੇ ਆ ਉਹ ਹੈ ਇੱਕ ਸਾਡੇ ਅੰਦਰ ਜਿਹੜੇ ਸੁਧਾਰ ਕਰਨ ਵਾਲੇ ਉਹ ਹੈ ਇੱਕ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਹੈ ਇਹ 42 ਨੇ ਉਹ 42 ਦੀ 42 ਦੀ ਜਿਹੜੀ ਸ਼ਬਦਾਂ ਚ ਲਿਖੀ ਹੋਈ ਹੈ ਉਹ ਮੇਰੇ ਸ਼ਬਦ ਨੇ ਮੇਰੇ ਹੱਥੀ ਲਿਖੇ ਹੈ ਮੇਰੇ ਹੱਥੀਂ ਲਿਖਿਆ ਹੋਇਆ ਇਹਨੂੰ ਟਾਈਪ ਕੀਤਾ ਗਿਆ ਹੈ। ਔਰ ਜਿਹੜਾ ਵੀ ਜੋ ਕੁਝ ਵੀ ਲਿਖਿਆ ਗਿਆ ਲਿਖਣ ਤੋਂ ਬਾਅਦ ਸਾਰਿਆਂ ਦੀ ਇਕੱਲੇ-ਕੱਲੇ ਸ਼ਬਦ ਤੇ ਇਕੱਲੀ-ਕੱਲੀ ਲਾਈਨ ਤੇ ਪ੍ਰਵਾਨਗੀ ਲਈ ਗਈ ਹੈ। ਔਰ ਉਸ ਪ੍ਰਵਾਨਗੀ ਲੈਣ ਤੋਂ ਬਾਅਦ ਹੀ ਉਹਨੂੰ ਅਮਲੀ ਰੂਪ ਦਿੱਤਾ ਗਿਆ ਤੇ ਸਰਬਸੰਮਤੀ ਦੇ ਨਾਲ ਰਿਪੋਰਟ ਤਿਆਰ ਹੋਈ ਹੈ। ਕੋਈ ਇਹ ਨਹੀਂ ਕਿ ਵਿਰਸਾ ਸਿੰਘ ਬਲਟੋਹਾ ਨੇ ਤਿਆਰ ਕਰਤੀ ਜਾਂ ਕਿਸੇ ਹੋਰ ਨੇ ਤਿਆਰ ਕਰਤੀ। 13 ਬੰਦੇ ਅਸੀਂ ਸਾਨੂੰ ਕਈ ਮਸਲਿਆਂ ਤੇ ਸਾਡੀ ਜਿਹੜੀ ਆਪਸੀ ਸਹਿਮਤੀ ਨਹੀਂ ਸੀ ਹੈਗੀ। ਮਤਲਬ ਦੋ ਤਰ੍ਹਾਂ ਮਸਲੇ ਸੀਗੇ ਬਾਕੀ ਬਹੁਤ ਲਗਭਗ ਸਾਰਿਆਂ ਤੇ ਸਹਿਮਤੀ ਸੀਗੀ ਹਾਂਜੀ ਕਿਸੇ ਨੇ ਕੋਈ ਵਿਚਾਰ ਦੇ ਦਿੱਤਾ ਚੰਗਾ ਜੀ ਇਹਦਾ ਵਿਚਾਰ ਵਧੀਆ ਹੈ ਜਿੱਥੇ ਸਾਡੇ ਆਪਸ ਵਿੱਚ ਵਿਚਾਰਾਂ ਦੀ મતਭੇਦ ਆਏ ਖਾਸ ਕਰਕੇ ਇੱਕ ਦੋ ਮਸਲਿਆਂ ਨੂੰ ਅਸੀਂ ਉਸ ਮਸਲੇ ਨੂੰ ਲੈ ਕੇ ਤਿੰਨ ਚਾਰ ਮੀਟਿੰਗਾਂ ਕੀਤੀਆਂ ਫਿਰ ਉਹਦੇ ਉੱਤੇ ਸਹਿਮਤੀ ਬਣਾ ਕੇ ਜੋ ਸਾਂਝੀ ਸਹਿਮਤੀ ਬਣੀ ਉਹ ਅਸੀਂ ਰਿਪੋਰਟ 'ਚ ਅੰਦਰਾਜ ਕੀਤਾ ਇੱਕ ਵੀ ਸ਼ਬਦ ਜਿਹੜਾ ਆਪਸੀ ਸਹਿਮਤੀ 13 ਮੈਂਬਰਾਂ ਦੀ ਤੋ ਬਿਣਾ ਨਹੀਂ ਉਹਦੇ ਚ ਇੱਕ ਵੀ ਨਹੀਂ ਹੈਗਾ ਗੱਲਾਂ ਕੋਈ ਕਰੀ ਜਾਵੇ ਸੱਜੇ ਫਿਰ ਹੁਣ ਕਿਉਂ ਸਵਾਲ ਉੱਠ ਰਹੇ ਨੇ ਕਿ ਸਮੀਖਿਆ ਕਮੇਟੀ ਕੋਲ ਨਹੀਂ ਗਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਫਿਰ ਕਿਉਂ ਨਾਰਾਜ਼ ਹੋ ਜਾਂਦੇ ਨੇ ਦੇਖੋ ਇਹ ਤਾਂ ਚੰਦੂ ਮਾਇਰਾ ਸਾਹਿਬ ਦੱਸ ਸਕਦੇ ਪਰ ਜਿਸ ਤੱਕ ਸਮੀਖਿਆ ਕਮੇਟੀ ਦੀ ਗੱਲ ਉਹ ਮੈਂ ਐਕਸਪਲੇਨ ਕਰ ਦਿੰਦਾ 2022 ਦੀਆਂ ਹਾਰਾਂ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਨੇ ਇੱਕ ਪਰਚੋਲ ਕਮੇਟੀ ਬਣਾਈ ਜਿਹਨੂੰ ਸਮੀਖਿਆ ਕਮੇਟੀ ਵੀ ਕਹਿੰਦੇ ਹਨ ਉਹ ਚ 12 ਮੈਂਬਰ ਬਣਾਈ ਜਿਹੜੇ 12 ਦੇ 12 ਮੈਂਬਰ ਸੀ ਸਾਰੇ ਕੋਰ ਕਮੇਟੀ ਦੇ ਮੈਂਬਰ ਸੀ ਸਾਰੇ ਜਿੰਨੇ ਸੀਗੇ ਉਹ ਚ ਕੋਰ ਕਮੇਟੀ ਦੀ ਉਹ ਕੋਰ ਕਮੇਟੀ ਕਿਉਂ ਨਹੀਂ ਲੋਕਾਂ ਚ ਗਈ ਜਾਂ ਕਿਹੜੇ ਕਾਰਨਾ ਕਰਕੇ ਨਹੀਂ ਗਈ ਇਹ ਉਹੀ ਦੱਸ ਸਕਦੇ ਆ ਉਹਨਾਂ ਨੇ ਜਿਹੜੀ ਆਪ ਦੀ ਜ਼ਿੰਮੇਵਾਰੀ ਹੈ ਅੱਗੇ ਕਮੇਟੀ ਬਣਾਤੀ ਜਿਹੜੀ ਸਾਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਥੱਲੇ ਤੇ ਜੀਚ 12 ਮੈਂਬਰ ਹੋਰ ਪਾਤੇ ਤੇ 13 ਮੈਂਬਰੀ ਕਮੇਟੀ ਬਣ ਗਈ ਅਸੀਂ 100 ਹਲਕਿਆਂ ਚ ਗਏ ਤੇ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਕਿ ਕੱਲੀ-ਕੱਲੀ ਵਿਚਾਰ ਕੇ ਗੱਲ 13 ਨੇ ਸਰਬਸੰਮਤੀ ਦੇ ਨਾਲ ਸਹਿਮਤੀ ਦੇ ਨਾਲ ਰਿਪੋਰਟ ਤਿਆਰ ਕਰਕੇ ਪਾਰਟੀ ਦੇ ਪੇਸ਼ ਕਰਤੀ। ਉਹ ਰਿਪੋਰਟ ਜਿਹੜੀ ਆ ਕੋਰ ਕਮੇਟੀ ਚ ਗਈ। ਕੋਰ ਕਮੇਟੀ ਚ ਕਿਉਂ ਗਈ? ਵੀ ਸਮੀਖਿਆ ਕਮੇਟੀ ਚ ਕਿਉਂ ਨਹੀਂ ਗਈ? ਕਿਉਂਕਿ ਉਹ ਸਾਰੇ ਦੇ ਸਾਰੇ ਮੈਂਬਰ ਜਿਹੜੇ ਸੀ ਉਹ ਕੋਰ ਕਮੇਟੀ ਦਾ ਹਿੱਸਾ ਸੀਗੇ। ਉਹ ਉਹੀ ਮੈਂਬਰ ਸੀ ਜਿਹੜੇ ਕੋਰ ਕਮੇਟੀ ਸੀਗੇ ਉਸੇ ਕੋਰ ਕਮੇਟੀ 'ਚ ਜਿਹੜੇ ਸਮੀਖਿਆ ਕਉਟੀ ਦੇ ਮੈਂਬਰ ਸੀ ਉਹਨਾਂ ਦੇ ਸਾਹਮਣੇ ਰਿਪੋਰਟ ਪੇਸ਼ ਹੋਈ ਕੱਲੇ ਕੱਲੇ ਇਸ਼ੂ ਤੇ ਕੱਲੇ ਕੱਲੇ ਪੁਆਇੰਟ ਤੇ ਸਾਹਮਣੇ ਰੱਖਿਆ ਗਿਆ ਉੱਤੇ ਡਿਸਕਸ਼ਨ ਹੋਈ ਸਾਢੇ 5 ਘੰਟੇ ਮੀਟਿੰਗ ਚੱਲੀ ਸਾਢੇ 5 ਘੰਟੇ ਔਰ ਸਾਢੇ 5 ਘੰਟਿਆਂ 'ਚ ਕੱਲਾ ਕੱਲਾ ਪੁਆਇੰਟ ਵਿਚਾਰਿਆ ਗਿਆ ਕਈ ਤੇ ਇਹੋ ਜਿਹੀ ਸੀ ਇਹ ਪ੍ਰਵਾਨਿਆ ਜੀ ਪ੍ਰਵਾਨਿਆ ਜੀ ਔਰ ਕਈਆਂ ਤੇ ਇੱਕ ਦੂਜੇ ਦੇ ਵਿਚਾਰ ਜਿਹੜੇ ਆ ਡਿਫਰ ਕਰਦੇ ਸੀ ਕਿ ਫਿਰ ਸਹਿਮਤੀ ਹੁੰਦੀ ਸੀ ਫਿਰ ਉਸ ਤੋਂ ਅੱਗੇ ਵਧਿਆ ਜਾਂਦਾ ਸੀਗਾ ਉਹ ਜਿਹੜੀ ਆ ਪੇਸ਼ ਹੋਣ ਤੋਂ ਬਾਅਦ ਵਿਚਾਰਨ ਤੋਂ ਬਾਅਦ ਪਾਸ ਕੀਤੀ ਗਈ ਤੇ ਸਭ ਪ੍ਰਕਾਰ ਅਸਾ ਸੁਭੀਰ ਸਿੰਘ ਬਾਦਲ ਹੋਰਾਂ ਨੂੰ ਉਹਨੂੰ ਲਾਗੂ ਕਰਨ ਦੇ ਅਧਿਕਾਰ ਦਿੱਤੇ ਗਏ ਜਿਦੇ ਚ ਦੋ ਸਟੈਪ ਲਾਗੂ ਹੋ ਗਏ ਐ ਤੇ ਬਾਕੀ ਜਿਹੜੇ ਆ ਪਰਸੋਂ ਜਿਹੜੇ ਤੁਹਾਡੇ ਸਾਹਮਣੇ ਕੁਝ ਅਹਿਮ ਜਿਹੜੇ ਹੋਰ ਪੁਆਇੰਟ ਨੇ ਉਹ ਵੀ ਤੁਹਾਡੇ ਸਾਹਮਣੇ ਆ ਜਾਣਗੇ ਇਸ ਕਰਕੇ ਜਿਹੜਾ ਆ ਚੰਦੂ ਮਾਜਰਾ ਸਾਹਿਬ ਕਿਉਂ ਕਹਿੰਦੇ ਐ ਇਹ ਉਹੀ ਦੱਸ ਸਕਦੇ ਪਰ ਮੇਰੀ ਇਨੀ ਕੀ ਬੇਨਤੀ ਚੰਦੂ ਮਾਇਰਾ ਸਭ ਇੱਕ ਬੰਦਾ ਵੀ ਦੱਸ ਦਿਓ ਜਿਹੜਾ ਕੋਰ ਕਮੇਟੀ ਦਾ ਹਿੱਸਾ ਨਹੀਂ ਸੀ ਤੇ ਸਮੀਖਿਆ ਕਮੇਟੀ ਦਾ ਮੈਂਬਰ ਸੀਗਾ ਫਿਰ ਤਾਂ ਪੱਕਾ ਦੀ ਕੋਈ ਰਿਪੋਰਟ ਨਹੀਂ ਗਈ ਪਰ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ 17 ਤੋਂ ਬਾਅਦ ਹੋਰ ਡਾਊਨ ਚਲੇਗੇ ਕਿਉਂਕਿ 2022 ਦੇ ਇਲੈਕਸ਼ਨਸ ਤੋਂ ਬਾਅਦ ਦੇਖੀ ਤਾਂ ਹੁਣ ਬਾਏ ਇਲੈਕਸ਼ਨ ਦੇ ਵਿੱਚ ਹਾਲਾਤ ਸਾਹਮਣੇ ਆਏ ਕਿ ਸੰਗਰੂਰ ਬਾਏ ਇਲੈਕਸ਼ਨ ਹੋਇਆ ਔਰ ਉੱਥੇ ਵੀ ਬਹੁਤ ਹਾਲਤ ਖਸਤਾ ਸੀ ਚੰਗੀ ਹਾਲਤ ਨਹੀਂ ਸੀ ਬਲਟੋਹਾ ਸਾਹਿਬ ਕਾਲੀ ਦਲ ਦੀ ਵਿਕਰਮ ਕਾਂਗਰਸ ਪਾਰਟੀ ਦੇ ਕਿੰਨੇ ਲਗਭਗ 80 MLA ਸੀਗੇ ਜੀ 80 ਦੇ ਮਿਲਿਆਂ ਚੋਂ 18 ਰਹਿ ਗਏ ਅਜੇ ਸਾਡੇ ਵਿਰੁੱਧ ਕੂੜ ਪ੍ਰਚਾਰ ਬੜਾ ਸੀਗਾ ਸਾਨੂੰ ਤਾਂ ਬੜੇ ਟਾਰਗੇਟ ਕੀਤਾ ਗਿਆ ਪਰ ਇਹ ਸਪੇਸ ਵੀ ਤੁਸੀਂ ਦਿੱਤੀ ਨਾ ਕੂੜ ਪ੍ਰਚਾਰ ਦੀ ਸਪੇਸ ਵੀ ਤੁਸੀਂ ਦਿੱਤੀ ਸਪੇਸ ਨਹੀਂ ਦਿੱਤੀ ਅਸੀਂ ਰਹਿ ਕੰਮ ਤੇ ਨਿਰਪਰਪੇ ਅਸੀਂ ਕੰਮ ਬੜਾ ਕੀਤਾ ਹੈ ਯਾਰ ਲੋਕ ਤਾਂ ਗੱਲ ਕਰਦੇ ਆ ਵੀ ਵਾਕਿਆ ਜਰ ਕਾਲੀਦਲ ਨੇ ਬੜੀ ਤਬਦੀਲੀ ਲਿਆਂਦੀ ਬੜੀ ਕੰਮ ਕੀਤੇ ਅਸੀਂ ਤਾਂ ਉਸੇ ਬੇਉਂਚ ਰਹਿ ਗਏ ਸਾਡੇ ਵਿਰੁੱਧ ਕੂੜ ਪ੍ਰਚਾਰ ਜਿਹਨੂੰ ਅਸੀਂ ਟੈਗਲ ਹੀ ਨਹੀਂ ਕਰ ਸਕੇ ਉਸ ਪਾਸੇ ਅਸੀਂ ਪਏ ਹੀ ਨਹੀਂ ਅਸੀਂ ਤੇ ਅੱਜ ਵੀ ਉਸ ਪਾਸੇ ਤੇ ਸਚਾਈ ਤੇ ਚੱਲਣ ਵਾਲੇ ਬੰਦੇ ਆ ਠੀਕ ਐ ਸੱਚੀ ਗੱਲ ਕਰੀਦੀ ਆ ਟਕਾ ਕੇ ਕਰੀਦੀ ਆ ਕੋਈ ਮੰਨੇ ਨਾ ਮੰਨੇ ਕੋਈ ਪੁੱਠਾ ਸਿੱਧਾ ਬੋਲੀ ਜਾਵੇ ਬੋਲਣ ਨੂੰ ਤੇ ਸਭ ਬਲਵੰਤ ਭਾਈ ਬਲਵੰਤ ਸਿੰਘ ਰਾਜਵਾਨਾ ਫਾਂਸੀ ਦੇ ਤਖਤੇ ਤੇ ਖੜੋਤਾ ਹੂੰ ਤੇ ਸੰਤ ਜਰਨਲਿਸਟਾਂ ਦੇ ਫੋਟੋ ਵਾਲੀ ਡੀਪੀ ਲਈ ਹੁੰਦੀ ਆ ਉਹਨੂੰ ਵੀ ਕਹਿੰਦੇ ਲੈ ਡਰ ਗਿਆ ਹੀ ਅਬ ਵਿੱਗਿਆ ਹੀ ਹਾਂਜੀ ਲੱਗ ਗਿਆ ਹੀ ਥੱਲੇ ਹਾਂਜੀ ਬਣ ਗਿਆ ਹੀ ਚਮਚਾ ਬਾਦਲਾਂ ਦਾ ਜਿਹੜਾ ਫਾਂਸੀ ਦੇ ਤਖਤੇ ਤੇ ਖੜੋਤਾ ਉਹਨੂੰ ਨਹੀਂ ਬਖਸ਼ਦੇ ਤੇ ਮੇਰੇ ਅਰਗੇਨਜ ਸੁਬੀਰ ਸਿੰਘ ਬਾਦਲ ਅਰਗੇਨ ਸਾਡੀ ਕੰਮ ਬਖਸ਼ੂ ਅੱਛਾ ਤੁਸੀਂ ਇਹ ਦੱਸੋ ਕਿ ਸੋਸ਼ਲ ਮੀਡੀਆ ਤੇ ਕਮੈਂਟ ਪੜਦੇ ਹੋ ਤੁਸੀਂ ਜਿਹੜੇ ਕਮੈਂਟ ਆਉਂਦੇ ਆ ਪੇਜਾਂ ਦੇ ਥੱਲੇ ਤੁਹਾਡੇ ਅਕਾਲੀ ਦਲ ਦੇ ਪੇਜ ਦੇ ਥੱਲੇ ਤੁਹਾਡੇ ਪੇਜ ਦੇ ਥੱਲੇ ਜਾਂ ਹੋਰ ਥਾਵਾਂ ਤੇ ਇਸ ਤਰ੍ਹਾਂ ਕਰੀਂ ਵਿਕਰਮ ਕਿੰਨੇ ਕੀ ਪੈ ਹੈਗੇ ਹੁਣ ਆ ਮੋਟੀ ਸਮਝ ਆਉਂਦਾ ਮੈਨੂੰ 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 ਇਸ ਤਰ੍ਹਾਂ ਕਰੀਂ ਮੈਨੂੰ ਕਰੋੜ 2 ਕਰੋੜ ਦੇ ਦੇ ਲੈ 2 ਮਹੀਨੇ ਤੱਕ ਮੈਂ ਨੇਰੀ ਲਿਆਣ ਛੱਡੂਗਾ ਕਮੈਂਟਾਂ ਵਾਲੀ ਠੀਕ ਹੈ ਕੌਣ ਨੇ ਪੇੜ ਲੋਕ ਉਹਨਾਂ ਦੇ ਉਹਨਾਂ ਦੀ ਆਈਡੀਆ ਤੇ ਚੱਕਰੋ ਉਹਨੇ ਤੁਹਾਨੂੰ ਕੁਝ ਲੱਭੂਗਾ ਤਾਂ ਤਾ ਤਾ ਦੱਸ ਦੇ ਜੇ ਨਾ ਜਾਂ ਫੋਟੋ ਕਿ ਹੋਰ ਵੀ ਲੱਗੀ ਹੁੰਦੀ ਹੈ ਹਾਂਜੀ ਤੇ ਜਾਂ ਲੋਕਲ ਪ੍ਰੋਫਾਈਲ ਹੁੰਦੀ ਹੈ ਇਹ ਕਿਹੜੇ ਲੋਕ ਨੇ ਕੌਣ ਨੇ ਤੁਸੀਂ ਦੱਸ ਦੋ ਇਹ ਜਿਹੜੇ ਆਮ ਆਦਮੀ ਪਾਰਟੀ ਨੇ हायर ਕੀਤੇ ਹੋਏ ਨੇ ਫੇਕ ਆਈਡਿਜ਼ ਨੇ ਆਈਡੀ ਸੱਦਾ ਤੁਹਾਡਾ ਵੀ ਹੈ ਤੁਸੀਂ ਵੀ ਇਨਚਾਰਜ ਲਾਏ ਹੋਏ ਨੇ ਹਰ ਹਲਕੇ ਰਿ ਇਨਚਾਰਜ ਤੁਸੀਂ ਆਈਤੋ ਕੋਈ 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 ਸਾਡਾ ਮੈਂ ਵੀ ਹਲਕਾ ਚਲਾਉਣਾ ਉਹ ਬੜੇ ਲੰਬੇ ਸਮੇਂ ਤੋਂ ਹਲਕਾ ਚਲਾਉਣਾ ਸਾਡੇ ਤਾਂ ਕੋਈ ਇਨਚਾਰਜ ਨਹੀਂ ਸਾਡੇ ਤਾਂ ਆਪ ਦੇ ਵਰਕਰ ਹੈ ਅਸੀਂ ਕੋਈ ਪੇਡ ਨਹੀਂ ਰੱਖਿਆ ਹੋਇਆ ਸੜੀ ਦੇ ਵਰਕਰ ਦੇਖਦੇ ਆ ਜਿੰਨਾ ਕਰ ਸਕਦੇ ਆ ਕਰਦੇ ਆ ਉਹਨਾਂ ਨੇ ਵੀ ਇਹੀ ਕਹਿਦਾ ਵੀ ਭਾਈ ਜਿਹੜੀ ਲਿਮਟ ਹੈ ਸਮਾਜ ਦੀ ਪੋਲਿਟਿਕਸ ਦੀ ਉਹ ਕ੍ਰੋਸ ਨਹੀਂ ਕਰਨੀ ਨੁਕਸਾਨ ਹੁੰਦਾ ਉਹ ਹੋ ਜੇ ਯਾਰ ਐਸੀ ਕੋਈ ਰਾਜ ਭਾਗਾ ਤੇ ਥੋੜੀ ਜੰਮੇ ਅਸੀਂ ਵਿਰਸਾ ਹਵਲਟਵਾ ਉਹ ਬਲਟੋਏ ਦੀਆਂ ਰੂੜੀਆਂ ਤੇ ਜੰਮਿਆ ਸੀਗਾ ਝਾਕ ਕੇ ਲੋਕਾਂ ਨੇ ਪੰਜਾਬ ਦੀ ਵਿਧਾਨ ਸਭਾ ਚ ਦੌਰ ਆ ਚੜਦਾ ਹਾਂਜੀ ਤੇ ਮੇਰਾ ਖਿਆਲ ਹੈ ਕਿ ਖੇਮ ਕਰਨ ਤੋਂ ਲਾਗੇ ਤੇ ਭਾਵੇਂ ਉਹ ਜਾ ਕੇ ਮਾਨਸਾ ਦੀ ਹਾਤੇ ਜਾ ਕੇ ਪੁੱਛ ਲੋ ਵਿਰਸਾ ਹਵਲਟਵਾ ਹੈਗਾ ਉਹਨਾਂ ਕਹਿੰਦਾ ਹੈਗਾ ਕਮਲਾ ਜੇ ਨਹੀਂ ਅੰਗ ਜਾ ਬੰਦਾ ਹਾਂਜੀ ਇਹ ਪੰਜਾਬ ਦੇ ਲੋਕਾਂ ਨੇ ਮਾਨ ਦਿੱਤਾ ਜਿਹੜੀ ਆਪਣੀ ਇੰਟਰਵਿਊ ਚੱਲ ਰਹੀ ਹੈ ਇਹਦੇ ਨੀਚੇ ਵੀ ਕਮੈਂਟ ਆ ਰਹੇ ਹੋਣਗੇ ਆਉਣਗੇ ਤੁਹਾਨੂੰ ਲੱਗਦਾ ਕਿ ਇਹ ਕਮੈਂਟ ਸਾਰੇ ਆਮ ਆਦੀ ਪਾਰਟੀ ਵੱਲੋਂ ਹੋਣਗੇ ਕਾਂਗਰਸ ਵੱਲੋਂ ਹੋਣਗੇ ਕੋਈ ਰੀਅਲ ਤੁਹਾਨੂੰ ਲੱਗਦਾ ਕਮੈਂਟ ਹੋਏਗਾ ਹੀ ਨਹੀਂ ਨਹੀਂ ਕੋਈ ਹੋ ਵੀ ਸਕਦਾ ਹੈ ਰੀਅਲ ਮੈਂ ਕੁਝ ਮੈਂ ਸੌਂ ਨਹੀਂ ਕਹਿੰਦਾ ਇਸ ਗੱਲ ਦੀ ਹਾਂ ਪਰ ਮੈਂ ਤਾਂ ਕਿਹਾ ਦੋ ਦੋਵੇਂ ਰਲ ਕੇ ਹੀ ਦੇ ਦਿਓ ਮੈਨੂੰ ਕਿ ਕਰੋੜ ਕੇ ਦੇ ਦਿਓ ਜੇ ਮੈਂ 2-3 ਮਹੀਨੇ ਡੇਰੀ ਨਾ ਲੈਣ ਛੱਡੀ ਕਮੈਂਟ ਵਾਲੇ ਤੋਂ ਮੈਨੂੰ ਤਾਂ ਦੱਸ ਦੇ ਹਾਂ ਹਾਂ ਇਹਦੇ ਲਈ ਇਹਦੇ ਲਈ ਤਾਂ ਬਜਟ ਆਏਗਾ ਕੱਲ੍ਹ ਨੂੰ ਕਿੱਥੇ ਬਣੇਗਾ ਮੈਂ ਤਾਂ ਮੈਂ ਗੱਲ ਕਰਦਾ ਹਾਂ 2017 ਚ ਸਾਡੀ ਸਰਕਾਰ ਗਈ 2018 ਸਸ ਵੀਰ ਤੋਂ ਬਾਦਲ ਨੇ ਫੰਡ ਲਾਦਾ ਕਹਿੰਦਾ ਯਾਰ ਫੰਡ ਦਿਓ ਖਰਚੇ ਵੜੇ ਆ ਥੋੜਾ ਥੋੜਾ ਪਾਓ ਸਾਰੇ ਮੱਖੇ ਮੈਂ ਤਾਂ ਚੁਗਾਨੀ ਨਹੀਂ ਦਿੰਦਾ ਨਾ ਮੇਰੇ ਕੋਲ ਹੈਗੀ ਮੱਖਾ ਜਿਹੜੇ ਦੇ ਸਕਦੇ ਆ ਵੱਡੀਆਂ ਸਾਮੀਆਂ ਹੈਗੇ ਆ ਕੋਈ 100 ਕਿਲੇ ਦਾ ਮਾਲ ਕਾ ਕੋਈ 200 ਕਿਲੇ ਦਾ ਮਾਲ ਕਾ ਕੇ ਦਾ ਕੋਈ ਕਾਰੋਬਾਰ ਲੈ ਲਓ ਉਹਨਾਂ ਕੋਲ ਜਾਂ ਜਿਹਨਾਂ ਦੇ ਇਹੀ ਹੋਵੇ ਵੀ ਜਿਹਨਾਂ ਸਰਕਾਰਾਂ ਹਡਾਈਆਂ ਕਰ ਲਓ ਤੇ ਮੈਂ ਕਹਾਂ ਸੁਜੀ ਠੀਕਾ ਕ ਫੰਡ ਦੀ ਲੋੜ ਪਾਰਟੀ ਚਲਾਉਣ ਵਾਸਤੇ ਤੇ ਮੈਂ ਖਲੂਕੀ ਪ੍ਰਚਾਰ ਕਰੀ ਜਾਂਦੇ ਕਿ ਬਾਦਲ ਤੇ ਲੁੱਟ ਕੇ ਲੱਗੇ ਹਾਂਜੀ ਬਾਦਲਾਂ ਤੇ ਘਰ ਭਰ ਲੇ ਤੇ ਤੁਸੀਂ ਇਥੇ ਪਾਰਟੀ ਚਲਾਉਣ ਵਾਸਤੇ ਸਾਡੇ ਵਰਗਿਆਂ ਕੋਲ ਮੰਗੀ ਜਾਂਦੇ ਜੀ ਮੁੰਦਾ ਸਲੀਅਤ ਇਹੀ ਹੈ ਅਸਲੀਅਤ ਇਹੀ ਹੈ ਕਿ ਅਸੀਂ ਇਸ ਪਾਸੇ ਟ੍ਰੇਨਿੰਗ ਟ੍ਰੇਨਿੰਗ ਹਾਂ ਠੀਕ ਹੈ ਕਿ ਅਫਸਰशाही 'ਚ ਅੱਜ ਵੀ ਕ੍ਰਪਸ਼ਨ ਹੈਗੀ ਹੈ ਅਧਿਕਾੜੇ ਪੈਸੇ ਤੋਂ ਬਿਨਾ ਕੰਮ ਹੁੰਦਾ ਹੈ ਹਾਂਜੀ ਭਾਵੇਂ ਜਿਹੜਾ ਮਰਜ਼ੀ ਠੀਕ ਹੈ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਰਪਸ਼ਨ ਖਤਮ ਕਰਨ ਦੀ ਬਟੋਆ ਸਾਹਿਬ ਜਿਹੜੀ ਪਰਸੈਪਸ਼ਨ ਇਹੀ ਕ੍ਰੀਏਟ ਹੋਈ ਹੈ ਕਿ ਬਾਦਲ ਲੁੱਟ ਕੇ ਖਾ ਗਏ ਆਕਾਲੀ ਦਾ ਲੁੱਟ ਕੇ ਖਾ ਗਿਆ ਉਹੀ ਚੀਜ਼ ਹੁਣ ਆਮ ਆਦਮੀ ਪਾਰਟੀ ਵੀ ਅਸੀਂ ਕੁਲਦੀਪ ਸਿੰਘ ਢਾਲੀਵਾਲ ਨਾਲ ਇੰਟਰਵਿਊ ਕੀਤਾ ਉਹ ਕਹਿੰਦੇ ਕਿ ਅਕਾਲੀ ਕਾਂਗਰਸੀਆਂ ਨੇ ਗੰਦ ਪਾਇਆ ਪੰਜਾਬ ਦੇ ਵਿੱਚ ਸਾਬ ਸ਼ਬਦ ਜਿਹੜੇ ਆਮ ਆਦਮੀ ਪਾਰਟੀ ਦੇ ਸਾਬ ਸ਼ਬਦ ਇਸ ਤਰ੍ਹਾਂ ਕਹਿੰਦੇ ਨਿੰਬੂ ਵਾਂਗੂ ਪੰਜਾਬ ਨੂੰ ਨਚੋੜ ਗਏ ਚਲੋ ਮੈਂ ਉਸ ਪਾਸੇ ਵੀ ਆਉਣਾ ਨਚੋੜਨ ਵਾਲੇ ਪਾਸੇ ਵੀ ਆਉਣਾ ਮੈਂ ਤੁਹਿਆ ਬਾਦਲ ਪਰਿਵਾਰ ਦੀ ਹਿਸਟਰੀ ਜਾਣਦੇ ਜੀ ਅਸਲੀਅਤ ਜਾਣਦੇ ਜੀ ਉਹ ਕਿੰਨੀ ਜਾਇਦਾਦ ਦੇ ਮਾਲਕ ਹੈ ਪ੍ਰਕਾਸ਼ ਸਿੰਘ ਬਾਦਲ ਅੱਜਕੱਲ ਬਾਦਲ ਪਰਿਵਾਰ ਕਾਫੀ ਵੱਡਾ ਪਰਿਵਾਰ ਹੈ ਹਾਂਜੀ ਜਿਹੜਾ ਇਹਨਾਂ ਦੇ ਚਾਚੇ ਤਾਏ ਦੂਸਰੇ ਜਿਹੜੇ ਆ ਸ਼੍ਰੀਕੇ ਚੋਂ ਵੱਡਾ ਪਰਿਵਾਰ ਹੈ ਪਰ ਇਕੱਲੇ ਸਪ ਪ੍ਰਕਾਸ਼ ਸਿੰਘ ਬਾਦਲ ਦੀ ਜਾਇਦਾਦ ਜਾਣਦੇ ਜੀ ਕਿੰਨੀ ਹੈ ਹਜ਼ਾਰਾਂ ਅੱਜ ਦੀ ਨਹੀਂ ਪਿਤਾਪੁਰਖੀ ਕੁਝ ਨਾਨਕਿਆਂ ਤੋਂ ਮਿਲੀ ਕੁਝ ਪਿਤਾ ਪੁਰਖੀ ਮਿਲੀ ਔਰ ਬਾਦਲਪਿੰਡ ਦੇ ਵਿੱਚ ਇਹ ਪੰਜ ਤਰ੍ਹਾਂ ਸੀਗੇ ਸਾਰੇ ਪਿੰਡ ਦੇ ਮਾਲਕ ਸੀਗੇ ਹਾਂਜੀ ਅੱਜ ਵੀ ਉੱਥੇ ਇਹਨਾਂ ਦਾ ਇੱਕ ਪਰਿਵਾਰ ਹੈ ਜਿਹੜਾ ਕੱਲਾ ਕੱਲਾ ਹੀ ਤੁਰਿਆ ਆਉਂਦਾ 1000 ਏਕੜ ਦਾ ਮਾਲਕ ਕੱਲਾ ਹੀ ਹੋ ਹਾਂਜੀ 1000 ਏਕੜੀ ਇਸ ਪਰਿਵਾਰ ਨੂੰ ਆਉਂਦੀ ਸੀਗੀ ਕੱਲੇ ਬਾਦਲਪਿੰਡ ਜੀ ਔਰ 1947 ਤੋਂ ਪਹਿਲਾਂ ਇਹਦੀ ਟਰਾਂਸਪੋਰਟ ਸੋ 47 ਤੋਂ ਪਹਿਲਾਂ ਦੀ ਰਜਿਸਟਰਡ ਹੈ ਦੇਸ਼ ਆਜ਼ਾਦ ਨਹੀਂ ਸੀ ਹੋਇਆ ਜਿਹੜਾ ਕਹਿੰਦੇ ਬੱਸਾਂ ਬਣਾ ਲੀਆਂ ਜੀ ਇੱਥੇ ਜਿਹੜੇ ਅੰਬਾਨੀ ਵਰਗੇ ਆ ਇੱਕ ਕਲਰਕ ਤੋਂ ਉੱਠ ਕੇ ਕਿੱਥੋਂ ਦੀ ਕਿੱਥੇ ਚੜ ਗਿਆ ਇੱਥੇ ਮੈਂ ਤੁਹਾਨੂੰ ਪੰਜਾਬ 'ਚ ਦਿਖਾ ਦਿੰਦਾ ਆਹੀ ਗੱਲ ਕਰਦੇ ਆ ਨਾ ਦੂਸਰੇ ਕੀ ਆ ਬੈਂ ਜਿਹੜੇ ਅੱਜ ਕੱਲ ਉਹ ਅਗਲੇ ਪਾਸੇ ਗਏ ਹੋਇਆ ਜਿਹੜੇ ਕਹਿੰਦੇ ਮੈਂ ਇਨਕਲਾਬੀ ਐ ਹਾਂਜੀ ਉਹ 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 ਉਹਨਾਂ ਦੇ ਅਜ ਤੋਂ 15 ਸਾਲ ਦਾ ਪਹਿਲਾਂ ਦੇਖ ਲਓ ਕੀ ਹਿਸਾਬ-ਤਬ ਸੀਗਾ ਤੇ ਅੱਜ ਉੱਥੇ ਜਿਹੜੇ ਮੇਰਾ ਖਿਆਲ ਹੈ ਕਿ ਕਿੰਨੇ ਕਿਲਿਆਂ ਜਿਹਾ 20 ਕਿਲਿਆਂ ਚ ਕਿੰਨਾ ਦੀ ਗੱਲ ਕਰ ਰਹੇ ਹਾਂ ਮੈਂ ਬੈਂਸ ਸਿਮਰਜੀਤ ਬੈਂਸ ਹਾਂ ਸਿਮਰਜੀਤ ਬੈਂਸ ਹਾਂਜੀ ਵਿੱਚ ਇਹ ਕਿੰਨੇ ਦੱਸਦੇ ਉਹ ਵਾਲੀਪੜ ਜੇ ਬਣਾਇਆ ਹਾਂਜੀ ਇਹ ਲੋਕ ਜਿਹੜੇ ਅਕਲ ਮੇਰੇ ਕੋਈ ਚੇਤਕ ਸਕੂਟਰ ਤੇ ਸੀਗੇ ਤੇ ਅੱਜ ਭਾਈ ਜਹਾਜਾ ਤੱਕ ਪਹੁੰਚ ਗਏ ਆ ਤੇ ਜਿਹੜੇ ਬੰਦੇ ਜੱਦੀ ਪੁਸ਼ਤੀ ਜਿਹੜੇ ਆ ਖਾਨਦਾਨੀ ਸਰਦਾਰ ਸੀਗੇ ਪੰਜਾਬ ਦੇ ਜਿਹੜੇ ਗਿਣੇ ਚੁਣੇ ਚਾਰ ਪੰਜ ਵੱਡੇ ਸਰਦਾਰ ਪਰਿਵਾਰ ਸੀਗੇ ਉਹ ਤਰੱਕੀ ਕਰ ਗਏ ਆ ਜਾਂ ਉਹਨਾਂ ਦੇ ਆਪ ਦੇ ਕਾਰੋ ਓਏ ਬਾਦਲ ਲੁੱਟ ਕੇ ਖਾਗੇ ਜੀ ਬਾਦਲ ਭੁੱਖੇ ਮਰਦੇ ਸੀ ਸਿਆਸਤਦਾਨ ਇਹ ਕਹਿੰਦੇ ਨਾ ਕਹਿੰਦੇ ਘਟਿਆ ਤਾਂ ਨਹੀਂ ਕਹਿੰਦੇ ਸਗੋਂ ਦੁੱਗਣਾ ਹੀ ਹੋਇਆ ਚੌਗਣਾ ਹੀ ਹੋਇਆ ਕਹਿੰਦੇ ਸੁਖ ਵਿਲਾਸ ਬਣ ਗਏ ਬਸਾਂ ਪੈ ਗਈਆਂ ਬਾਹਰਲੇ ਦੇਸ਼ਾਂ ਦੇ ਵਿੱਚ ਕਹਿੰਦੇ ਜ਼ਮੀਨਾਂ ਲੈ ਲਈਆਂ ਇਹ ਲੋਕਾਂ ਦੇ ਸਵਾਲ ਨੇ ਪੋਲਿਟਿਸ਼ੀਅਨਸ ਦੇ ਇਲਜ਼ਾਮ ਨੇ ਇਹੀ ਗੱਲ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਚੋਣਾ ਜਿੱਤਣ ਵਾਸਤੇ ਪ੍ਰਚਾਰ ਕੀਤਾ ਸੀ 37100 ਕੇ 37000 ਕਰੋੜ ਦਾ ਕਿ ਬਾਦਲਾਂ ਕੋਲੇ ਆ ਆਜਾਏ ਦਾਦਾ ਜੀ ਬਾਹਰ ਆ ਜੀ ਅੰਦਰ ਆ ਜੀ ਆਹ ਹੈ ਜੀ ਉਹ ਆ ਜੀ ਨਿਕਲਿਆ ਕੀ ਪੁੱਛਣੇ ਕਿ ਲਈ ਹਾਂਜੀ ਮਤਲਬ ਚਲਾਨ ਤੇ ਉਹਨੇ ਤਿਆਰ ਕੀਤਾ ਸੀ ਨਾ ਕੋਈ ਬਾਹਰ ਦਾ சாਬਤ ਕੀਤਾ ਹੋਵੇ ਜੋ ਉਹਨਾਂ ਦੀ ਜਾਇਦਾਦ ਆ ਉਹਨਾਂ ਨੂੰ ਬਣਾ ਬਣੂਗੇ ਤੁਨ ਮਤਨ ਕਰਕੇ ਬਣਾਤਾ ਚਲੋ ਉਸ ਪਾਸੇ ਨੂੰ ਮੈਂ ਜਾਣਾ ਚਾਹੁੰਦਾ ਹੁਣ ਗੱਲ ਇਹ ਆ ਕਿ ਬਾਦਲਾਂ ਦੇ ਕੋਲ ਤੇ ਜਾਇਦਾਦ ਸੀ ਉਹਨਾਂ ਤੱਕ ਕੀ ਕਰ ਲਈ ਜਿਨ੍ਹਾਂ ਕੋਲ ਹੈ ਕੱਖ ਨਹੀਂ ਸੀ ਉਹ ਤੱਕੀਆਂ ਕਰ ਗਏ ਇੱਕ ਇਥੇ ਭਾਨਾ ਸਿੱਧੂ ਜਾਂ ਮੇਰੇ ਖਿਆਲ ਭੁੱਖਾ ਮਰਦਾ ਸੀ ਦਾਦੇ ਚਲੋ ਮੈਂ ਨਹੀਂ ਕਿਹਾ ਵੀ ਰੋਟੀ ਰੋਟੀ ਨਹੀਂ ਮਿਲਦੀ ਸੀ ਅੱਜ ਕਾਰਾਂ ਤੇ ਚੜਿਆ ਫਿਰਦਾ ਤੇ ਗੱਲਾਂ ਦੂ ਵੀਰਾਂ ਨੂੰ ਕਰਦੇ ਗੱਲ ਦੂਜਿਆਂ ਕੋਲ ਦੇ ਇਹ ਚ ਕੋਈ ਦਰਵਾ ਨਹੀਂ ਕਿ ਮਮੀ ਇੱਕ ਸਾਧਾਰਨ ਪਰਿਵਾਰ ਚ ਉੱਠਿਆ ਆ ਹਾਂਜੀ ਮੈਨੂੰ ਵੀ ਰੱਬ ਨੇ ਸਾਧਨ ਦਿੱਤੇ ਕਿਉਂਕਿ ਮੈਂ ਆਪ ਦਾ ਮੇਰਾ ਪਰਿਵਾਰ ਵੀ ਕਮਾਉਂਦਾ ਆ ਮੈਂ ਵੀ ਕਮਾਉਣਾ ਆ ਮਾੜੇ ਮੋਟਾ ਸਾਡਾ ਕੋਈ ਹੋਰ ਵੀ ਤਰਵਾਰ ਵੀ ਹੈਗਾ ਹਾਂਜੀ ਅਸੀਂ ਅਸੀਂ ਜੇ ਅਰਨ ਕਰਦੇ ਆ ਕੁਝ ਕਮਾਉਨੇ ਆ ਤੇ ਕੁਦਰਤੀ ਤੁਸੀਂ ਵੀ ਹੁਣ ਕਮਾਉਣੀ ਰਹਿ ਜੇ ਹਾਂਜੀ ਜੇ ਜਿਆਦਾ ਹੋਣਾ ਕਮਾਉਦੇ ਨਹੀਂ ਫਿਰ ਤਾਂ ਭੁੱਖੇ ਮਰੋਗੇ ਜੀ ਤੁਸੀਂ ਤਰੱਕੀ ਕਰ ਸਕਦੇ ਜੀ ਤੇ ਕਿਸੇ ਹੋਰ ਨੂੰ ਤਰੱਕੀ ਕਰਨ ਦੇ ਉੱਤੇ ਕਿਉਂ ਸੜਦੇ ਜੇ ਬਾਦਲਾ ਹੀ ਤਰੱਕੀ ਤੋਂ ਕਿਉਂ ਲੋਕਾਂ ਨੂੰ ਖਿੱਚੇਗੀ ਸੜਦੇ ਕਿਉਂ ਲੋਕ ਫਿਰ ਬਾਦਲਾਂ ਦੀ ਤਰੱਕੀ ਤੋਂ ਅਸਲ ਅਸਲ 'ਚ ਬਾਦਲਾਂ ਦੀ ਤਰੱਕੀ ਤੋਂ ਇੱਕ ਜਿਹੜਾ ਆਮ ਆਦਮੀ ਪਾਰਟੀ ਆਣਾ ਇਹਦੇ ਕੋਲ ਇਹੀ ਗੱਲ ਹੈ ਕੂੜ ਪ੍ਰਚਾਰ ਕੂੜ ਪ੍ਰਚਾਰ ਕੀਤਾ ਵੀ ਆਮ ਆਦਮੀ ਪਾਰਟੀ ਨੇ ਅੱਜ ਵੀ ਸਟਿਲ ਜਾਰੀ ਹੈ ਉਹੀ ਕਰ ਰਹੀ ਹੈ ਉਹਦਾ ਲਾਹਾ 5 ਸਾਲ ਪਹਿਲੋਂ ਕੈਪਟਨ ਲਾਇਆ ਗਿਆ ਕੂੜ ਪ੍ਰਚਾਰ ਦਾ ਉਹ ਹੁਣ ਮਨਜਿਆ ਗਿਆ ਇਹਨਾਂ ਨੇ ਆਉਣਾ ਸੀ ਹੁਣ ਇਹ ਲੈ ਗਏ ਇਹ ਲਗਾਤਾਰ ਕੂੜ ਪ੍ਰਚਾਰ ਜਾਰੀ ਹੈ ਕੂੜ ਪ੍ਰਚਾਰ ਇੱਚ ਕੋਈ ਦਰਵਾਣਿਕ ਉਹ ਸਕੂਟ ਪ੍ਰਚਾਰ ਦਾ ਸਾਡੇ ਵਿੱਚ ਘਰ ਹੋਇਆ ਸਾਡੇ ਵੀ ਵਰਕਰਾਂ ਚ ਯਾਰ ਕਿਤੇ ਇਹ ਗਲਤ ਨਹੀਂ ਗਈ ਹੁਣ ਮੈਂ ਦੱਸਦਾ ਕਹਿੰਦੇ ਕੋਈ ਕਈ ਤੁਹਾਡੇ ਵਰਗੇ ਸੱਜਣੇ ਕਹਿ ਦਿੰਦੇ ਆ ਜਾਂ ਕਈ ਹੋਰ ਵੀ ਵਿੱਚੋਂ ਸਾਡੇ ਜੋ ਕਈ ਕਹਿੰਦੇ ਆ ਯਾਰ ਕਿਤੇ ਸਭ ਸੁਬੀਰ ਤੋਂ ਬਾਅਦ ਨੂੰ 6 ਮਹੀਨੇ ਪਾਸੀ ਕਰਕੇ ਦੇਖ ਲਈਏ ਕਹਿ ਦਿੰਦੇ ਆ ਅੱਛਾ ਮੀਟਿੰਗ ਚ ਚਰਚਾ ਹੁੰਦੀ ਸ ਨਹੀਂ ਸਾਡੇ ਆਮ ਕਈ ਸੁਧਾਰਨ ਵਰਕਰ ਵਿਚਾਰੇ ਜਿਹੜੇ ਗੱਲ ਕਰ ਦਿੰਦੇ ਆ ਪੀ ਆ ਗੱਲ ਜੀ ਚੱਲਦੀ ਕਿਉਂਕਿ ਕੀ ਅਸਤੀਫਾ ਦੇ ਹੀ ਦੇਣਾ ਪ੍ਰਚਾਰ ਨਹੀਂ ਅਸਤੀਫਾ ਨਹੀਂ ਪਿਛੇ 6 ਮਹੀਨੇ ਪਾਸੇ ਹੋ ਜਾਣਾ ਫੇਰ ਆ ਜਾਣ ਵੀ ਆਪਾਂ ਦੇ ਲਈ ਕਿਹੜਾ ਕੋਈ ਵਰਕਰ ਗੱਲ ਕਰ ਦਿੰਦਾ ਇਹ ਨਹੀਂ ਆਪਾਂ ਕਹਿੰਦੇ ਪਈ 100% ਜਿਹੜਾ ਵੀ ਗੱਲ ਹੈ ਨਹੀਂ ਮੰਨ ਲਓ ਭਾਰਤੀ ਜਨਤਾ ਪਾਰਟੀ ਨਾਲੋਂ ਜਿਉਂ ਐ ਚੱਲਦਾ ਹੁੰਦਾ ਸੀ ਸੋਸ਼ਲ ਮੀਡੀਆ ਤੇ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ ਜੀ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ ਜੀ ਅਹੀਂ ਤੇ ਤੋੜ ਲਿਆ ਸਾਡੇ ਕੀ ਭਲੇ ਪਾਇਆ ਜੀ ਔਰ ਦੂਸਰੀ ਗੱਲ ਇਹ ਜਿਹੜੇ ਕਹਿੰਦੇ ਸੀ ਤੋੜੋ ਉਹ ਸਾਰੇ ਭਾਜਪਾ ਦੇ ਭਾਰਤੀ ਜਨਤਾ ਪਾਰਟੀ ਨੂੰ ਚਲੇ ਗਏ ਤੇ ਜਿਹੜਾ ਸਾਡੇ ਤੇ ਕਿੰਤੂ ਪਰੰਤੂ ਕਰਦਾ ਸੀ ਰਾਜੇਵਾਲ ਜਿਹੜਾ ਕਹਿੰਦਾ ਹਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਬਿਠਾ ਆਂ ਜਿਹੜਾ ਕਹਿੰਦਾ ਹੁਕਮ ਮੇਰਾ ਚੱਲਦਾ ਆ ਤੇ ਜਿਹਦਾ ਇੱਕੋ ਇੱਕ ਨਿਕਾਤੀ ਪ੍ਰੋਗਰਾਮ ਸੀਗਾ ਕਿ ਕੇਜਰੀਵਾਲ ਦੇ ਨਾਲ ਸਾਂਝ ਕਰਕੇ ਕੇਵਲ ਤੇ ਕੇਵਲ ਜਿਹੜਾ ਆ ਕਿਸਾਨੀ ਸੰਘਰਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾਂਦਾ ਸੀ ਲੋਕਾਂ ਨੂੰ ਸੌਂਹ ਖਵਾਈਆਂ ਜਾਂਦੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ ਉਹਨੂੰ ਕਿ ਨਹੀਂ ਪਈਆਂ ਪਈਆਂ ਲੋਕਾਂ ਨੇ ਐਂ ਜਾਪਦਾ ਸੀ ਜਿਵੇਂ ਰਾਜੇਵਾਲ ਦਾ ਹੀ ਇੱਥੇ ਸਲਤਨਤ ਚਲਣੀ ਹੈ ਇਹ ਲੋਕਾਂ ਦਾ ਜਿਹੜਾ ਹੈ ਨਾ ਲੋਕਾਂ ਦੇ ਮਗਰ ਜੇ ਲਾ ਕੇ ਚੱਲਾਂਗੇ ਨਾ ਜੀ ਵੀ ਆਮ ਕਰਕੇ ਜਿਹੜਾ ਸੋਸ਼ਲ ਮੀਡੀਆ ਤੇ ਚੱਲਦਾ ਹੈ ਸੋਸ਼ਲ ਮੀਡੀਆ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਸਕਦਾ ਠੀਕ ਹੈ ਹਾਂ ਹੁਣ ਇਹ ਵੀ ਨਾ ਗੱਲ ਕਰਿਆ ਜੇ ਸ਼ਿਕਾਇਤ ਜੇ ਤੁਹਾਨੂੰ ਸਾਡੇ ਵਰਗਿਆਂ ਤੋਂ ਹੈ ਨਾ ਸਵਾਲ ਕਰਦਾ ਤਾਂ ਸ਼ਿਕਾਇਤ ਮੈਨੂੰ ਵੀ ਤੁਹਾਡੇ ਵਰਗਾ ਤੋਂ ਹੈਗੀ ਆ ਤੇ ਸਵਾਲ ਮੇਰਾ ਵੀ ਹੈਗਾ ਤੁਸੀਂ ਰੱਖੋ ਸ਼ਿਕਾਇਤ ਆਪਣੀ ਮੈਂ ਮੈਂ ਦੇਖੋ ਵਿਕਰਮ ਤੁਸੀਂ ਖਬਰ ਚਲਾਈ ਸੀਗੀ ਤੁਸੀਂ ਉੱਥੇ ਸੀ ਜਿਸ ਦਿਨ भगवंतमान ਦੇ ਆਨੰਦ ਕਰਦੇ ਸੀਗੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਧੰਨ ਸ਼੍ਰੀ ਗੁਰੂ ਅੰਸਰ ਸੱਚੇ ਪਾਤਸ਼ਾਹ ਦਾ ਸਰੂਪ ਆ। ਤੁਹਾਡੇ ਘਰੇ ਆਵੇ। ਹਮ ਸਾਰਾ ਟੱਬਰ ਸਵੇਰ ਤੋਂ ਤਿਆਰ ਹੋ ਕੇ ਖੜੋਤਾ ਹੁੰਦਾ ਵੀ ਇੰਨਾ ਜਾ ਕੇ ਲੈ ਕੇ ਆਉਣਾ ਐਸ ਰੂਪ ਚ ਲੈ ਕੇ ਆਉਣਾ ਇੱਥੋਂ ਤੱਕ ਗਲੀਚੇ ਵਿਛਾਉਣੇ ਆ। ਇੰਨਾ ਯਾਰ ਆਪਾਂ ਐਸ ਤਰੀਕੇ ਨਾਲ ਵੈਲਕਮ ਕਰਨਾ। ਕਰਦੇ ਆ ਨਾ। ਬਿਲਕੁਲ। ਆਪਦੀ ਬੇਤ ਤੋਂ ਵੱਧ ਕੇ ਕਰਦੇ ਆ ਕਿ ਸਤਿਗੁਰੂ ਆ ਰਿਹਾ ਹੈ। ਸ਼ੈਨ ਸ਼ਾ ਆ ਰਿਹਾ ਹੈ। ਹਾਂਜੀ। ਦਿਨਾਂ ਲੋਕਾਂ ਦਾ ਪਾਤਸ਼ਾਹ ਆ ਰਿਹਾ। ਉਥੇ ਜਿਸ ਤਰੀਕੇ ਨਾਲ ਸਤਗੁਰਾਂ ਦਾ ਨਰਾਦਰ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਧਾਨਸ਼ੀਰ ਗੁਰੂ ਗੋਸ ਸੱਚੇ ਪਾਸ਼ਾ ਜੀ ਦੇ ਉਸ ਗੇਟ ਦੇ ਉੱਤੇ ਕਿਸ ਨੇ ਖਬਰ ਚਲਾਈ ਕਿਸ ਨੇ ਉਹ ਤੇ ਕਿੰது ਪਰੰਤੂ ਕੀਤਾ ਇਹੀ ਗੱਲ ਸ਼ਰੋਮਨੀ ਕਾਲੇਦਲ ਤੇ ਕਿਉਂ ਹੋਈ ਹੁੰਦੀ ਕਿਤੇ ਕੋਤਾਹੀ ਚ ਹੋਈ ਬਖਸ਼ਣਾ ਹੈ ਤੁਹਾਨੂੰ ਸਾਡੇ ਕੋਲ ਕਮੀਆਂ ਰਹੀਆਂ ਆ ਤਾਂ ਸਿੱਧੀ ਗੱਲ 'ਚ ਸਿੱਧੇ ਤੁਹਾਨੂੰ ਤੁਹਾਨੂੰ ਬੁਲਾਇਆ ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਕਿ ਜਿਸ ਮਕਸਦ ਵਾਸਤੇ ਸ਼ਰੋਮਨੀ ਕਾਲੇਦਲ ਸਿਰਜਿਆ ਗਿਆ ਸੀਗਾ ਔਰ ਜਿਹੜੇ ਹੱਕਾਂ ਹਕੂਕਾਂ ਲਈ ਜੋ ਜਦੋਜਹਿਦ ਕਰਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਉਸ ਅਕੀਦੇ 'ਚ ਸਾਡੇ 'ਚ ਫਰਕ ਆਇਆ ਬਿਲਕੁਲ ਮੈਂ ਉਹੀ ਗੱਲ ਤੇ ਆਣਾ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਮੈਂ ਪੂਰੀ ਗੱਲ ਸਾਬਹ ਜੀ ਦਾ ਬਿਆਨ ਹੀ ਤੁਹਾਨੂੰ ਦੁਬਾਰਾ ਚੇਤੇ ਕਰਾਉਣਾ ਕਿਉਂ ਲੋੜ ਪਈ ਜਥੇਦਾਰ ਸਾਹਿਬ ਨੂੰ ਇਹ ਕਹਿਣ ਦੀ ਕਿ ਅਕਾਲੀ ਦਲ ਨੂੰ ਜੋ ਸਿਆਸੀ ਮੋਹ ਹੈ ਉਹ ਤਿਆਗ ਦੇਣਾ ਚਾਹੀਦਾ ਹੈ ਸਿੱਖੀ ਮੋਹਲੇ ਪਾਸੇ ਜਾਓਗੇ ਨੇ ਸਰਕਾਰ ਬਣਾਵਿ ਲੋਗੇ ਕੀ ਖਟ ਲੋਗੇ ਸਰਕਾਰਾਂ ਦੇ ਵਿੱਚ ਕੀ ਪਿਆ ਹਰ ਕੁਝ ਤਾਂ ਜਿਹੜਾ ਹੈ ਉਹ ਭਾਜਪਾ ਨੇ ਕੰਟਰੋਲ ਕਰ ਲਿਆ ਤਾ ਕਿਉਂ ਤੁਹਾਨੂੰ ਚੇਤੇ ਕਰਾਉਣਾ ਪਿਆ ਕਿਸੇ ਹੋਰ ਨੂੰ ਪਤਾ ਕਿ ਨਹੀਂ ਪਤਾ ਬਿਰਸਾ ਸਿੰਘ ਬਲਟੋਹਾ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਦੇ ਮੰਤਵ ਕੀ ਹੈ ਹਮ ਮਨੋਰਥ ਕੀ ਹੈ ਚਾਹੇ ਰਾਸੀ ਸ਼ਕਤੀ ਦੀ ਵੀ ਉਹ ਚ ਗੱਲ ਕੀਤੀ ਹੈ ਹਮ ਉਹਨਾਂ ਨੇ ਕਿਹਾ ਸੀ ਜੀ ਅਨੰਦਪੁਰ ਸਾਹਿਬ ਦਾ ਮਤਾ ਵੀ ਪੜ ਲਓ ਉਹਦੇ ਚ ਇਹਨਾਂ ਮੰਤਵਾਂ ਦੀ ਗੱਲ ਕੀਤੀ ਹੈ ਜੀ ਪਰ ਸਭ ਤੋਂ ਪਹਿਲੀ ਗੱਲ ਕੀ ਹੈ ਗੁਰਮਤਿ ਦਾ ਪ੍ਰਸਾਰ ਕਰਨਾ ਮਨਮਤ ਦਾ ਪਰਹਾਰ ਕਰਨਾ ਪਰਹਾਰ ਕਰਨਾ ਕੀ ਖਤਮ ਕਰਨਾ ਇਹ ਅਕਾਲੀ ਦਲ ਦਾ ਅਕੀਦਾ ਪੰਥਕ ਸੋਚ ਤੇ ਪੰਥਕ ਹਿੱਤਾਂ ਲਈ ਪਹਿਰਾ ਦੇਣਾ ਇਹ ਸ਼ਰਮ ਨਹੀਂ ਕਰੀ ਦਲ ਦਾ ਮੋਢਲਾ ਆ ਪਰ ਪਰ ਮੈਂ ਇਸ ਕੰਨਾ ਸਹਿਮਤ ਆ ਕਿ ਉਸ ਟੀਚੇ ਚ ਉਸ ਅਕੀਦੇ ਚ ਉਸ ਸੋਚ ਚ ਸਾਡੇ ਚ ਕਮੀਆਂ ਆਈਆਂ ਉਹਨਾਂ ਕਮੀਆਂ ਕਰਕੇ ਕਾਂਗਰਸ ਠੱਠੇ ਖੁੱਜ ਜਾਂਦੀ ਹੈ ਜਾਵੇ ਆਮ ਆਦਮੀ ਪਾਰਟੀ ਠੱਠੇ ਖੁੱਜ ਜਾਂਦੀ ਹੈ ਜਾਵੇ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਲੋਕੀ ਉਹ ਉਹਦਾ ਬੌਦਰ ਨਹੀਂ ਕਰਦੇ ਲੋਕ ਕਿ ਉਹ 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 ਉਹਨੂੰ ਜਿਆਦਾ ਸੀਰੀਅਸ ਨਹੀਂ ਲੈਂਦੇ ਪਰ ਜੇ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਰੂਹ ਦੀ ਪਾਰਟੀ ਹੈ ਜੋ ਪੰਜਾਬੀਆਂ ਦੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੀ ਇੱਕ ਸੋਚ ਸਰਜੀ ਗਈ ਸੀ ਜੇ ਉਹਨੂੰ ਚਲਾਉਣ ਵਾਲੇ ਉਹਦੇ ਤੋਂ ਸੱਜੇ ਖੱਬੇ ਜਾਣਗੇ ਜਾਂ ਕੋਈ ਕਮੀ ਛੱਡਣਗੇ ਜਾਂ ਕੋਈ ਗਲਤੀ ਕਰਨਗੇ ਤੇ ਫਿਰ ਸਿੱਖ ਜਿਹੜੀ ਜਿਹੜਾ ਮਾਨਸਿਕਤਾ ਹੈ ਨਾ ਸਿੱਖ ਭਾਵਨਾਵਾਂ ਹੈ ਉਨਾ ਤੇ ਅਸਰ ਹੋਊਗਾ ਹੋਊਗਾ ਉਹਨਾਂ ਕਹੇ ਇਹ ਨਾ ਤੁਸੀਂ ਕੋਹਾ ਦੂਰ ਗਏ ਹੋ ਅਕਾਲੀ ਦਲ ਕੋਹਾ ਦੂਰ ਗਿਆ ਕਿੰਨਾ ਕਿ ਤੁਹਾਡੇ ਲੀਡਰਾਂ ਨੇ ਪ੍ਰਚਾਰ ਨਹੀਂ ਕੀਤਾ ਤੁਸੀਂ ਕੋਹਾ ਕਹਿ ਦਿਓ ਮੈਂ ਕਹ ਦੂੰਗਾ ਕੁਝ ਮੀਟਰ ਗਏ ਆ ਹਾਂਜੀ ਇਹ ਤਾਂ ਗੱਲਾਂ ਕੋਈ ਨਹੀਂ ਜੀ ਤੁਸੀਂ ਮੰਨੋ ਕਿ ਕੋਈ ਲੀਡਰ ਨੇ ਪ੍ਰਚਾਰ ਨਹੀਂ ਕੀਤਾ ਸਿੱਖੀ ਦਾ ਜਿਸ ਤਰੀਕਾ ਹੋਣਾ ਚਾਹੀਦਾ ਔਰ ਲੋਕ ਕਹਿੰਦੇ ਨੇ ਕਹਿੰਦੇ ਜੋ ਅਕਾਲੀ ਦਲ ਦੀ ਦਿੱਖ ਹੁੰਦੀ ਸੀ ਜੋ ਦਸਤਾਰਾਂ ਜੋ ਖੁੱਲੇ ਦਾੜੇ ਨਜ਼ਰ ਆਉਂਦੇ ਸੀ ਹੁਣ ਤਾਂ ਕਹਿੰਦੇ ਲੀਡਰ ਹੀ ਨਹੀਂ ਉਹ ਬੱਚੇ ਹੋਵੇਂ ਦੇ ਤੇ ਇਹੀ ਗੱਲ ਕੀਤੀ ਹੈ ਮੱਕੜੀ ਗੱਲ ਕੀਤੀ ਮਤਲਬ ਕੀ ਕਮੀਆਂ ਆਈਆਂ ਨੇ ਹੁਣ ਜਿਹੜੀ ਹੈ ਝੁੰਦਾ ਕਮੇਟੀ ਦੀ ਰਿਪੋਰਟ ਹੈ ਉਹਦੇ ਚ ਜਿੱਥੇ ਹੋਰ ਬੜੀਆਂ ਸਟਰੋਂਗ ਰეკਮੈਂਡੇਸ਼ਨ ਕੀਤੀਆਂ ਨੇ ਬੜੀਆਂ ਸਖਤ ਜਿਹੜੇ ਸੁਝਾਅ ਦਿੱਤੇ ਨੇ ਉਹਨਾਂ ਚੋਂ ਇੱਕ ਸੁਝਾਅ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਚਾ ਕੋਈ ਵਿੰਗ ਹੋਵੇ ਤੇ ਚਾਹ ਸ਼੍ਰੋਮਣੀ ਅਕਾਲੀ ਦਲ ਉਹਦੇ ਚ ਅਹੁਦੇਦਾਰ ਉਹ ਹੋਊਗਾ ਜਿਹੜਾ ਸਾਫ਼ਤ ਸੂਰਤ ਹੋਊਗਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਇਲੈਕਸ਼ਨ ਉਹ ਲੜ ਸਕੂਗਾ ਜਿਹੜਾ ਜੇ ਸਿੱਖ ਪਰਿਵਾਰ ਚੋਂ ਹੈ ਜਿਹੜਾ ਸਾਫ਼ਤ ਸੂਰਤ ਹੋਊਗਾ ਇਹ ਸ਼ਰਤ ਰੱਖਦੀ ਇਹ ਬਣਾ ਦਿੱਤਾ ਹੈ ਹੋਰ ਵੀ بڑا ਕੁਝ ਹੈ ਤੁਹਾਡੇ ਸਾਹਮਣੇ ਹੌਲੀ ਹੌਲੀ ਆ ਹੀ ਜਾਣਾ ਜਨਤਕ ਕਿਉਂ ਨਹੀਂ ਕਰਦੇ ਬਲਤਵਾ ਸਾਹਿਬ ਕਿਉਂ ਨਹੀਂ ਜਨਤਕ ਹੁੰਦਾ ਔਰ ਇਸੇ ਕਮੇਟੀ ਦੀ ਫਾਈਨਡਿੰਗ ਨੂੰ ਲੈ ਕੇ ਇਹ ਵੀ ਸਵਾਲ ਹੁੰਦਾ ਕਿ ਪ੍ਰਧਾਨ ਦਾ ਅਸਤੀਫਾ ਹੈ ਜਾਂ ਨਹੀਂ ਹੈ ਇਸ ਤੇ ਸਸਪੈਂਸ ਹੈ ਤੁਸੀਂ ਕਹਿ ਰਹੇ ਹੋ ਨਹੀਂ ਹੈ ਕਈ ਆਗੂ ਕਹਿੰਦੇ ਨੇ ਕਿ ਅਸਤੀਫੇ ਦੀ ਮੰਗ ਹੈਗੀ ਹੈ ਕਈ ਅੰਬਰਸਰ ਦੇ ਵਿੱਚ ਮੀਟਿੰਗ ਕਰ ਲੈਂਦੇ ਨੇ ਜਨਤਕ ਕਰ ਦੋ ਕਲੀਅਰ ਹੋ ਜਾਊਗਾ ਸਭ ਨੂੰ ਕਹਿੰਦੇ ਕਿ ਸਾਰੇ ਲੋਕ ਪਾੜ ਹੀ ਲੈਣ ਹੈ ਕੀ ਹੈ ਇਹਦੇ ਵਿੱਚ ਵਿਕਰਮ ਸਾਹਿਬ ਤੋਂ ਵੱਡੀ ਗੱਲ ਹੈ ਕਿ ਮੈਂ ਗਿੰਨਰ ਰਿਪੋਰਟ ਲਿਖੀ ਹੈ ਜਿਹੜੇ ਚੇਅਰਮੈਨ ਸੀਗੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਉਸ ਦਿਨ ਵੀ ਕੰਡੈਕਟ ਕੀਤੀ ਤੇ ਅੱਜ ਵੀ ਕੰਡੈਕਟ ਕੀਤੀ ਸਾਇਕਬਾਲ ਸਿੰਘ ਝੁੰਦਾ ਠੀਕ ਹੈ ਰਿਪੋਰਟ ਵੀ ਆਜੂਗੀ ਤੁਹਾਡੇ ਕੋਲ ਕੋਈ ਐ ਕੋਈ ਡਾਕੂਮੈਂਟ ਇਹ ਇਹਨੂੰ ਕੋਈ ਕਾਲੇ ਪਾਣੀ ਥੋੜੀ ਭੇਜ ਦੇਣਾ ਇੱਥੇ ਡਾਕੂਮੈਂਟ ਹੈ ਜਨਤ ਕਰਾਂਗੇ ਸਾਰਾ ਕੁਝ ਅਸੀਂ ਉਹਦੇ ਤੇ ਕਈ ਗੱਲਾਂ ਹੈਗੀਆਂ ਨੇ ਜਿਹੜੀਆਂ ਸਾਡੀਆਂ ਅੰਦਰੂਨੀ ਨੇ ਅਸੀਂ ਉਹ ਦੇਖ ਰਹੇ ਆਂ ਵੀ ਕਿਸ ਰੂਪ ਚ ਹੈ ਜਿਹੜੀਆਂ ਸਾਡੇ ਤੇ ਅੰਦਰੂਨੀ ਤੌਰ ਤੇ ਪ੍ਰਭਾਵਿਤ ਨੇ ਜਿੱਥੇ ਪੰਥਕ ਸੋਚ ਦੀ ਗੱਲ ਹੈ ਪੰਥਕ ਝੰਡੇ ਦੀ ਗੱਲ ਹੈ ਜਿੱਥੇ ਕਾਲੀ ਦਲ ਦੇ ਕੀਦੇ ਦੀ ਗੱਲ ਆ ਜਾਂ ਕਾਲੀ ਦਲ ਨੂੰ ਕਿਵੇਂ ਕਰਨਾ ਚਾਹੀਦਾ ਕਾਲੀ ਦਲ ਦੇ ਢਾਂਚੇ ਦੇ ਤੌਰ ਤੇ ਉਹ ਗੱਲਾਂ ਜਿਹੜੀਆਂ ਸਾਰੀਆਂ ਸਾਹਮਣੇ ਲਿਆਵਾਂਗੇ ਇਸ ਕਰਕੇ ਜਿਹੜਾ ਇਹ ਚ ਕੋਈ ਦੁਰਾਵਾਂ ਨਹੀਂ ਗਿਆ ਆਪਸੀ ਵਿਚਾਰ ਦੇ ਨਾਲ ਸਹਿਮਤੀ ਦੇ ਨਾਲ ਕਿ ਠੀਕ ਹੈ ਕਿ ਲੀਡਰਸ਼ਿਪ ਚ ਤਬਦੀਲੀਆਂ ਜਿਹੜੀਆਂ ਨੇ ਨਾ ਜਿਹੜੇ ਜਿਹੜੇ ਮੇਰੇ ਵਰਗੇ ਆ ਜਾਂ ਕੋਈ ਹੋਰ ਹੈ ਹਾਂਜੀ ਪਿਕੋਰ ਕਮੇਟੀ ਇਸ ਤਰ੍ਹਾਂ ਦੀ ਚਾਹੀਦੀ ਹੈ ਜੀ ਪਾਰਲੀਮੈਂਟਰੀ ਬੋਰਡ ਚਾਹੀਦਾ ਜੀ ਜਾਂ ਆ ਚਾਹੀਦਾ ਇਸ ਤਰ੍ਹਾਂ ਦਾ ਚਾਹੀਦਾ ਐਨੀ ਪ੍ਰਤੀਨਿਧਤਾ ਨੌਜਵਾਨਾਂ ਨੂੰ ਚਾਹੀਦੀ ਐਨੀ ਬੀਬੀਆਂ ਨੂੰ ਚਾਹੀਦੀ ਐਨੀ ਉਮਰ ਵਾਲਿਆਂ ਨੂੰ ਚਾਹੀਦੀ ਆਹ ਕੁਝ ਚਾਹੀਦਾ ਉਹ ਸਾਰਾ ਕੁਝ ਹੀ ਉਹਦੇ ਵਿੱਚ ਹੈਗਾ ਪਰ ਪਾਰਟੀ ਪ੍ਰਧਾਨ ਸਦਾ ਸੁਬੀਰ ਸਿੰਘ ਬਾਦਲ ਕੰਮ ਕਰਨਗੇ ਇਹ ਸਾਰਿਆਂ ਦੀ ਸਰਬਸੰਮਤੀ ਤੇ ਸਹਿਮਤੀ ਤੇ ਨਾਲ ਹੀ ਉਸ ਰਿਪੋਰਟ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਿੱਥੇ ਕਮੀਆਂ ਦੀ ਗੱਲ ਕੀਤੀ ਹੈ ਸਰਕਾਰ ਦੇ ਸਮੇਂ ਇਹਨੀਆਂ ਕਮੀਆਂ ਰਹੀਆਂ ਨੇ ਉੱਥੇ ਨਾਲ ਹੀ ਜੋ ਕੁਛ ਸਤਸੂ ਵੀਰ ਸਿੰਘ ਬਾਦਲ ਸਪ੍ਰਕਾਸ਼ ਸਿੰਘ ਬਾਦਲ ਨੇ 2007 ਤੋਂ ਲੈ ਕੇ 17 ਤੱਕ ਕੀਤਾ ਹੈ ਜੋ ਸਿੱਖ ਇਤਿਹਾਸ ਨੂੰ ਸੰਭਲਣ ਦੀ ਕੋਸ਼ਿਸ਼ ਕੀਤੀ ਹੈ ਸਿੱਖ ਯਾਦਗਾਰਾਂ ਬਣਾਈਆਂ ਨੇ ਸਿੱਖੀ ਦੇ ਵਿੱਚ ਜੋ ਰੋਲ ਅਦਾ ਕਰ ਸਕਦੇ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਜਦੋਂ ਕਮੇਟੀ ਜਾਂਦੀ ਰਹੀ ਹੈ ਨਾ ਸਾਨੂੰ ਬਾੜੀ ਥਾਈ ਸਾਰੀ ਥਾਈ ਤੇ ਨਹੀਂ ਮੈਂ ਕਹਿੰਦਾ ਬਾੜੀ ਥਾਈ ਬਾੜੀ ਸਮਝਦੇ ਜਿਕੇ ਨਹੀਂ ਬਾੜੀ ਥਾਈ ਸਾਨੂੰ ਇਹੀ ਲਾਂਭਾ ਮਿਲਦਾ ਰਿਹਾ ਜਾਂ ਗੱਲ ਕੀਤੀ ਜਾਂਦੀ ਰਹੀ ਕਿ ਯਾਰ ਛੀਰੋਮਨੀ ਅਕਾਲੀ ਦਰ ਨੇ ਛੀਰੋਮਨੀ ਕਲਦਲ ਦੀ ਸਰਕਾਰ ਸਮੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੁਬੀਰ ਸੁਬਾਦਲ ਨੇ ਯਾਦਗਾਰ ਬਣਵਾਈ ਹੋਵੇ ਤੇ ਤੁਸੀਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਹਾਂਜੀ ਪਰ ਫਿਰ ਪ੍ਰਚਾਰਕ ਇਹ ਵੀ ਹੈ ਨਾ ਕਿ ਬਾਦਲਾ ਦੀ ਜੇਬ ਚੋਂ ਹੀ ਐਸਜੀਪੀਸੀ ਦਾ ਪ੍ਰਧਾਨ ਨਿਕਲਦਾ ਹੈ ਬਾਦਲਾ ਦੇ ਲਿਫਾਫਿਆਂ ਦੇ ਵਿੱਚੋਂ ਸਾਰੇ ਮੈਂਬਰ ਨਿਕਲਦੇ ਨੇ ਦੇਖੋ ਐਹੀ ਗੱਲਾਂ ਬਾੜੀਆਂ ਇਸ ਤਰ੍ਹਾਂ ਦੀ ਟੈਗਿੰਗ ਕਿਉਂ ਕਰ ਦਿੱਤੀ ਜੀ ਜੀ ਦੇਖੋ ਆਪਾਂ ਨੂੰ ਮੁੜਨਾ ਪਊਗਾ ਆਪ ਨੂੰ ਮੁਰਨਾ ਪਊਗਾ ਚਾ ਮੈਂ ਆ ਚਾ ਤੁਸੀਂ ਆ ਜਦੋਂ ਆਪਾਂ ਅਜਿਹੀਆਂ ਗੱਲਾਂ ਕਰਦੇ ਹਾਂ ਇਹ ਬਾਦਲਾਂ ਤੇ ਹਮਲਾ ਨਹੀਂ ਇਹ ਸਾਡੀ ਉਸ ਸਰਵੋੱਚ ਸੰਸਥਾ ਦੇਤੇ ਹਮਲਾ ਹੈ ਬਾਦਲ ਕੌਣ ਯਾਰ ਬਾਦਲ ਜਥੇਦਾਰ ਦੇ ਪੈਰਾਂ ਵਰਗੇ ਨਹੀਂਗੇ ਤੇ ਤੁਸੀਂ ਕਹਦੇ ਹੋ ਕਿ ਜਥੇਦਾਰ ਦੇ ਬਾਦਲਾਂ ਦੀ ਇਹ ਕਿੱਥੋਂ ਨਿਕਲਦਾ ਇਹ ਕਦੀ ਹੋ ਸਕਦਾ ਜਥੇਦਾਰ ਹਰਪ੍ਰੀਤ ਸਿੰਘ ਜਿਹੜੇ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਮੈਨੂੰ ਚੇਤੇਤਾ ਵੀ ਨਹੀਂ ਤੇ ਮੈਨੂੰ ਕਹਿੰਦੇ ਵੀ ਤੈਨੂੰ ਜਥੇਦਾਰ ਬਣਾਤਾ ਹਾਂਜੀ ਬਣਾਇਆ ਕਿਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਂ ਹੋ ਸਕਦਾ ਹੈ ਕਿ ਪ੍ਰਧਾਨ ਨੇ ਸੱਜੇ ਖੱਬੇ ਕੋਈ ਦੂੋਂ ਚੋਂ ਪੰਜਾ ਦਹਾ ਇਹਨਾਂ ਨੂੰ ਸਲਾਹ ਕੀਤੀ ਹੋਵੇ ਕਿ ਕਿਹੜਾ ਚੰਗਾ ਜੀ ਕਿਹੜਾ ਜੋਗ ਹੋ ਸਕਦਾ ਜੀ ਤੇ ਹੁਣ ਇੱਥੇ ਮੈਂ ਵੀ ਕੋਈ ਲੱਭਣਾ ਹੋਵੇ ਤੇ ਮੈਨੂੰ ਵੀ ਚਾਹਣਾ ਸਲਾਹ ਕਰਨੀ ਪੈਂਦੀ ਹੈ ਉਹ ਸਲਾਹ ਦੇਖੋ ਕੀਤੀ ਹੋਗੀ ਮੇتن ਆਪਦੀ ਬੋਡੀ ਚ ਕੀਤੀ ਹੋਊ ਕਿਤੇ ਕੀਤੀ ਹੋਊ ਕਿ ਬੁੱਧੀ ਜੀਵੇਂ ਨੇ ਕੀਤੀ ਹੋਊਗੀ ਸਲਾਹ ਕਰਕੇ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੜ੍ਹੇ ਲਿਖੇ ਪੀ ਐਚ ਡੀ ਹਾਂਜੀ ਜਿਨ੍ਹਾਂ ਦੀ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਅਰਥ ਹੁੰਦਾ ਆ ਹਾਂਜੀ ਉਹ 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 ਜਥੇਦਾਰ ਲਾਏ ਇਹ 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 ਬਾਦਲਾ ਜੀਪ ਚ ਨਿਕਲੇ ਇਸ ਕਰਕੇ ਗੱਲ ਕਾਇਦੇ ਨਹੀਂ ਹਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਜਿਹੜੀ ਇਲੈਕਸ਼ਨ ਹੈ ਇਹ ਸ਼੍ਰੋਮਣੀ ਕਾਲੇ ਦਰ ਦੀ ਟਿਕਟ ਤੇ ਸਾਰੇ ਮੈਂਬਰ ਸੇ ਮਾਨ ਲੜਦੇ ਨੇ ਔਰ ਉਹਦਾ ਵੀ ਇੱਕ ਪ੍ਰੋਸੈਸ ਅੱਜ ਦਾ ਨਹੀਂ ਜਦੋਂ ਬਾਦਲ ਨਹੀਂ ਸੀਗੇ ਉਦੋਂ ਤੋਂ ਹੀ ਪਹਿਲਾਂ ਦਾ ਤੁਰਿਆ ਆਉਂਦਾ ਆ ਕਿ ਉਹਦੇ ਬਾਰੇ ਜਿਹੜਾ ਕਿਨੂੰ ਪ੍ਰਧਾਨ ਬਣਾਉਣਾ ਹੈ ਫਿਰ ਤਾਂ ਟੋੜਾ ਸਾਹ ਵਰਗੀ ਸ਼ਖਸੀਅਤ ਸੀ ਕੋਈ ਡਿਸਪਿਊਟ ਹੀ ਨਹੀਂ ਸੀ ਹੁੰਦਾ ਬਈ ਬੰਨਾ ਹੀ ਬੰਨਾ ਉਹਨਾਂ ਨੇ ਉਹਨਾਂ ਨੇ ਗਾਂ ਬੋਡੀ ਬਣਾਉਣੀ ਹੁੰਦੀ ਸੀ ਉਹੀ ਤੈਅ ਕਰਦੇ ਸੀਗੇ ਹਾਂਜੀ ਜਾਂ ਉਹਨਾਂ ਤੋਂ ਪਹਿਲਾਂ ਜਾਂ ਉਹਨਾਂ ਤੋਂ ਬਾਅਦ ਇਹ ਲੰਬੇ ਸਮੇਂ ਤੋਂ ਇੱਕ ਪ੍ਰਕਿਰਿਆ ਚੱਲੀ ਆਉਂਦੀ ਹੈ ਕਿ ਪਾਰਟੀ ਦੇ ਵਿੱਚ ਬਹਿ ਕੇ ਹਰੇਕ ਮੈਂਬਰ ਦੀ ਰਾਏ ਲਈ ਜਾਂਦੀ ਹੈ। ਸਰੋਤ ਸਭ ਇਸ ਤਰ੍ਹਾਂ ਦੀ ਵੀ ਆਵਾਜ਼ ਆਉਂਦੀ ਹੈ ਕਹਿੰਦੇ ਕਿ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣਾ। ਸਿਮਰਜੀਤ ਸਿੰਘ ਮਾਨ ਵੀ ਓਪਨਲੀ ਕਹਿੰਦੇ ਆ ਔਰ ਹੁਣ ਤਾਂ ਦਿੱਲੀ ਪਹੁੰਚ ਗਏ ਤੁਹਾਡੇ ਅਜੀਤ ਸਾਥੀ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਹੋਣੀ ਬੀਜੇਪੀ ਵਾਲੇ ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਸਾਹਮਣੇ। ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣਾ। ਤੋ ਜਿਤਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਜਪੀ ਦੇ ਹਵਾਲੇ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਭਾਜਪੀ ਦੇ ਹਵਾਲੇ ਕਰਨੀ ਹੈ। ਇਹੀ ਹੈ ਨਾ। ਹੁਣ ਅੱਗੇ ਆਜੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਨੇ ਜਾ ਕੇ ਕਬਜ਼ਾ ਨਹੀਂ ਲਿਆ। ਸਿੱਖ ਸੰਗਤ ਨੇ ਚੁਣਿਆ ਆ। ਜਦੋਂ ਚੋਣਾਂ ਹੋਣਗੀਆਂ ਲੜ ਲਿਆ ਜੇ। ਜਿਹਨੂੰ ਸੇਵਾ ਸਤਿਗੁਰੂ ਤੋਂ ਕਰ ਲਿਆ ਜੇ। ਹਾਂਜੀ ਜਿਹਨੂੰ ਸਿੱਖ ਸੰਗਤ ਸੇਵਾ ਸੰਪੂਰਨ ਕਰ ਲਿਆ ਜੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜ ਭਾਗ ਵੱਖਰੀ ਗੱਲ ਹੈ ਜਿਹੜੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਹੈ ਨਾ ਇਹ 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 ਤੇ ਇੱਕ ਸੂਲਾਂ ਦੀ ਸੇਜ ਤੇ ਆ ਜੇ ਕੋਈ ਮਾੜਾ ਮੋਟਾ ਵੀ ਅੰਦਰੋਂ ਸਿੱਖੀ ਰੱਖਦਾ ਆ ਤੇ ਉਹਨੂੰ ਪਤਾ ਹੁੰਦਾ ਕਿ ਕਿਤੇ ਮਿੱਥੋ ਕਤਾਈ ਨਾ ਹੋ ਜੇ ਹਾਂਜੀ ਤੇ ਉਹ ਉਹ ਜਿਹੜੀ ਆ ਅ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਚੋਣਾਂ ਆ ਜਾਣਗੀਆਂ ਲੜ ਲੈਣ ਹੁਣ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨਾ ਤੇ ਕਾਲੀਦਾਨੇ ਕਰਾਉਣੀਆਂ ਤੇ ਨਾ ਬਦਲਾਣੇ ਕਰਾਉਣੀਆਂ ਉਹ ਤੇ ਜੋ ਪ੍ਰਕਿਰਿਆ ਆ ਉਹਦੇ ਰਹੀਂ ਹੋਣੀਆਂ ਆ ਤੇ ਤੁਸੀਂ ਇਹ ਕਹਿ ਦਿਓ ਜੇ ਜਾਦਕਰ ਨਹੀਂ ਕਰਾ ਲਿਆ ਜੇ ਆਜ਼ਾਦ ਇਥੇ ਕੋਈ ਹੈਗਾ ਵੀ ਕਿ ਕਿਸੇ ਕੋਈ ਨਜਾਇਜ਼ ਕਬਜ਼ਾ ਕੀਤਾ ਹੈ ਇਲੈਕਸ਼ਨ ਲੜ ਲਿਆ ਜੇ ਜਿਹੜਾ ਜਿੱਜੂਗਾ ਉਹ ਸੇਵਾ ਇਹ ਤਾਂ ਸੇਵਾ ਸੰਭਾਲ ਹੈ ਸੇਵਾ ਸੰਭਾਲ ਹੈ ਹਾਂ ਕਬਜ਼ਾ ਕਰਨ ਆ ਤੇ ਕੌਣ ਆਏ ਸੀਗੇ ਜਿਹੜੀ 2013 ਤੋਂ 2014 ਦੇ ਵਿੱਚ ਜਿਹੜੀ ਭਪਿੰਦਰ ਸਿੰਘ ਹੁੱਡੇ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਸਿੱਖਾਂ ਦੀ ਉਹ ਜਥੇ ਜਥੇਬੰਦੀ ਹਾਂਜੀ ਜਿਹੜੀ ਬੜੀ ਕੁਰਬਾਨੀਆਂ ਦੇ ਨਾਲ ਹੋਣ ਚਾਈ ਸੀਗੀ ਤੇ ਜਿਹੜੇ ਕਹਿੰਦੇ ਅਸੀਂ ਸਿੱਖੀ ਦੀ ਸੇਵਾ ਕਰਦੇ ਆਂ ਅਸੀਂ ਮਜਬੂਤੀ ਚਾਹੁੰਨੇ ਆਂ ਤੇ ਸ਼ਰੋਮ ਨੇ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਢਾਹ ਕੇ ਨੇ ਲਾਈ ਸੀਗੀ ਉਹ ਤੁਹਾਡੇ ਸਾਹਮਣੇ ਉਹਨਾਂ ਜੋ ਅੱਜ ਇੱਕ ਉਹ ਬੜਾ ਰਾਂਗਰੂਪੀ ਬੜਾ ਸੋਹਣਾ ਤੇ ਦਸਤਾਰ ਵੀ ਬੜੀ ਗੋਲ ਬੰਨਦਾ ਤੇ ਵੇਖਣ ਨੂੰ ਤੇ ਮੇਰਾ ਖਲਾਕਾ ਕੀ ਪੂਰਾ ਐਂ ਜਾਪਦਾ ਆ ਤੇ ਕਦੀ ਤਾਂ ਰਾਂਗਦੀ ਭਪਿੰਦਰ ਸਿੰਘ ਓਡੇ ਨਾਲ ਰਲ ਜਾਂਦੀਆਂ ਤੇ ਕਦੀ ਜਾ ਕੇ ਖੱਟਰ ਦੇ ਨਾਲ ਰਲ ਜਾਂਦੀਆਂ ਤੇ ਕਦੀ ਜਾ ਕੇ ਅੰਮ੍ਰਿਤਸਰ ਦੇ ਚਰਨਾਂ 'ਚ ਬੈਠੇ ਹੁੰਦੇ ਆ ਤੇ ਕਹਿੰਦੇ ਅਸੀਂ ਪੰਥਕ ਐ ਤੇ ਜੇ ਸਾਡੇ ਅਰਿਆਂ ਦਾ ਕੋਈ ਰਾਜਨੀਤਿਕ ਸਮਝੌਤਾ ਹੋ ਜਾਂਦਾ ਆ ਇਹਦਾ ਕੋਈ ਰਾਜਨੀਤਿਕ ਸਮਝੌਤਾ ਤੈ ਧਰਮੀ ਗੈਨੇ ਤਰਕੇ ਹੁੰਦੇ ਆ ਨਾ ਕੋਈ ਧਰਮ ਦੀ ਉਹਨਾਂ ਦੀ ਝੋਲੀ ਚ ਪਾ ਕੇ ਹੁੰਦੇ ਜੇ ਨਾ ਕੋਈ ਜਾਦੇ ਦਾਦੇ ਨਾ ਸਿੱਖੀ ਦਾ ਝੰਡਾ ਚਲਾਦਾ ਜੀ ਅਖੀਰ ਦੇ ਵਿੱਚ ਕਿਉਂਕਿ ਸਵਾਲ ਬਹੁਤ ਸਾਰੇ ਨੇ ਮੈਨੂੰ ਲੱਗਦਾ ਹੈ ਵਰਤੋਆ ਸਾਹਿਬ ਇੰਟਰਵਿਊ ਆਪਾਂ ਕਿੰਨੀ ਮਰਜ਼ੀ ਲੰਬੀ ਕਰ ਲਈਏ ਕੁਝ ਸਵਾਲ ਨੇ ਕਿਉਂਕਿ ਬਾਗੀ ਤੜਾ ਵੀ ਹੁਣ ਪੈਰਲਲ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮਨਪੀਰ ਸਿੰਘ ਯਾਲੀ ਹੋਣ ਵਡਾਲਾ ਸਾਹਿਬ ਹੋਣੀ ਹੋਣ ਉਹ ਕਹਿੰਦੇ ਪੈਨਿਕ ਰਿਐਕਸ਼ਨ ਦੇ ਰਹੇ ਹੋ ਤੁਸੀਂ ਲਗਾਤਾਰ ਜਾਂ ਫਿਰ ਜਗਮੀਦ ਬਰਾੜੋਣੀ ਹੋਣ ਜਾਂ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਹੋਣ ਕਿਵੇਂ ਦੇਖਦੇ ਹੋ ਇਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਇੱਕ ਅਨੁਸ਼ਾਸਨ ਵਾਲੀ ਪਾਰਟੀ ਹੈ। ਵਿਰਸਾ ਸਿੰਘ ਵਲਟੋਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਪਹਿਲੀ ਤਾਂ ਗੱਲ ਹੈ ਕਿ ਮੇਰੇ ਵਰਗਾ ਬੰਦਾ ਤਾਂ ਸੂਝ ਹੀ ਨਹੀਂ ਸਕਦਾ। ਮਾਦ ਉਹ ਬੰਦਾ ਆ। ਕੋਈ ਆਜੇ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੋਵੇ ਵਿਰਸਾ ਸਿੰਘ ਵਲਟੋਹਾਂ ਨੂੰ ਸਲੂਟ ਮਾਰਨੇ ਮਰਨਾ। ਅਕਾਲੀ ਦਲ ਦਾ ਪ੍ਰਧਾਨ ਹੈ। ਢਿੱਡੋਂ ਕਾਲੀ ਹੈ, ਰੂਹ ਤੋਂ ਕਾਲੀ ਹੈ, ਜੰਮੇ ਕਾਲੀ ਹੈ, ਮਰਨਾ ਕਾਲੀ ਹੈ। ਤੇ ਜੇ ਅਕਾਲੀ ਦਲ ਨੇ ਯਾਰ ਵਿਰਸਾ ਸਿੰਘ ਵਲਟੋਹੇ ਵਰਗੇ ਨੂੰ ਇੰਨਾ ਕੁਝ ਦਿੱਤਾ ਹੋਵੇ ਐਮਐਲਏ ਬਣਾਤਾ ਹੋਵੇ। 117 ਚ ਲਿਆਂਦਾ ਹੋਏ ਹਾਂਜੀ ਸਾਡੇ ਪਿੰਡ ਚ ਪਤਾ ਨਹੀਂ ਕਿੰਨੇ ਕਾ ਜਿਨ੍ਹਾਂ ਨੂੰ ਅੱਧਾ ਪਿੰਡ ਹੀ ਨਹੀਂ ਜਾਣਦਾ ਵੀ ਆ ਵੀ ਜੰਮਿਆ ਸੀਗਾ ਸਾਡੇ ਪਿੰਡ ਚ ਤੇ ਵਿਰਸਾ ਸਿੰਘ ਬਲਟੋਹਾ ਇੱਕ ਬਲਟੋਏ ਦੇ ਇੱਕ ਸੁਧਾਰਨ ਘਰ ਚ ਜੰਮ ਕੇ ਅੱਜ ਇੱਥੇ ਤੱਕ ਪਹੁੰਚਿਆ ਕਿਹਦੀ ਬਦੌਲਤ ਪਹੁੰਚਿਆ ਸ਼ਰਮਣੀ ਕਾਲੀਦੜ ਦੀ ਹੈ ਨਾ ਫਿਰ ਇੱਥੇ ਕਹਿ ਦਿੰਦੇ ਆ ਕਿ ਯਾਰ ਕਾਲੀਦੜ ਚ ਸੁਧਾਰਨ ਘਰਾਂ ਦੇ ਮੁੰਡਿਆਂ ਦੀ ਜਾਂ ਬੁੱਕਤ ਹੈ ਨਹੀਂ ਹੁਣ ਤਾਂ ਮੇਰੀ ਦਾੜੀ ਚਿੱਟੀ ਹੋ ਗਈ ਮੈਂ ਤਾਂ ਨੌਜਵਾਨ ਹੀ ਸੀਗਾ ਮੇਰੇ ਤਾਂ ਮੂੰਹ ਤੇ ਦਾੜੀ ਇਹ ਤੇ ਵਿਕਰਮ ਤੋਂ ਵੀ ਛੋਟੀ ਸੀਗੀ ਹਾਂਜੀ ਮੇਰੇ ਮੂੰ ਤੇ ਉਹਦਾ ਧਾੜੀ ਨਹੀਂ ਸੀ ਕਿ ਜਉਂ ਤਾਂ ਮੈਂ ਪੋਲਿਟਿਕਸ ਚ ਆਇਆ ਮਤਲਬ ਪੋਲਿਟਿਕਸ ਨਹੀਂ ਮੈਂ ਉਹ ਤਾਂ ਪੋਲਿਟਿਕਸ ਵਾਲੇ ਪਾਸੇ ਨਾ ਮੇਰਾ ਕੋਈ ਧਿਆਨ ਹੀ ਸੀ ਅਹੀਂ ਫੈਡਰੇਸ਼ਨ ਚ ਕੰਮ ਕਰਦੇ ਸੀਗੇ ਸੈਕਸ਼ਨ ਫੈਡਰੇਸ਼ਨ ਚ ਅਸੀਂ ਤੇ ਉਸ ਸਮੇਂ ਦੇ ਤੁਰੇ ਹੋਏ ਆ ਅੱਜ ਧਾੜੀ ਮੇਰੀ ਜ਼ਰੂਰ ਚਿੱਟੀ ਹੋ ਗਈ ਹੈ ਪਰ ਮੇਰੇ ਵਰਗੇ ਇੱਕ ਮਾਤਰ ਜਿਮੀਦਾਰ ਦੇ ਪੁੱਤ ਨੂੰ ਜੇ ਬਹੁ ਫੜ ਕੇ ਅੱਜ ਇੱਥੇ ਤੱਕ ਚੜਿਆ ਸਾਹਿਬ ਪ੍ਰਕਾਸ਼ ਸਿੰਘ ਬਾਦਲਣ ਚੜਿਆ ਜਿਹਦੇ ਬਾਰੇ ਦੇਸ਼ ਦੀਆਂ ਏਜੰਸੀਆਂ ਹਿੰਦੁਸਤਾਨ ਦੀ ਸਰਕਾਰ ਤੇ ਬੜੇ ਬੜੇ ਇੰਡੀਆ ਟੂਡੇ ਵਰਗੇ ਮੈਗਜ਼ੀਨ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਇੱਕੋ ਤੇ ਸਭ ਤੋਂ ਉੱਪਰ ਲਿਖਿਆ ਸੀਗਾ ਹਿੱਟਮੈਨ ਆ ਪਿੰਡਰਾਂ ਵਾਲੇ ਵਿਰਸਾ ਸਿੰਘ ਬਲਟੋਹਾ ਉਹ ਉਸ ਹਿੱਟਮੈਨ ਨੂੰ ਸ਼੍ਰੋਮਣੀ ਕਾਲੀਦਾਹ ਚ ਟਿਕਟ ਦੇ ਕੇ ਨਵਾਜਣਾ ਹਾਂਜੀ ਐਮਐਲਏ ਬਣਾਉਣਾ ਤੇ ਸ਼ਕਤੀ ਦੇਣਾ ਤੇ ਅੱਜ ਪਾਰਟੀ ਦੇ ਅੰਦਰ ਵੀ ਇਥੋਂ ਤੱਕ ਪੋਜੀਸ਼ਨ 'ਚ ਪਹੁੰਚਾਉਣਾ ਤੇ ਪਹੁੰਚਾਏ ਬਾਕੀ ਵੀ ਹੈ ਕਿ ਇਹਨੂੰ ਛੱਡੀ ਕਿਸਰ ਕੋਈ ਜਗਮੀਰ ਸਿੰਘ ਬਰਾੜ ਸੱਜੇ ਖੱਬੇ ਅਗਲੀ ਤਰਨ ਮੂਲ ਕਾਂਗਰਸ ਕਦੀ ਕੋਈ ਕਾਂਗਰਸ ਕਦੀ ਕੋਈ ਸ ਤੇ ਚੱਕ ਕੇ ਲੈਣ ਕੇ ਉਹਨੂੰ ਮੋੜ ਹਲਕੇ ਦੀ ਜਿੱਥੋਂ ਮੰਗੀ ਟਿਕਟ ਉੱਥੋਂ ਦੇਤੀ ਚੰਦੂ ਮਾਜਰਾ ਸਾਹਿਬ ਇੱਕ ਦੀ ਥਾਂ ਤੇ ਦੋ ਦੋ ਲੜ ਗਏ ਹਾਂਜੀ ਪਾਰਲੀਮੈਂਟ ਉਹ ਵੀ ਲੜ ਲਈ ਹਾਂਜੀ ਬਟਾਲਾ ਸਾਹਿਬ ਆ ਉਹਨਾਂ ਨੂੰ ਮਾਨਤਾ ਦਿੱਤਾ ਉਹ ਬਟਾਲਾ ਸਾਹਿਬ ਕੋਈ ਬਾਹਰ ਨਹੀਂ ਗਏ ਚੰਦੂ ਮਾਜਰਾ ਸਭ ਕੋਈ ਬਾਹਰ ਨਹੀਂ ਗਏ ਜਿਹੜੀ ਤੁਸੀਂ ਗੱਲਾਂ ਕਰਦੇ ਮਾਨਤਾ ਕੋਣ ਨੇ ਫਿਰ ਕੋਈ ਬਾਹਰ ਨਹੀਂ ਗਿਆ ਇਹ ਵਾਲੀ ਬਾਹਰ ਨਹੀਂ ਗਿਆ ਸਾਬ ਇੱਥੇ ਇੱਥੇ ਚੱਲਣਗੇ ਸਾਡਾ ਛੋਟਾ ਵੀਰ ਆ ਹਾਂ ਜੇ ਕਿਸੇ ਨੂੰ ਨਹੀਂ ਨੀਤੀ ਚੰਗੀ ਲੱਗਦੀ ਕਾਲੀ ਦਲ ਦਾ ਨਹੀਂ ਚੰਗਾ ਲੱਗਦਾ ਪਰ ਮੈਂ ਇੱਕ ਬੇਨਤੀ ਕਰੂੰ ਜ਼ਿੰਦਗੀ 'ਚ ਜ਼ਿੰਦਗੀ 'ਚ ਗगन ਇੱਕ ਅਸੂਲ ਰੱਖਿਆ ਜੀ ਤੁਸੀਂ ਮੇਰੇ ਛੋਟੇ ਵੀਰਾਂ ਵਰਗੇ ਜੋ ਬੱਚਿਆਂ ਵਰਗੇ ਜੇ ਕਿਸੇ ਦਾ ਕੋਈ ਆਸਾਨ ਹੋਏ ਨਾ ਆਸਾਨ ਫਰਮੁਸ਼ ਨਾ ਬਣਿਆ ਪਰ ਜ਼ਿੰਦਗੀ ਵੀ ਲੱਗਦੀ ਲਾ ਦੇ ਕੀ ਪੈਂਦਾ ਇੱਥੇ ਜ਼ਿੰਦਗੀਆਂ ਢਾ ਕੇ ਇੱਥੇ ਹਰ ਕਨੇ ਤੁਰ ਜਾਣਾ ਇਹ ਤੇ ਹੋਵੇ ਕਿ ਸੱਜਣਾ ਨਿਵੇ ਆ ਸੱਜਣਾ ਨਿਵੇ ਆ ਮਾਨੂੰ ਇਸ ਗੱਲ ਦਾ ਸਕੂਨ ਤੇ ਰੋਟੀ ਤੇ ਖਾਈ ਜਾਣੀ ਹੈ ਕਹਣਾ ਕੀ ਇਹ ਦਾਲ ਫੁਲਕੇ ਖਾਣਾ ਤੁਹਾਨੂੰ ਅੱਜ ਪ੍ਰੈਸ ਕਾਨਫਰੈਂਸ ਇਹ ਕਿਉਂ ਕਹਿਣਾ ਪਿਆ ਕਿ ਭਾਜਪਾ ਨਾਲ ਦਿੱਲੀ 'ਚ ਮੀਟਿੰਗਾਂ ਚੱਲ ਰਹੀਆਂ ਨੇ ਇਹ ਦੇਖੋ ਦੁੱਖ ਹੁੰਦਾ ਜੇ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ ਨਾ ਮੈਨੂੰ ਵੀ ਪ੍ਰੋਬਲਮ ਹੈ ਤੇ ਆਪਾਂ ਮੈਂ ਪ੍ਰਧਾਨ ਨੂੰ ਦੱਸ ਸਕਦਾ ਆ ਕਿ ਪ੍ਰਧਾਨ ਸਾਹਿਬ ਮੇਰੀ ਥੋੜੀ ਜਿਹੀ ਪ੍ਰੋਬਲਮ ਹੈ ਤੁਸੀਂ ਹੱਲ ਕਰ ਸਕਦੇ ਤਾਂ ਠੀਕ ਹੈ ਤੇ ਨਹੀਂ ਤੇ ਮੈਂ ਮੈਨੂੰ ਇਜਾਜ਼ਤ ਦੇ ਦਿਓ ਥੋੜੀ ਬਹੁਤੀ ਪਾਰਟੀ ਦੇ ਅੰਦਰ ਸਭ ਕੁਝ ਚੱਲ ਜਾਂਦਾ ਤੇ ਜੇ ਪਾਰਟੀ ਦੇ ਪ੍ਰਧਾਨ ਦੇ ਜਾਂ ਮੇਰੇ ਵਰਗਿਆਂ ਦੇ ਜਾਂ ਜਨਤਾ ਦੇ ਕੰਨਾਂ 'ਚ ਆਵਾਜ਼ ਪਵੇ ਫਿਰ ਗਲਤ ਮਾੜੀ ਹੈ ਨਾ ਤੇ ਜੇ ਹੁਣ ਮੇਰੇ ਵਰਗਾ ਗੱਲਾਂ ਕਰੀ ਜਾਵੇ ਜੀ ਮੈਨੂੰ ਇਸ ਚੀਜ਼ ਤੋਂ ਲੰਭਾ ਆ ਹਾਂਜੀ ਫਲਾਣੇ ਬੰਦੇ ਦੇ ਤੇ ਮੈਂ ਮੇਰੀ ਰੂਹ ਨਹੀਂ ਕਰਦੀ ਉਹਨੂੰ ਜੱਫੀ ਪਾਉਣ ਲਈ ਮੈਂ ਟਾੜੇ ਸਾਹਮਣੇ ਦੇਖੀ ਜਾਵਾਂ ਤੇ ਬਾਅਦ ਚ ਮੈਂ ਬਹਿ ਕੇ ਜਾ ਕੇ ਉਹਦੇ ਨਾਲ ਜਾ ਕੇ ਮਟਰ ਪਨੀਰ ਵੀ ਖਾਵਾਂ ਤੇ ਫਿਰ ਗੱਲਤ ਨਹੀਂ ਨਾ ਬਣਦੀ ਤੁਸੀਂ ਆਲੀ ਦੀ ਗੱਲ ਕਰ ਰਹੇ ਨਹੀਂ 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 ਮੈਂ ਆਲੀ ਸਾਹਿਬ ਮੇਰਾ ਛੋਟਾ ਵੀਰ ਆ ਮੇਰਾ ਜੇ ਸਾਡੇ ਦੇ ਦੇ ਘੋਟ ਛੋਟਾ ਵੀਰ ਆ ਬੜਾ ਮੇਹਰ ਤੇ ਕੌਣ ਕਰ ਰਿਹਾ ਬੀਜੇਪੀ ਨਾਲ ਕੌਣ ਮੀਟਿੰਗਾਂ ਕੌਣ ਕਰ ਰਿਹਾ ਮੈਂ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਲਿਆ ਯਾਰ ਉਹਨੂੰ ਪੁੱਛ ਰਿਹਾ ਤੁਸੀਂ ਸਾਰੇ ਜਾਣਦੇ ਤੁਹਾਨੂੰ ਉਹ ਜਾਣਦਾ ਤੁਸੀਂ ਦੱਸੋ ਨਾ ਤੁਹਾਡਾ ਕਿਹੜਾ ਲੀਡਰ ਕਿਹੜਾ ਲੀਡਰ ਜਾ ਕੇ ਮੈਂ ਤਾਂ ਮੀਟਿੰਗਾਂ ਕਰ ਰਿਹਾ ਮੈਂ ਤਾਂ ਇੰਡੀਕੇਸ਼ਨ ਦਿੱਤੀ ਉਹਨੂੰ ਵੀ ਪਤਾ ਲੱਗਿਆ ਹੋਣਾ ਉਹਨੂੰ ਇਹ ਵੀ ਪਤਾ ਲੱਗ ਗਿਆਣਾ ਕਿ ਪਾਰਟੀ ਪ੍ਰਧਾਨ ਤੱਕ ਗੱਲ ਪਹੁੰਚ ਗਈ ਹੈ ਹਾਂਜੀ ਤੇ ਜੇ ਉਹਨੂੰ ਸਮਝਣਾ ਹੋ ਸਮਝੂਗਾ ਨਹੀਂ ਤੇ ਫਿਰ ਜਗਮੀਤ ਭਰਾਣ ਦਾ ਜ਼ਿਕਰ ਕਰ ਰਹੇ ਹਾਂ ਜਗਮੀਤ ਭਰਾਣ ਜੀ ਮੇਰਾ ਵੱਡਾ ਮੇਰਾ ਸੀਨੀਅਰ ਹੈ ਮੇਰਾ ਫੈਡਰੇਸ਼ਨ ਚੋਂ ਸੀਨੀਅਰ ਹੁੰਦਾ ਸੀਗਾ ਹਾਂਜੀ ਮੈਂ ਉਹਦੇ ਥੱਲੇ ਕੰਮ ਕੀਤਾ ਫੈਡਰੇਸ਼ਨ ਦੇ ਵਿੱਚ ਕੱਲ ਤੁਸੀਂ ਕਹਿ ਰਹੇ ਸੀ ਜਾਬਤੇ ਚ ਰਹੋ ਨਹੀਂ ਮੈਂ ਜਾਬਤਾ ਮੈਂ ਕਹੀ ਮੈਂ ਤੇ ਹੁਣ ਕੀ ਨਾ ਕਿ ਵਿਰਸਾ ਸਿੰਘ ਬਲਟੋਹਾ ਇਹ ਤਾਂ ਕਹੀ ਜਾਵੇ ਜੀ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪਾਰਟੀ ਦਾ ਜਾਬਤੇ ਚ ਰਹਿਣਾ ਚਾਹੀਦਾ ਹੈ ਤਾਂ ਮੈਂ ਆ ਵੀ ਜਾ ਕੇ ਪਾਰਟੀ ਦੇ ਜਾਬਤ ਤੇ ਜਿਉਂਡਾਈ ਜਾਵਾਂ ਜਾਂ ਮੈਂ ਕਹਾਂ ਕਿ ਵਿਕਰਮ ਜਾਬਤ ਤੇ ਰਹਿਣਾ ਹੈ ਹਾਂਜੀ ਤੇ ਆ ਮੈਂ ਉਹਦੇ ਸੱਚੇ ਖੱਬੇ ਚਲੀ ਜਾਵਾਂ ਇਹ ਮੈਂ ਆਪਣੇ ਆਪ ਤੇ ਲਾ ਕੇ ਗੱਲ ਕੀਤੀ ਸੀਗੀ ਇਸ ਕਰਕੇ ਮੈਂ ਤਾਂ ਕਿਸੇ ਨੂੰ ਕਹਿੰਦਾ ਨਹੀਂਗਾ ਫਰਕ ਪਊਗਾ ਫਰਕ ਪਊਗਾ ਤੁਹਾਨੂੰ ਜੇ ਇਹ ਬਾਗੀ ਧੜਾ ਵਕ ਹੋ ਜਾਂਦਾ ਨਹੀਂ ਕੋਈ ਵਕ ਨਹੀਂ ਹੁੰਦਾ ਸਾਰੇ ਨਾਲ ਜੇ ਕੁਝ ਮੈਂਬਰ ਵਿੱਚੋਂ ਵਕ ਹੋ ਜਾਂਦਾ ਨਹੀਂ ਕੋਈ ਨਹੀਂ ਜੀ ਦੇਖੋ ਮੇਰਾ ਖਿਆਲ ਹੈ ਜਿਹੜੇ ਹਲਾਤਾ ਚੋਂ ਕਾਲੀਦਾ ਲੰਘਿਆ ਆ ਤੁਸੀਂ ਦੱਸੋ ਜਿਹੜੇ ਆਮ ਆਦਮੀ ਪਾਰਟੀ ਵਾਲੇ ਜਿੱਤ ਕੇ ਆਏ ਆ ਇਹ ਲੀਡਰ ਜਿੱਤ ਕੇ ਆਏ ਲੀਡਰ ਜਿੱਤ ਕੇ ਆਇਆ ਤੁਸੀਂ ਵੀ ਜਾਣਦੇ ਜੇ ਮੇਰੇ ਖਿਆਲ ਜਿਹਨੂੰ ਮੇਰੇ ਅਖੇ ਪਿੰਡ ਚ ਨਹੀਂ ਜਾਣਦਾ ਉਹ ਇੱਥੇ ਬਣ ਗਿਆ ਸਾਡੇ ਦੇ ਉੱਥੇ ਇਹੋ ਜਿਹੇ ਬਣਿਆ ਜਿਹਦੇ ਬੂਥ ਵੀ ਨਹੀਂ ਲਗਾ ਜਿਹਦੀ ਕਿਹਨੇ ਵੋਟਾਂ ਵੀ ਨਹੀਂ ਆਖੀਆਂ ਲੈ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜੀ ਹੁਣ ਗੱਲ ਪਤਾ ਨਹੀਂ ਦੂਰ ਤੱਕ ਚੱਲ ਜੇ ਪੁੱਠੀ ਪੈ ਜੇ ਮਹਿੰਗੀ ਪੈ ਜੇ ਵੇਖੀ ਜਾਊਗੀ ਲੁਧਿਆਣੇ ਤੋਂ ਇੱਕ ਬੀਬੀ ਸੀ ਉੱਥੋਂ ਜਿਹੜੇ ਹੋਰ ਪਾਰਟੀ ਦੇ ਉਮੀਦਵਾਰ ਸੀਗੇ ਉਹਨਾਂ ਵੇਖਿਆ ਆਹ ਬੀਬੀ ਬੜਾ ਤੇਜੀ ਹੈ ਤੂੰ ਸਾਂਝੀ ਸੀ ਉਹਨੂੰ ਕਿਹਾ ਬੀਬੀ ਤੂੰ ਅੱਗੇ ਲੱਗ ਤੇਰੀ ਗਰਾਉਂਡ ਬਣਾਉਣੇ ਤੂੰ ਆ ਆਮ ਆਦਮੀ ਪਾਰਟੀ ਦੀ ਟਿਕਟ ਲਿਆ ਤੇ ਉਹ ਕਹਿੰਦੀ ਮੈਨੂੰ ਕਿਨੇ ਦੇਣੀ ਹੈ ਉਹਦੇ ਚਲੋ ਉਹਨਾਂ ਗਰਾਉਂਡ ਗ੍ਰਾਂਟ ਜੀ ਬਣਾ ਕੇ ਝਾੜ ਕੇ ਆਪਦੇ ਬੰਦੇ ਬੰਦੇ ਜਿੰਦਾਬਾਦ ਜਿੰਦਾਬਾਦ ਫਰਾਨੀ ਬੀਬੀ ਜਿੰਦਾਬਾਦ ਕਰਕੇ ਉਹਨੂੰ ਪ੍ਰੋਜੈਕਟ ਕਰਤਾ ਅੱਛਾ ਉਹਨੂੰ ਟਿਕਟ ਮਿਲ ਗਈ ਟਿਕਟ ਲੈ ਕੇ ਉਹ ਸਿੱਧੀ ਉਸ ਉਮੀਦਵਾਰ ਦੇ ਉਸ ਪਾਰਟੀ ਦੇ ਆਗੂ ਦੇ ਘਰੇ ਚਲੇ ਗਈ ਜੀ ਟਿਕਟ ਮਿਲ ਗਈ ਹੈ ਆ ਤੇ ਚਲੇ ਇਸ ਤਰ੍ਹਾਂ ਕਰ ਆ ਪੈਸੇ ਕੋਈ ਫੜ ਥੋੜੇ ਬਤੇ ਇਸ਼ਤਿਹਾਰ ਇਸ ਤੁਰਛਪ ਵਾਲਾ ਤੇ ਸਵੇਰੇ 2-3 ਘੰਟੇ ਬਾਅਦ ਜਾ ਕੇ ਲਾ ਆਇਆ ਕਰ ਤੇ ਫਿਰ ਘਰੇ ਆਇਆ ਕਰ ਉਹਦੀ ਠੀਕ ਹੈ ਜੀ 7 ਵਜੇ ਨੇ ਲੈ ਬੀਬੀ ਨੂੰ ਆਣ ਕੇ ਉਹ ਵਲੰਟੀਅਰ ਜੇ ਸੀਗੇ ਜਿਹੜੇ ਪਤਾ ਨਹੀਂ ਕਿੱਥੋਂ ਪੈਦਾ ਹੋਏ ਉਹਨੂੰ ਕਹਿੰਦੇ ਬੀਬੀ ਆਪਾਂ ਚੱਲੀਏ ਉਹ ਕਹਿੰਨੀ ਕੋਈ ਨਹੀਂ ਚੱਲਦੇ ਆ ਚਲਾਉਨੇ ਆ ਉਹਨੇ ਦੇਨੇ ਤਰ੍ਹਾਂ ਕੱਢ ਦੇਣਾ ਹਾਂਜੀ ਤੇ ਜਿਹੜਾ ਜਿੱਤ ਕੇ ਬੈਠਾ ਹੈਗਾ ਜਿਹੜਾ ਕਹਿੰਦਾ ਹੈਗਾ ਕਿ ਕੋਈ ਨਹੀਂ ਬੀਬੀ ਆਪਣੀ ਹੈ ਇਹਨੂੰ ਆਪਾਂ ਹੀ ਖੜਿਆ ਕੀਤਾ ਆ ਉਹ ਉਹ ਉਹਦੇ ਵਾਲੀ ਜਿਹੜੀ ਹੈ ਬਾਟੀ ਮਾਂ ਜਗੇ ਤੇ ਬੀਬੀ ਉਹ ਐਮਐਲਏ ਬਣ ਗਈ ਉਹ ਮੇਰਾ ਹੈ ਛੀਨਾ ਦੀ ਗੱਲ ਕਰ ਰਹੀ ਹਾਂ ਨਹੀਂ ਨਹੀਂ ਮੈਂ ਛੀਨਾ ਛੁਨਾ ਮੈਨੂੰ ਨਹੀਂ ਪਤਾ ਛੀਨਾ ਕਿ ਛੀਨਾ ਆ ਮੈਨੂੰ ਨਹੀਂ ਪਤਾ ਇਹ ਗੱਲ ਦਾ ਚਲੋ ਤੁਹਾਨੂੰ ਜਿਆਦਾ ਪਤਾ ਦਤੂਂ ਜਾਂਦੇ ਨਹੀਂ ਬੀਬੀ ਦਾ ਜ਼ਿਕਰ ਕਿ ਲੁਧਿਆਣੇ ਦੇ ਵਿੱਚੋਂ ਬੀਬੀ ਛੀਨਾ ਹੀ ਹੋਣੀ ਜਿਹੜੇ ਨੇ ਉਹੀ ਜਿੱਤੇ ਨੇ ਨਹੀਂ ਪਤਾ ਨਹੀਂ ਕਿ ਲੁਧਿਆਣੇ ਦੀ ਗੱਲ ਹੈ ਕਿ ਕਿੱਥੋਂ ਦੀ ਗੱਲ ਹੈ ਤੁਸੀਂ ਲੁਧਿਆਣੇ ਦਾ ਕਹਿ ਰਹੇ ਹੋ ਅੱਛਾ ਮੇਰੇ ਮੂੰਹ ਲੁਧਿਆਣੇ ਦੇ ਗੱਲ ਗਾਣਾ ਚਲੋ ਸਿੱਧੀ ਗੱਲ ਸਿੱਧਾ ਜਵਾਬ ਤੁਹਾਡਾ ਇੱਕ ਦੋ ਸਵਾਲ ਲੇਕਿਨ ਹੋਰ ਨਹੀਂ ਮੈਂ ਚਾਹੁੰਦਾ ਕਿ ਜੇ ਮੈਂ ਕਹਿੰਦਾ ਚਿੱਟੇ ਦਾ ਕਿਉ ਇਹ ਸਵਾਲ ਜ਼ਰੂਰ ਸਵਾਲ ਹੋਣਾ ਚਾਹੀਦਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਬਾਹਰ ਆਏ ਆ ਔਰ ਜੇਲ੍ਹ ਦੀ ਬਾਹਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਸੀਗੇ ਲੈਣ ਵਾਸਤੇ ਤੁਸੀਂ ਵੀ ਮੁਲਾਕਾਤ ਕਰਕੇ ਚਾਹੀਦਾ ਆਏ ਉਹਨਾਂ ਦੇ ਨਾਲ ਕਿਵੇਂ ਦੇਖਦੇ ਹੋ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਨਾਲ ਵਲਟੋਹਾ ਸਭ ਕਿੰਨਾ ਇੱਕ ਫਰਕ ਪਾਊਗਾ ਲੱਗਦਾ ਤੁਹਾਨੂੰ ਦੇਖੋ ਵਿਕਰਮ ਸਿੰਘ ਮਜੀਠੀਆ ਇੱਕ ਉਹ ਚਿਹਰਾ ਆ ਉਹ ਆਗੂ ਆ ਇੱਥੇ ਬਹਿਜੂਗਾ ਨਾ ਤੇ ਆਪਾਂ ਤਿੰਨਾਂ ਨੇ ਮਹਿਸੂਸ ਕਰਨਾ ਸਾਡੇ ਚ ਆਗੂ ਬੈਠਾ ਸਾਡੇ ਚ ਕੋਈ ਪਰਸਨੈਲਿਟੀ ਬੈਠੀ ਹੈ ਸਾਡੇ ਚ ਕੋਈ ਸ਼ਖਸੀਅਤ ਬੈਠੀ ਹੈ ਉਹ ਬੰਦਾ ਹੈ ਜਿੱਚ ਖਿੱਚ ਹੈ ਉਹਦੀ ਪਰਸਨੈਲਿਟੀ ਕਰਕੇ ਉਹਦੀ ਅਗਵਾਈ ਕਰਕੇ ਉਹਦੇ ਕੰਮ ਦੇ ਤਰੀਕੇ ਕਰਕੇ ਉਹ ਉਹ ਉਹਦੇ ਚ ਕੁਦਰਤੀ ਹੈ ਰੱਬ ਨੇ ਬਖਸ਼ੀ ਹੈ ਕਿਉਂਕਿ ਜਾਂ ਤੇ ਪਰਿਵਾਰ ਦੀ ਆਪਾਂ ਗੱਲ ਕਰ ਲਈ ਕਿ ਉਹ ਪਰਿਵਾਰ ਹੈ ਉਹ ਉਹਦੇ ਨਾਲ ਕੁਦਰਤੀ ਜਿਹੜਾ ਹੈ ਜਿਹੜੇ ਲਾਟਾਂ ਚੋਂ ਅੱਜ ਲੋੜ ਸੀ ਅੱਜ ਕੱਲੇ ਕੱਲੇ ਸਿਪਾਹੀ ਨੂੰ ਜਰਨੈਲ ਬਣਦੀ ਲੋੜ ਹੈ ਤੇ ਜੇ ਜਰਨੈਲ ਹੀ ਤੁਹਾਡਾ ਸਿਖਾਂ ਦੇ ਪਿੱਛੇ ਹੋਵੇ ਤੇ ਜੇ ਉਹ ਮੈਦਾਨ ਚ ਜਾਵੇ ਤੇ ਫਿਰ ਤੇ ਕੁਦਰਤੀ ਹੁੰਦਾ ਫਾਇਦਾ ਹੀ ਨਹੀਂ ਬਹੁਤ ਵੱਡਾ ਨਾ ਕਿਉਂਕਿ ਕਾਲੀ ਦਲ ਨੂੰ ਕਿਹ ਵੀ ਬਹੁਤ ਡੈਂਟ ਪਿਆ ਹੈ ਬਲਤੋਹਾ ਸਾਹਿਬ ਚੱਟੇ ਨੂੰ ਲੈ ਕੇ ਵੀ ਇਹ ਕਾਲੀ ਦਲ ਨੂੰ ਬਹੁਤ ਲੋਕਾਂ ਨੇ ਇਸ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਤੁਸੀਂ ਪੰਜਾਬ ਦੀ ਜਵਾਨੀ ਖਾ ਗਏ ਕਾਲੀ ਦਲ ਪੰਜਾਬ ਦੀ ਜਵਾਨੀ ਖਾ ਗਿਆ ਔਰ ਬਿਕਰਮ ਸਿੰਘ ਮਜੀਠੀਆ ਨੂੰ ਸਪੈਸੀਫਿਕ ਟੈਗ ਕਰਕੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਦੇਖੋ ਗगन ਸੱਚੀ ਨਾ ਕਹੀ ਰਹਿਰਦਾਰ ਹੁੰਦਾ ਇਹ ਕਾਲੀ ਦਲ ਚਲੋ ਕਾਲੀ ਦਲ ਚ ਕਈ ਬੰਦੇ ਹੋ ਸਕਦੇ ਮੇਰੇ ਅਰਗੇ ਜਿਨ੍ਹਾਂ ਚ ਕੋਈ ਕਮੀ ਹੋਵੇ ਬਿਕਰਮ ਸਿੰਘ ਮਜੀਠੀਆ ਨੂੰ ਮੈਂ ਮੇਰਾ ਖਿਆਲ ਹੈ ਕਿ ਲਗਭਗ 1997-98 ਤੋਂ ਜਾਣਦਾ ਜਦੋਂ ਸੁਖਬੀਰ ਜੀ ਨੇ ਥੋੜੀ ਐਕਟਿਵ ਪੋਲਿਟਿਕ ਸ਼ੁਰੂ ਕੀਤੀ ਸੀ ਜੀ ਔਰ ਫਿਰ ਮੇਰੀ 2004 ਦੇ ਵਿੱਚ ਬਹੁਤ ਨੇੜਤਾ ਹੋ ਗਈ ਜਦੋਂ ਇਹ ਮਜੀਠੇ ਸ਼ਿਫਟ ਕਰਦੇ ਤੇ ਉਸ ਅੰਮ੍ਰਿਤਸਰ ਉਦੋਂ ਜਿਲ੍ਹਾ ਇੱਕੋ ਹੁੰਦਾ ਸੀ ਸਾਡਾ ਤਰਨਤਾਰਨ ਤੇ ਜੇ ਸਭ ਤੋਂ ਵੱਧ ਨੇੜਤਾ ਸੀ ਤੇ ਮੇਰੇ ਨਾਲ ਸੀਗੇ ਮੇਰੇ ਤਾਂ ਬਹੁਤ ਰਿਲਾਇ ਕਰਦੇ ਸੀਗੇ ਵਿਸ਼ਵਾਸ ਕਰਦੇ ਸੀਗੇ ਮੈਂ ਉਸ ਬੰਦੇ ਨੂੰ ਨੇੜਿਓਂ ਦੇਖਿਆ ਨਿਤਨੇਮ ਦਾ ਪੱਕਾ ਸੋਚ ਦਾ ਪੱਕਾ ਮਰਿਆਦਾ ਦਾ ਪੱਕਾ ਔਰ ਉਹਦੀ ਰਸੋਈ ਦੇ ਵਿੱਚ ਹੋਰ ਤਾਂ ਕਿਧਰੇ ਕੁਝ ਰਹਿ ਗਿਆ ਆਂਡਾ ਵੀ ਨਹੀਂ ਬਣ ਸਕਦਾ ਉਹਨਾਂ ਦੇ ਘਰ 'ਚ ਕੋਈ ਸ਼ਰਾਬ ਦੀ ਬੋਤਲ ਵੀ ਨਹੀਂ ਖੜ ਸਕਦਾ ਪੀਣੀ ਤਾਂ ਕਿਧਰੇ ਰਹਿ ਗਈ ਉਹ ਪਰਿਵਾਰ ਹੈ ਹਾਂਜੀ ਜਿੱਥੇ ਬਾਣੀ ਦਾ ਪ੍ਰਵਾਹ ਚੱਲਦਾ ਉਹਦੇ ਘਰੇ ਵੀ ਅੱਠੇ ਪੈਰ ਸੁਖਨੀ ਸਾਹਿਬ ਦਾ ਜਾਪ ਗ੍ਰੰਥੀ ਸਿੰਘ ਕਰਦੇ ਸੀਗੇ ਜਿੱਥੇ ਜਿੱਥੇ ਸਵੇਰੇ ਦਿਨ ਚ ਰਹਿ ਸ਼ੁਰੂ ਕਰਨੀਆਂ ਤੇ ਬਿਕਰਮ ਸਿੰਘ ਮਜੀਠੀਆ ਨੇ ਅਰਦਾਸ ਕਰਕੇ ਰਾਤ ਦੇ 2:00 ਵਜ ਗਏ ਨਾ ਤੇ ਜੇ ਉਹਦਾ ਨਿਤਨੇਮ ਰਹਿੰਦਾ ਤੇ ਭਾਵੇਂ ਉਹਨੂੰ 4:00 ਵਜਣ ਉਹਨੇ ਆਪਦਾ ਨਿਤਨੇਮ ਪੂਰਾ ਕਰਕੇ ਫਿਰ ਸੋਣਾ ਇਸ ਤਰ੍ਹਾਂ ਦਾ ਬੰਦਾ ਆ ਪਰ ਕੀ ਪਤ ਨਹੀਂ ਕਰਮਾਂ ਦਾ ਲੇਖਾ ਜੋਖਾ ਆ ਹਾਲਾਤ ਬਣਾ ਦੇ ਟਾਰਗੇਟ ਕਰਤਾ ਨਿਸ਼ਾਨਾ ਮਿਥ ਕੇ ਹਾਂਜੀ ਉਹਦਾ ਸ਼ਿਕਾਰ ਹੋਇਆ ਅੱਜ ਰੌਲਾ ਪੈ ਰਿਹਾ 2013 ਤੋਂ ਲੈ ਕੇ 8 ਸਾਲ ਹੋ ਗਏ ਜੀ 8 ਸਾਲਾਂ ਚ ਕੇਵਲ ਉਹਦੇ ਵਿਰੁੱਧ ਕੂੜ ਪ੍ਰਚਾਰ ਤੋਂ ਇਲਾਵਾ ਜੋ ਅੱਜ ਹਾਈ ਕੋਰਟ ਨੇ ਵਰ ਦਿੱਤਾ ਹੈ ਜਮਾਨਤ ਤੇ ਫੈਸਲਾ ਦਿੱਤਾ ਹੈ ਜੋ ਟਿੱਪਣੀਆਂ ਕੀਤੀਆਂ ਆ ਜਿਹੜੇ ਲੋਕ ਗੱਲਾਂ ਕਰਦੇ ਫਿਰ ਉਹਨਾਂ ਨੂੰ ਸ਼ਰਮਣਾ ਮਰਨਾ ਚਾਹੀਦਾ ਨਾ ਮਾਫੀ ਮੰਗਣੀ ਚਾਹੀਦੀ ਹੈ ਨਾ ਜਿੱਤਰਾ ਕੇਜਰੀਵਾਲ ਨੇ ਮਾਫੀ ਮੰਗੀ ਸੀ ਤੁਹਾਨੂੰ ਸ਼ਾਇਦ ਨਹੀਂ ਪਤਾ ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਸੀ ਨਾ ਜੀ ਪਤਾ ਤੇ ਮੇਰੇ ਤੱਕ ਪਹੁੰਚ ਕੀਤੀ ਸੀ ਅੱਛਾ ਮੇਰੇ ਕੋਲ ਹੀ ਆਏ ਸੀ ਸਾਡਾ ਖਿਹੜਾ ਛਿੜਾ ਦੇ ਸਾਡੇ ਕੋਲ ਗਲਤੀ ਹੋ ਗਈ ਮੈਂ ਬਿਕਰੂ ਸਮਝੀਠੀਆਂ ਨੂੰ ਕਹਾਂ ਯਾਰ ਉਹ ਨਿਵੇੜਨਾ ਚਾਹੁੰਦੇ ਆ ਅੰਧ ਜਰ ਛਾਡੇ ਗੱਲਾਂ ਗੁਣਾ ਕਰਨ ਵਾਲੇ ਬੜੇ ਚਲਾਕ ਲਾ ਲਈ ਇਹਨਾਂ ਤੋਂ ਬਾਅਦ ਇਹਨਾਂ ਦੀ ਗੱਲਾਂ ਗੁਲਾ ਜਨਾਏ ਇਹਨਾਂ ਨੇ ਕਿ ਪਾਸੇ ਹੁਣ ਮੈਂ ਕਿਹਾ ਯਾਰ ਜੇ ਕੋਈ ਗੱਲ ਵਾਲੇ ਪਾਸੇ ਹੁਣ ਆਪਣੇ ਮੁਤਾਬਕ ਤੇ ਗੱਲ ਕਰ ਲੈਣੀ ਚਾਹੀਦੀ ਹੈ ਚਲੋ ਮੈਂ ਉਹਨੂੰ ਮਨਾਵਨ ਨੂੰ ਕਿ ਜੀ ਮੈਂ ਚਲਾ ਗਿਆ ਚਲੋ ਗੱਲ ਨੇਪਰੇ ਚੜ ਗਈ ਜੀ ਅਸੀਂ ਮਾਫੀ ਮੰਗਦੇ ਉਹ ਕਹਿੰਦੇ ਜੀ ਸ਼ਬਦ ਸਾਡੇ ਮੁਤਾਬਕ ਬਿਕਰਮ ਸਿੰਘ ਜੀਠਿਆ ਕਹਿੰਦੇ ਜੀ ਸ਼ਬਦ ਮੇਰੇ ਮੁਤਾਬਕ ਆਪ ਡਰਾਫਟ ਕਰਕੇ ਚਿੱਠੀ ਦਿੱਤੀ ਉਹਦੇ ਤੇ ਇੱਥੋਂ ਤੱਕ ਹੋਇਆ ਕਿ ਮੰਨ ਗਏ ਕਿ ਅਸੀਂ ਸਵੇਰੇ ਚਿੱਠੀ ਉਹ ਕੋਰਟ 'ਚ ਪੇਸ਼ ਕਰ ਲਾਂਗੇ ਜਦੋਂ ਕੋਰਟ 'ਚ ਲੈ ਕੇ ਆਏ ਉਹਦੇ 'ਚ ਫਿਰ ਫਰਕ ਸੀ ਗਿਆ ਸਭ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਤਾਂ ਨਹੀਂ ਜੀ ਤੁਸੀਂ ਜਾਓ ਆਪਾਂ ਦੇਖਾਂਗੇ ਅਦਾਲਤ 'ਚ ਉਹ ਬੰਦੇ ਮੇਰੇ ਨਾਲ ਸੰਪਰਕ ਸੀਗੇ ਉਹ ਵਾਪਸ ਜਾਣ ਤਾਂ ਹਾਂ ਮਾਰਨ ਦੀ ਕਰੋ ਕੁਛ ਜੀ ਸੜਨ ਬੇੜ ਦਿਓ ਮੈਂ ਕਿਹਾ ਯਾਰ ਜਿ ਨਵੇੜਨਾ ਜੇ ਨਾ ਤਰਾ ਤਮਰਸਰ ਰੋ ਚਲੋ ਮੈਂ ਬਿਕਰਮ ਨੂੰ ਕਿਹਾ ਮਣਾਇਆ ਮਣਿਆ ਮੈਂ ਕਿਹਾ ਇੱਕ ਅਦਾ ਸ਼ਬਦ ਇਧਰ ਉਧਰ ਕਰ ਲਈਏ ਆਂ ਤਾਂ ਕੋਈ ਨਹੀਂ ਵਿਚਾਰਦੇ ਫਿਰ ਸੋਸ ਸਾਜ ਕੇ ਰਾਤ ਦੇ 12 ਵਜੇ ਤੱਕਹੀਂ ਲੱਗੇ ਰਹੇ ਮੈਨੂੰ ਕਹਿੰਦਾ ਨਹੀਂ ਯਾਰ ਇੱਕ ਸ਼ਬਦ ਗਾਂ ਪਛਾਣੀ ਹੋਣਾ ਆ ਲੈ ਇੱਕ ਸ਼ਬਦ ਹੋਰ ਵਾਦਾ ਕਰ ਦਿੰਨੇ ਆ ਹਾਂਜੀ ਇੱਕ ਸ਼ਬਦ ਹੋਰ ਸਖਤ ਜਿਹਾ ਪਾਦਾ ਤੇ ਸਖਤ ਜਿਹਾ ਪਾਦਾ ਤੇ ਮੇ ਮੇਰੇ ਨਾਲ ਇਹਨਾਂ ਦਾ ਸ਼ੀਸ਼ਕਤਾਨ ਸੀਗਾ ਮੇਰੇ ਨਾਲ ਉਹ ਸੰਪਰਕ ਸੀਗਾ ਮੈਂ ਮੈਨੂੰ ਸ਼ੀਸ਼ਕਤਾਨ ਨੇ ਕਿਹਾ ਜੀ ਜਦੋਂ ਤੁਸੀਂ ਰਾਤ ਨੂੰ ਡਿਸਾਈਡ ਕਰ ਲੈਂਦੇ ਜੀ ਤੇ ਮੈਨੂੰ ਤੁਸੀਂ ਵਟਸਐਪ ਕਰ ਦਿਆ ਜੀ ਕਿਉਂਕਿ ਮੈਂ ਰਾਤ ਵੀ ਨਹੀਂ ਸੁੱਤਾ ਤੇ ਦਿਨੇ ਵੀ ਨਹੀਂ ਸੁੱਤਾ ਤੇ ਮੈਂ ਰਾਤ ਸੌਣਾ ਹਾਂ ਮੈਂ ਕਿਹਾ ਠੀਕ ਹੈ ਮੈਂ ਉਹਨੂੰ ਕਰ ਦਿੱਤਾ ਮੈਂ ਕਿਹਾ ਜੀ ਇਹ ਫਾਈਨਲ ਹੈ ਜੇ ਮਨਜ਼ੂਰ ਆ ਤੇ ਮੈਨੂੰ ਸਵੇਰੇ ਫੋਨ ਕਰ ਲਿਆ ਜੇ ਜੇ ਨਹੀਂ ਮਨਜ਼ੂਰ ਤਾਂ ਆ ਦੀ ਫਲਾਈਟ ਫਲ ਤਬਾਖਤ ਉਹਦਾ ਜੀ ਸਵੇਰੇ ਮੈਨੂੰ 5 ਵਜੇ ਫੋਨ ਆ ਗਿਆ ਸਾਨੂੰ ਮਨਜ਼ੂਰ ਹੈ ਜੀ 9 ਵਜੇ ਤੱਕ ਚਿੱਠੀ ਬਣ ਕੇ ਅੰਮ੍ਰਿਤਸਰ ਆ ਗਈ ਸਾਡੇ ਬੰਦੇ ਦੇ ਹਵਾਲੇ ਕਰਤੀ ਵਿਕਰਮ ਸਿੰਘ ਮਜੀਠੀਆ ਇਹੋ ਜਿਹਾ ਬੰਦਾ ਆ ਨਾਉ ਡਰਨ ਵਾਲਾ ਐ ਨਾ ਝਕਣ ਵਾਲਾ ਔਰ ਜੇ ਉਹਨੂੰ ਟਾਰਗੇਟ ਕੀਤਾ ਗਿਆ ਇਸ ਕਰਕੇ ਮਿਥਕੇ ਕੀਤਾ ਗਿਆ ਕਿ ਵਿਰੋਧੀਆਂ ਨੂੰ ਡਾਰੋ ਦੇ ਤੂੰ ਸੀ ਵਿਰੋਧੀ ਉਹਦੇ ਤੋਂ ਡਰਦੇ ਸੀ ਹੁਣ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਕਿਆ ਕੀ ਜਾਂਦਾ ਹੈ ਚਾਹ ਭਗਵੰਤ ਮਾਨ ਆ ਚਾਹ ਆਮ ਆਦਮੀ ਪਾਰਟੀ ਵਾਲੇ ਚਾਹ ਕਾਂਗਰਸ ਵਾਲੇ ਚਾਹ ਦੂਜੇ ਆ ਤੇ ਜੇ ਆ ਬਾਦਰਾਂ ਨੂੰ ਪਾਸੇ ਕਰਦੇ ਹੋ ਜੀ ਅਕਾਲੀ ਦਲ ਨੂੰ ਬਚਾਉਣਾ ਹੈ ਤੇ ਤੁਸੀਂ ਅਕਾਲੀ ਦਲ ਤੇ ਮੈਂ ਕਿੱਥੋਂ ਆ ਗਏ ਤੁਸੀਂ ਅਕਾਲੀ ਦਲ ਦੇ ਵਿਰੋਧੀ ਜੇ ਤੁਹਾਡੇ ਆ ਤੇ ਚੰਗਾ ਜੇ ਕਿ ਬਾਦਲ ਅਗਵਾਈ ਕਰਦੇ ਤੇ ਅਕਾਲੀ ਦਲ ਕਮਜ਼ੋਰ ਹੁੰਦਾ ਤੁਸੀਂ ਕਿਵੇਂ ਬਾਦਲਾਂ ਦੇ ਮਤਲਬ ਰੱਖ ਕੇ ਤੇ ਤੁਹਾਨੂੰ ਤਾਂ ਫਾਇਦਾ ਆ ਕਿਉਂ ਕਹਿੰਦੇ ਆ ਉਹਨਾਂ ਨੂੰ ਪਤਾ ਜੇ ਬਾਦਲ ਪਾਸੇ ਹੋ ਗਏ ਅਕਾਲੀ ਦਲ ਚ ਕੋਈ ਕਮਾਂਡ ਕਰਨ ਵਾਲਾ ਹੈ ਨਹੀਂ ਖਖੜੀਆਂ ਕਰੇਲੇ ਹੋ ਜੂ ਤੇ ਜੇ ਹੁਣ ਗਾਂ ਜਿਹੜਾ ਆ ਜੇ ਡਰਿਆ ਇਸ ਖੇਤਰੀ ਪਾਰਟੀ ਤੋਂ ਡਰਿਆ ਇਸ ਪੰਜਾਬ ਦੀ ਉਸ ਸੋਚ ਤੋਂ ਡਰਿਆ ਜਿਹਦੇ ਨਾਲ ਲੋਕ ਜੁੜੇ ਹੋਏ ਆ ਠੀਕ ਹੈ ਤਰਾ ਚੜਾ ਆ ਗਿਆ ਲੋਕਾਂ ਨੇ ਟਾਰਗੇਟ ਕਰਤਾ ਨਿਸ਼ਾਨਾ ਮਿਥ ਕੇ ਹੁਣ ਤੁਸੀਂ ਦੱਸੋ ਜੋ ਹਾਈ ਕੋਰਟ ਦਾ ਹੁਕਮ ਆਇਆ ਉਦੋਂ ਬਾਅਦ ਕਿਸ ਨੂੰ ਗੱਲ ਕਰਨ ਦਾ ਅਧਿਕਾਰ ਹੈਗਾ ਕਾਂਗਰਸ ਤਾਂ ਕਰ ਰਹੀ ਹੈ ਕਾਂਗਰਸ ਕਹਿੰਦੀ ਅਸੀਂ ਤਾਂ ਚਲਾਨ ਪੇਸ਼ ਕਰਤਾ ਸੀ ਅਸੀਂ ਤਾਂ ਅੰਦਰ ਕਰਤਾ ਰੰਧਾਵਾ ਹੀ ਕਹਿ ਰਹੇ ਨੇ ਕਹਿੰਦੇ ਕਿ ਆਮਾਦੀ ਪਾਰਟੀ ਚੰਗੇ ਤਰੀਕੇ ਨਾਲ ਸਬੂਤ ਨਹੀਂ ਪੇਸ਼ ਕਰ ਪਈ ਮੈਨੂੰ ਦੱਸੋ ਕਿਹੜੇ ਬੰਦੇ ਨੂੰ ਅੰਦਰ ਕਰਨਾ ਮੈਨੂੰ ਪਾਵਰ ਦਿਓ ਪਾਵਰ ਦਿਓ ਕਲਮਦੀ ਕਿਹੜੇ ਬੰਦੇ ਨੂੰ ਅੰਦਰ ਕਰਨਾ ਸਾਫ਼ ਤੋਂ ਸਾਫ਼ ਦੁੱਧ ਧੋਤੇ ਨੂੰ ਮੈਂ ਅੰਦਰ ਕਰ ਦੂੰ ਇਸੇ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਕਹਿੰਦੇ ਕਿ ਕਾਲੀਆਂ ਨੇ ਕਾਂਗਰਸੀਆਂ ਨੇ ਪਰਚਾ ਪੋਲਿਟਿਕਸ ਕੀਤੀ ਹੈ ਖਾਸ ਕਰਕੇ ਕਾਲੀਆਂ ਨੇ ਮੈਂ ਕਹਿਆ ਜੀ ਮੈਂ ਕਹਿਆ ਸਾਡਾ ਦੱਸੋ ਤਾਂ ਸਹੀ ਸਾਡਾ ਗਣਾ ਹੀ ਇਹੀ ਹੈ ਕੱਲ ਮੇਰੀ ਨਾ ਕਿਸੇ ਚੈਨਲ ਦੇ ਉੱਤੇ ਇਹ ਵਰਸ਼ਨ ਚੱਲ ਰਿਹਾ ਸੀ ਵਿਕਰਮ ਮਜੀਠੀਆ ਜੀ ਦੀ ਜ਼ਮਾਨਤ ਨੂੰ ਲੈ ਕੇ ਤੇ ਦੂਸਰੇ ਬੰਦੇ ਸੁੱਕੀ ਦਾ ਦਾਵਾ ਸੀ ਹਾਂਜੀ ਤੇ ਉਹ ਵੰਡ ਟੈਪ ਪੋਲਿਟਿਕਸ ਦੀ ਗੱਲ ਗੁਦਰਤੀ ਚੱਲਣੀ ਸੀਗੀ ਉਹ ਐਂਕਰ ਕਹਿਣ ਲੱਗੀ ਕਿ ਰੰਧਾਵਾ ਸਾਹਿਬ ਇਹ ਵਨ ਡਾਟਾ ਪੋਲਿਟਿਕਸ ਦੇ ਗੱਲ ਕਰ ਰਹੇ ਆ ਆਂਦਾ ਨਹੀਂ ਜੀ ਤੇ ਸਾਰਾ ਕੁਝ ਹੀ ਤੱਥਾਂ ਤੇ ਇਹ ਜੀ ਉਹ ਜੀ ਫਲਾਣ ਦੀ ਢਿੰਗ ਜੀ ਚਲੋ ਮੇਰੀ ਵਾਰੀ ਆ ਗਈ ਮੈਂ ਕਿਹਾ ਬੀਬਾ ਰੱਬ ਮੈਨੂੰ ਜ਼ਿੰਦਗੀ ਦੇਵੇ ਸਾਡੀ ਲੀਡਰਸ਼ਿਪ ਨੂੰ ਜ਼ਿੰਦਗੀ ਦੇਵੇ ਤੇ ਰੰਧਾਵਾ ਸਾਹਿਬ ਨੂੰ ਜ਼ਿੰਦਗੀ ਦੇਵੇ ਤੇ ਰੱਬ ਲਿਆਵੇ ਸਮਾਂ ਤੇ ਮੈਂ ਕਿਹਾ ਇਹੀ ਰੰਧਾਵਾ ਸਾਹਿਬ ਕਹਿਣਗੇ ਕਿ ਵਨ ਡਾਟਾ ਪੋਲਿਟਿਕਸ ਹੈ ਮੇਰੇ ਨਾਲ ਮੈਂ ਇਹ ਇਹੀ ਕਹਿਣਗੇ ਫਿਰ ਲੱਗ ਪਿਆ ਅਗਲੇ ਬਣੂ ਅਗ ਬਬੂ ਲਾਜ ਹੋਗੇ ਤੁਸੀਂ ਡਰਾਉਂਦੇ ਜੇ ਧਮਕਾਉਂਦੇ ਜੇ ਤੁਸੀਂ ਗੁੰਡਾਗਰਦੀ ਕਰਦੇ ਜੀ ਮੈਂ ਸਾਡਾ ਗਨਾ ਹੀ ਇਹੀ ਹੈ ਅਸੀਂ ਗੁੰਡਾਗਰਦੀ ਕੀਤੀ ਨਹੀਂ ਅਹੀਂ ਤੁਸੀਂ ਅਕਾਲੀਆਂ ਦੀ ਸ਼ਰਾਫਤ ਵੇਖੀ ਐ ਤੇ ਜੇ ਅਸੀਂ ਗੁੰਡਾਗਰਦੀ ਕੀਤੀ ਹੁੰਦੀ ਤੇ ਮੱਖਾ ਸੁੱਕੀ ਰੰਦਾਵਾ ਤੇਰੀ ਜੁਰਤ ਨਾ ਪੈਂਦੀ ਜਿੱਥੋਂ ਤੱਕ ਤੂੰ ਗਿਆ ਨਾ ਤੇਰੀ ਜੁਰਤ ਨਾ ਪੈਂਦੀ ਜੇ ਕਾਲੀਆਂ ਨੇ ਗੁੰਡਾਗਰਦੀ ਕੀਤੀ ਹੁੰਦੀ ਇਹ ਤਾਂ ਕਿਤੇ ਕੱਖ ਨਹੀਂ ਜੇ ਸੱਤਾ ਚਾਹੀ ਤਾਂ ਫਿਰ ਦਿਖਾਉਂਗੇ ਨਹੀਂ ਸੱਤਾ ਜੀ ਇਹ ਫਸਣਗੇ ਜੀ ਜੋ ਹੈ ਨਾ ਚੰਦ ਚੜਿਆ ਵੇਖੇ ਦੇ ਵਿੱਚ ਡੀਜੀਪੀ ਅੰਦਰ ਜਾਊਗਾ ਵਿੱਚ ਜਿਹੜੇ ਜਿਹੜੇ ਅਫਸਰਾਂ ਨੇ ਇਹਦੇ ਵਿੱਚ ਫੁੱਲ ਬੂਟੇ ਪਾਏ ਆ ਇਹ ਹੈ ਹਾਈਕੋਰਟ ਦਾ ਮਾਮਲਾ ਕੋਰਟ ਨੇ ਕਰਨਾ ਆ ਕੋਰਟ ਦਾ ਕੋਰਟ ਦੀ ਇਹਨਾਂ ਦੇ ਉੱਪਰ ਤੋਂ ਆ ਵਾਰਡਿਕਟ ਆ ਜਿਹੜਾ ਮੰਨ ਲਓ ਅਜੇ ਲੰਮਾ ਪ੍ਰੋਸੀਜਰ ਆ ਇੱਕ ਪ੍ਰਕਿਰਿਆ ਆ ਉਹ ਟ੍ਰਾਇਲ ਚੱਲਣਾ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਜਿਹੜਾ ਆ ਵਾਰਡਿਕਟ ਆ ਉਹ ਕੀਤੇ ਤੇ ਟਿੱਪਣੀਆਂ ਮਕਦਮਾ ਦਰਜ ਕਰਨ ਵਾਲਿਆਂ ਤੇ ਇਨਵੈਸਟੀਗੇਸ਼ਨ ਕਰਨ ਵਾਲਿਆਂ ਤੇ ਇੱਕ ਬੰਦੇ ਨੂੰ ਤੁਸੀਂ 9 ਮਹੀਨੇ ਹਾਸ ਕਰੋ ਅਦਾਲਤ ਕਾਦੇਸ ਤੇ ਬਿਠੀ ਹੈ ਅਦਾਲਤ ਨੇ ਜੋ ਟਿੱਪਣੀਆਂ ਕੀਤੀਆਂ ਆ ਜੋ ਫੈਸਲਾ ਦਿੱਤਾ ਆ ਜੋ ਵਿੱਚ ਸਖਤ ਸ਼ਬਦ ਵਰਤੇ ਨੇ ਇਨਵੈਸਟੀਗੇਸ਼ਨ ਰਹੀ ਪੰਜਾਬ ਦੀ ਸਰਕਾਰ ਲਈ ਪੰਜਾਬ ਦੀ ਸਰਕਾਰ ਨੂੰ ਜਦੋਂ ਬਹਿਸ ਹੁੰਦੀ ਰਹੀ ਤੁਸੀਂ ਤਾਂ ਉੱਥੇ ਹੁੰਦੇ ਹੋਗੇ ਯਾਰ ਅੰਦਰੀ ਕੋਰਟ ਤੇ ਹੁੰਦੇ ਹੋਗੇ ਨਾ ਕੋਰਟ ਕਹਿੰਦੀ ਰਹੀ ਹੈ ਸਰਕਾਰ ਨੂੰ ਸਰਕਾਰ ਵੱਲੋਂ ਜਿਹੜੇ ਵਕੀਲ ਵੱਡੇ-ਵੱਡੇ ਦਿੱਲੀੋਂ ਨੇ ਆਉਂਦੇ ਰੇ ਪਤਨ ਕਿਨੇ-ਕਿਨੇ ਦਿੰਦੇ ਰਿਹਾ 20 ਲੱਖ ਦਿੰਦੇ ਰੇ ਕਿ ਹਾਂਜੀ ਪੇਸ਼ੀ ਦਾ ਦਿੰਦੇ ਰੇ ਆ ਪੰਜਾਬ ਦਾ ਪੈਸਾ ਜਿਹੜਾ ਆ ਹਾਂਜੀ ਉੱਥੇ ਸਵਾਲ ਕੀ ਕਰਨਾ ਕੋਰਟ ਨੇ ਕਿ ਲਿਆਓ ਜੀ ਸਬੂਤ ਲਿਆਓ ਐਵਿਡੈਂਸ ਐਵਿਡੈਂਸ ਲਿਆਓ ਨਹੀਂ ਜੀ ਸਬੂਤ ਕੋਈ ਨਹੀਂ ਹੈਗਾ ਲੱਭ ਰਹੇ ਆ ਜਿਸ ਬੰਦੇ ਨੂੰ 2013 ਦਾ ਕੇਸ ਆ 2021 ਆ ਗਿਆ ਮੁਕਦਮਾ ਦਰਜ ਕੀਤੇ ਨੂੰ ਤੁਹਾਨੂੰ 8-9 ਮਹੀਨੇ ਹੋ ਗਏ ਆ ਤੁਹਾਡੇ ਕੋਲੇ ਰੰਚਕ ਮਾਤਰੇ ਇੱਕ ਨੋ ਜਿੰਨਾ ਵੀ ਤੁਹਾਡੇ ਕੋਲੇ ਸਬੂਤ ਹੈਨੇਗਾ ਤਾਂ ਉਸ ਬੰਦੇ ਨੂੰ ਤੁਸੀਂ ਕਹਿੰਦੇ ਜੀ ਅਸੀਂ ਅੰਦਰ ਰੱਖਣਾ ਹੈ ਦੇਖੋ ਚਿੱਟੇ ਤੇ ਕਾਲਾ ਸ਼ਬਦ ਹੈ ਇੱਕ ਚਿੱਟੇ ਤੇ ਖਾਲਾ ਆਮ ਕਰਕੇ ਆਪਣੇ ਪਿੰਡਾਂ 'ਚ ਭਾਜਾ ਵਰਤੀ ਜਾਂਦੀ ਹੈ ਯਾਰ ਚਿੱਟੇ ਤੇ ਕਾਲਾ ਪੈ ਜੈਣਾ ਫਿਰ ਨਿਭੜਨਾ ਔਖਾ ਹੁੰਦਾ ਇਹ ਚਿੱਟੇ ਤੇ ਕਾਲਾ ਪਾ ਕੇ ਇਹਨਾਂ ਨੇ ਕੀਤਾ ਸਾ ਵਿਕਰਮ ਸਮਝੀ ਠੀਏ ਨੋ ਜਿਸ ਦ੍ਰਿੜਤਾ ਨਾਲ ਉਹ ਜੇਲ੍ਹ ਕੱਟ ਕੇ ਆਇਆ ਹੈ ਨਾ ਗਰਮੀ ਤੋਂ ਹਾਂ ਵੇਖੀ ਹੈ ਨਾ ਉਹ ਗਰਮੀ ਕੱਟ ਕੇ ਆਇਆ ਚਲੋ ਅਹੀਂ ਤਾਂ ਬੜਾ ਕੁਝ ਦੇਖਿਆ ਹੈ ਜ਼ਿੰਦਗੀ 'ਚ ਹਾਂਜੀ ਪਰ ਰੱਬ ਕੇ ਨੂੰ ਵਿਖਾਵੇ ਨਾ ਉਹਨੂੰ ਇੱਥੋਂ ਤੱਕ ਕਿ ਜਿਹੜੇ ਕਈ ਸਹੂਲਤਾਂ ਅੰਦਰ ਦੇ ਸਕਦੇ ਸੀ ਉਹਨੂੰ ਕਹਿੰਦੇ ਜੀ ਤੁਹਾਨੂੰ ਮੰਜਾ ਦੇ ਦਿੰਨੇ ਆ ਬੈੱਡ ਦੇ ਦਿੰਨੇ ਆ ਤੁਹਾਡੀ ਖਾਾਕ ਵੱਖਰੀ ਲਾ ਦੇਣੇ ਆ ਹਾਂਜੀ ਤੁਹਾਨੂੰ ਬਾਹਰ ਹਸਪਤਾਲ ਦਾਖਲ ਕਰਾ ਦੇਣੇ ਆ ਉਹਨੇ ਕਿਹਾ ਨਾ ਮੈਂ ਇਹ ਚਰਚਾ ਨਹੀਂ ਸੁਣੀ ਕਿ ਬਿਕਰਮਸੂ ਮਜੀਠੀਆ ਨੇ ਕਿਤੇ ਕਮਜ਼ੋਰੀ ਦਿਖਾਈ ਸੀਗੀ ਇੱਕ ਤਾਨਕੇ ਅੰਦਰ ਗਿਆ ਭਾਵੇਂ ਠੀਕਾ ਤੇ ਇਲਜ਼ਾਮ ਇਹੋ ਜਿਹਾ ਲੱਗਾ ਕਿ ਉਹਦੀ ਰੂਰ ਹੁੰਦੀ ਹੋਊਗੀ ਉਹਦਾ ਟੱਬਰ ਹੁੰਦਾ ਹੋਊਗਾ ਉਹਦੀ ਮਾਂ ਨੂੰ ਰੋਂਦਿਆ ਮੈਂ ਦੇਖਿਆ ਕਿ ਸਾਡੇ ਉੱਤੇ ਕਿਹੋ ਜਿਹਾ ਰੱਬਾ ਦੋਸ਼ ਲਾਈ ਹਾਂਜੀ ਪਰ ਉਸ ਬੰਦੇ ਨੇ ਜਿਸ ਦ੍ਰਿੜਤਾ ਨਾਲ ਕੱਟੀ ਹੈ ਤੇ ਸ਼ਾਇਦ ਉਹਨੂੰ ਦ੍ਰਿੜਤਾ ਇਸ ਕਰਕੇ ਮਿਲੀ ਹੋਵੇ ਕਿ ਉਹ ਭਾਈ ਰਾਜਵਾਨ ਦੇ ਨਾਲ ਸੀ ਉਹਥੇ ਸੀ ਫਾਂਸੀ ਚੱਕੀਆਂ ਸੀਗੇ ਤੇ ਭਈ ਰਜਵਣਾਰ ਕੀ ਤੇ ਦਿਰ ਤੱਕ ਇਹਨੇ ਰੱਬ ਕੇ ਵਿਰਲੇ ਨੂੰ ਬਖਸ਼ਦਾ ਜਾਂ ਇਹੋ ਜਿਹੇ ਸਾਡੇ ਯੋਧੇ ਆ ਉਹਨਾਂ ਨੂੰ ਬਖਸ਼ਦਾ ਕੁਦਰਤੀ ਜੇਲ ਦੇ ਵਿੱਚ ਆਹੀ ਜੇਲਾ ਕਟੀਆਂ ਨੇ ਪਰ ਕੱਲਾ ਕੱਲਾ ਦਿਨ ਵੰਦੇ ਰਹਿਦਾ ਯਾਰ ਕੋਈ ਸਬਾਬ ਬਣੇ ਬਾਹਰ ਜਾਈਏ ਸਬਾਬ ਬਣੇ ਬਾਹਰ ਜਾਈਏ ਹਾਂਜੀ ਆਸਾਂ ਸਾਨੂੰ ਵੀ ਆਣੀ ਸੀ ਬਾਹਰ ਆਵਾਂਗੇ ਪਰ ਰੱਬ ਨੇ ਸਬਾਬ ਬਣਾਤੇ ਆਗੇ ਕੇਸ ਨਿਬੜ ਗਏ ਕੋ ਚੱਕਰ ਇਸ ਤਰ੍ਹਾਂ ਦੇ ਚੱਲ ਗਏ ਸਾਡੇ ਖੜੇ ਛੁੱਟ ਗਏ ਇਹਨਾਂ ਦੇ ਤਾਂ ਛੁੱਟਦੀ ਨਜ਼ਰ ਨਹੀਂ ਆਉਂਦੇ ਅਜਿਓ ਦ੍ਰਿੜਤਾ ਚ ਨਹੀਂ ਉਹਦੇ ਵਾਰ ਵੇਖ ਕੇ ਫਿਰ ਕੁਦਰਤੀ ਹੈ ਕਿ ਤੁਹਾਡੀ ਸੋਚ ਚੰਗੀ ਹੋ ਫਿਰ ਤੁਹਾਨੂੰ ਬੰਦਾ ਦ੍ਰਿੜਤਾ ਵਾਲਾ ਟੱਕਰ ਜੇ ਤਾਂ ਤੁਹਾਨੂੰ ਆਪਣੇ ਆਪ ਹੀ ਦ੍ਰਿੜਤਾ ਹੁੰਦੀ ਹੈ ਹੁਣ ਮੇਰੀ ਇੰਨੀ ਇੱਕ ਬੇਨਤੀ ਹੈ ਕੌਮ ਦੇ ਬਣੋ ਯਾਰ ਆਪਣੀ ਸੰਸਥਾਵਾਂ ਅੱਜ ਉਥੇ ਕਾਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਦੇ ਕੋਲੇ ਆ ਕੱਲ ਨੂੰ ਕਿਹਦੇ ਕੋਲੇ ਹੋਣੀ ਹੈ ਹਾਂਜੀ ਅੱਜ ਦਮਦਮੇ ਟਿਕਸਾਲ ਦਾ ਮੁਖੀ ਕੌਣ ਆ ਕੱਲ ਨੂੰ ਕਿੰਨੇ ਹੋਣਾ ਆ ਅਕਾਲ ਤਖਤ ਸਾਡੀ ਸੁਪਰੀਮ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮੈਂ ਤੁਹਾਨੂੰ ਦਾਦਾ ਜਿਹੜਾ ਅੱਜ ਪ੍ਰਧਾਨ ਆ ਹੋ ਸਕਦਾ ਹੈ ਕਿ ਪਹਿਲੇ ਪ੍ਰਧਾਨਾਂ ਤੋਂ ਮੈਨੂੰ ਵੀ ਕੋਈ ਸ਼ ਜੋ ਅੱਜ ਪ੍ਰਧਾਨ ਹੈ ਨਰੋਲ ਗੁਰਸਿੱਖ ਜਿਹੜਾ ਆਪਦੀ ਗੱਡੀ 'ਚ ਹੀ ਤੇਲ ਖੁਦ ਪਾਉਂਦਾ ਹੈ ਆਪਦੀ ਗੱਡੀ ਖੁਦ ਵਰਤਦਾ ਹੈ ਹਾਂਜੀ ਉਸ ਬੰਦੇ ਤੇ ਵੀ ਜੇ ਤੁਸੀਂ ਕਿੰਤੂ ਪਰੰਤੂ ਕਰੀ ਜਾ ਹਾਂਜੀ ਇਸ ਕਰਕੇ ਜਿਹੜਾ ਆ ਜਿਹੜੀ ਵਧੀਆ ਚ ਉਹਨੂੰ ਸਲਾਹ ਉਹਦਾ ਸਹੀ ਵੀ ਚੰਗਾ ਯਾਰ ਵਧੀਆ ਬੰਦਾ ਲੈਂਦਾ ਹੈ ਇਸ ਕਰਕੇ ਜਿਹੜਾ ਆ ਇਹਨਾਂ ਸੰਸਥਾਵਾਂ ਨੂੰ ਬਚਾਈਏ ਤੁਹਾਡਾ ਵੱਡਾ ਬੜਾ ਵੱਡਾ ਰੋਲ ਆ ਲੋਕੀ ਤੁਹਾਨੂੰ ਸੁਣਦੇ ਆ ਦੇਖਦੇ ਆ ਤੇ ਅਸਰ ਵੀ ਹੁੰਦਾ ਇਹਨਾਂ ਗੱਲਾਂ ਦਾ ਇਹੀ ਗੱਲਾਂ ਦਾ ਅਸਰ ਹੋਇਆ ਜਿਹੜਾ ਸ਼ਰੋਮ ਨਿਕਾਲੀ ਦਨ ਭੂਤਨਾ ਪਹਿ ਰਿਆ ਚੜ ਚੜ ਕੇ ਪੜੇ ਤੇ ਰਗੜਦੇ ਹੋ ਜੀ ਰਗੜਦੇ ਹੋ ਪਤਾ ਨਹੀਂ ਕਿੱਥੇ ਮੋਰੇ ਬਹਿ ਕੇ ਸਮਝੌਤੇ ਕਰਦੇ ਰਹੇ ਕਰੋਉਂਦੇ ਰਹੇ ਹੁਣ ਬਖਸ਼ੋ ਜੀ ਸਾਰੇ ਰਲ ਮਿਲ ਕੇ ਮੈਂ ਤਾਂ ਅਜੇ ਉੱਥੇ ਗਿਆ ਹੀਗਾ ਮੈਂ ਆ ਜਾਂ ਝੁਰੂ ਜਾ ਰਹਿ ਗਿਆ ਮੂੰਹ ਨਾਲ ਦੇ ਲਾਲ ਆਇਆ ਗਿਆ ਚਲੋ ਉਹ ਬਲਟਵਾ ਸਾਹਿਬ ਇੱਕ ਇੱਕ ਸ਼ਬਦ ਹੋਊਗਾ ਔਰ ਤੁਸੀਂ ਮੈਂ ਚਾਹਨਾ ਕਿ ਇੱਕ ਇੱਕ ਲਾਈਨ ਦਾ ਹੀ ਜਵਾਬ ਦੇਉ ਤਾਂ ਸਿਰਫ ਇੱਕ ਸ਼ਬਦ ਦਾ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਸੁਭੀਰ ਸਿੰਘ ਬਾਦਲ ਜਿੰਨਾ ਵੀ ਪ੍ਰਾਊਡ ਕੀਤਾ ਜਾਵੇ ਉਸ ਮਨੁੱਖ ਤੇ ਜਿੰਨਾ ਵੀ ਮਾਣ ਕੀਤਾ ਜਾਵੇ ਉਹਨਾਂ ਥੋੜਾ ਕਉਕ ਮੋਂ ਬਹੁਤ ਨੀੜੀਆਂ ਦੇਖਿਆ ਉਹਦੀ ਪਰਸੈਪਸ਼ਨ ਗਲਤ ਬਣੀ ਗਈ ਹੈ ਉਹਦੇ ਬਾਰੇ ਪ੍ਰਚਾਰ ਗਲਤ ਕੀਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਯਾਰ ਇਹਦੇ ਦਰਸ਼ਨ ਕੀਤੇ ਯਾਰ ਰੂਹ ਖੁਸ਼ ਹੋ ਜੇ ਹਾਂਜੀ ਤੇ ਜਿਹੜਾ ਨਾਮ ਬਾਣੀ ਦਾ ਰਸੀਆ ਹੋਵੇ ਤੇ ਮੇਰੇ ਅਗਨ ਤੋਂ ਵੈਸੇ ਚੰਗਾ ਲੱਗਦਾ ਹੈ ਤੇ ਜਿਹੜਾ ਜਿਹਦੇ ਬਾਰੇ ਵਿਰੋਧੀ ਵੀ ਅਜਤਿੰਦਰ ਪੰਨੂ ਮੈਂ ਬਿਲਕੁਲ ਉਹਨੂੰ ਲਾਈਕ ਨਹੀਂ ਕਰਦਾ ਤੁਹਾਡਾ ਹੀ ਹੈ ਹਾਂਜੀ ਉਹੋ ਜਿਹੇ ਬੰਦੇ ਨੂੰ ਜਿੱਦੀ ਸਿਫਤ ਕਰਨੀ ਪਵੇ ਕਿ ਵਧੀਆ ਬੰਦਾ ਯਾਰ ਧਾਕੜਿਆ ਯਾਰਾਂ ਦਾ ਯਾਰ ਆ ਨਾਲ ਨਿਬਨ ਆ ਲਿਆ ਤੇ ਫਿਰ ਜਿਹੜਾ ਇਹੋ ਜਿਹਾ ਬੰਦਾ ਹੋਵੇ ਯਾਰ ਉਹਦੀ ਤਾਂ ਕਦਰ ਕਰਨੀ ਚਾਹੀਦੀ ਸੁਜਿੰਦਰ ਰੰਦਾਵਾ ਦੇਖੋ ਮੈਂ ਕਹਿੰਦਾ ਪੋਲਿਟਿਕਸ ਕਰੋ ਪਰ ਜ਼ਹਿਰੀਲੀ ਨਾ ਕਰੋ ਜਿਸ ਕਦਰ ਦੀ ਉਹਨੇ ਸ਼ਕਤੀ ਦੀ ਦਰਉਰਤਾਂ ਕੀਤੀ ਹੈ ਦੇਖੋ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਇਹ ਪਤਾ ਨਹੀਂ ਲੱਗਦਾ ਜ਼ਿੰਦਗੀ ਦੇ ਵਿੱਚ ਤੇ ਬਹੁਤ ਨੈਗੇਟਿਵ ਸੋਚ ਹੈ ਔਰ ਇਸ ਕਰਕੇ ਵੀ ਸ਼ਾਇਦ ਉਹਦੇ ਬਾਪ ਨੇ ਸ੍ਰੀ ਹਰਮੰਦਰ ਸਾਹਿਬ ਤੇ ਹੋਏ ਹਮਲੇ ਨੂੰ ਦਾ ਵੈਲਕਮ ਕੀਤਾ ਉਹਨੂੰ ਜਸਟੀਫਾਈਟ ਕਰਾਇਆ ਉਹਦੇ ਵਾਸਤੇ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਸ਼ਾਇਦ ਉਹ ਖੂਨ ਆ ਉਸ ਖੂਨ ਕਰਕੇ ਪਾਉ ਸਾਡਾ ਇਹੋ ਜੇ ਚੰਦ ਚੜੀ ਜਾਂਦਾ ਹੈ ਚਰਨਜੀਤ ਚੰਨੀ ਯਾਰ ਉੱਤੇ ਕੁਦਰਤੀ ਦਾ ਦੂਜਾ ਲੱਗ ਗਿਆ ਪਤਨੀ ਐਮਐਲਏ ਬਣ ਗਿਆ ਉੱਤੇ ਚਮਕੌਰ ਸਾਹਿਬ ਵਿੱਚ ਕੋਈ ਸਾਡੇ ਉਸ ਭਾਈਚਾਰੇ ਚੋਂ ਸ਼ਾਇਦ ਕੋਈ ਜਰਾ ਐਡਾ ਸਰਗਰਮ ਨਾ ਹੋਵੇ ਪੈਸਾ ਵੀ ਉਹਦੇ ਕੋਲ ਹੈਗਾ ਸੀ ਹੋਰ ਵੀ ਸਾਧਨ ਹੋਣਗੇ ਬਣ ਗਿਆ ਪਰ ਇੱਕ ਵੀ ਅਗਵਾਈ ਵਾਲੀ ਗੱਲ ਜਿਹੜੀ ਹੈ ਜਿੱਥੇ ਤਹਾਡਾ ਵਿਜ਼ਨ ਨਜ਼ਰ ਆਉਂਦਾ ਹੋਵੇ ਤੁਹਾਡੀ ਸੋਚ ਨਜ਼ਰ ਆਉਂਦੀ ਹੋਵੇ ਯਾ ਡਰਾਮੇ ਕੀਤਿਆਂ ਥੋੜੀ ਗੱਲ ਬਣਦੀ ਐ ਮੈਂ ਬੱਕਰੀ ਚੋੜ ਲੈਣਾ ਜੀ ਮੈਂ ਮੰਜਾ ਬੁਣ ਲੈਣਾ ਜੀ ਹਾਂਜੀ ਮੈਂ ਟੋਕਾ ਗੇੜ ਲੈਣਾ ਜੀ ਤੇ ਹੁਣ ਵਿਰਸਾ ਹੋਂ ਬਲਟੋਆ ਕਵੇ ਜੀ ਅਸੀਂ ਤੇ ਮੱਝੀਆਂ ਨੁਹਾਉਂਦੇ ਰਹੇ ਹਾਂ ਜੀ ਡੰਗਰ ਚਾਰਦੇ ਰਹੇ ਹਾਂ ਜੀ ਸੂਹਾਂ ਇਹਨਾਂ ਹੁੰਦੇ ਰਹੇ ਇਹ ਗੱਲਾਂ ਥੋੜੀ ਜਿਹੀ ਇਹ ਤੇ ਇਹ ਤੇ ਸਾਡੀ ਜ਼ਿੰਦਗੀ ਦਾ ਜਿਹੜਾ ਪਿੰਡੂ ਕਲਚਰ ਆ ਉਹਦਾ ਇੱਕ ਹਿੱਸਾ ਆ ਤੇ ਤੁਸੀਂ ਉਹਨੂੰ ਤਮਾਸ਼ਾ ਬਣਾ ਬਣਾ ਕੇ ਅੱਛਾ ਇੱਕ ਹੋਰ ਤੁਹਾਨੂੰ ਦੱਸਾਂ ਭੂਏ ਤੋਂ ਹੀ ਵੜਾ ਚੜਿਆ ਹੈ ਆਹ ਰੋਜੀ ਚਰਨਜੀ ਸਿੰਘ ਚੰਨੀ ਜੀ ਬੜਾ ਅਮਰੀਕਾ ਬੈਠਾ ਜੇ ਪਤ ਨਹੀਂ ਕਿੰਨਿਆਂ ਨੂੰ 4 ਮਹੀਨਿਆਂ ਚ ਪਤ ਨਹੀਂ ਕਿੰਨਾ ਥੁੱਕ ਲਾ ਗਿਆ ਪੰਜਾਬ ਨੂੰ ਆ ਰੇਤਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇਖੋ ਨਵਜੋਤ ਸਿੰਘ ਸਿੱਧੂ ਕੋਲੇ ਸ਼ਬਦਾਂ ਦੀ ਮਹਾਰਤ ਹੈ ਪਰ ਉਹ ਨੂੰ ਨਾ ਇੱਕ ਮੈਂ ਪਤ ਨਹੀਂ ਉਹਦੇ ਘਰ ਦੇ ਕਿਉਂ ਨਹੀਂ ਸੋਚਦੇ ਉਹਨੂੰ ਸਿਕੈਟ੍ਰਿਕ ਨੂੰ ਦਿਖਾਉਣਾ ਚਾਹੀਦਾ ਸਾਈਕੋ ਪ੍ਰੋਬਲਮ ਮੈਂ ਨਹੀਂ ਕਹ ਲਦਾ ਉਹ ਕਰਦਾ ਉਹਦੀ ਘਰ ਦੀ ਨੂੰ ਪਤਾ ਹੈ ਉਹੀ ਪ੍ਰੋਬਲਮ ਉਹਦੇ ਅੱਗੇ ਵਧਣ ਚ ਅੜਿੱਕਾ ਬਣ ਰਹੀ ਹੈ ਮੈਂ ਉਹਦੇ ਹਮਦਰਦੀ ਵਾਸਤੇ ਕਹਿ ਰਿਹਾ ਯਾਰ ਜਿਸ ਬੰਦੇ ਨੇ ਵਿਕਰਮ ਸਮਝੀਠਿਆ ਵਰਗੇ ਨੇ ਤੇਰੇ ਸਿਰ ਐਡਾ ਆਸਾਨ ਕੀਤਾ ਹੋਵੇ ਸਾਰਾ ਸ਼ਹਿਰ ਤੂੰ ਹਰ ਗਿਆ ਹੋਵੇ ਪਾਰਲੀਮੈਂਟ ਚ 2009 ਦੇ ਵਿੱਚ ਤੇ ਤੈਨੂੰ ਇਕੱਲੇ ਮਜੀਠੇ ਨੇ ਜਿਤਾਤਾ ਹੋਵੇ ਹਾਂਜੀ ਸਾਰਾ ਕੁਝ ਜਿੰਨੀਆਂ ਤੂੰ ਪਿੱਛੇ ਸੀਗਾ ਉਹ ਇਕੱਲੀ ਉਹ ਸਾਰੇ ਬਰਾਬਰ ਕਰਕੇ ਤੇ ਲੀਡ ਵਧਾਦੀ ਹੋਵੇ ਮਜੀਠੇ ਨੇ ਤੇ ਤੂੰ ਕਿਵੇਂ ਮੇਰੇ ਛੋਟੇ ਵੀਰ ਦਾ ਮੇਰੇ ਸਿਰ ਜ਼ਿੰਦਗੀ ਭਰ ਦਾ ਆਸਾਨ ਮੇਰੇ ਚਮ ਦੀਆਂ ਜੁੱਤੀਆਂ ਬਣਾ ਕੇ ਪਾਲੇ ਤੇ ਮੇਰਾ ਆਸਾਨ ਨਹੀਂ ਲਾ ਸਕਦਾ ਤੇ ਤੂੰ ਉਹਦੇ ਵਿਰੁੱਧ ਜੋ ਕੁਛ ਸਾਸ਼ਾ ਸ਼ਾਂ ਰਚਦਾ ਰਿਹਾ ਹੈ ਤੇ ਜਿੱਥੋਂ ਤੱਕ ਜਾਂਦਾ ਰਿਹਾ ਜੋ ਤੂੰ ਪਕਾਈ ਕਰਦਾ ਰਿਆਂ ਇਹ ਕਿਸੇ ਬੰਦੇ ਦਾ ਕੀਤਾ ਹੈ ਯਾਰ ਮੈਨੂੰ ਤਾਂ ਕਹੀ ਗੱਲ ਹੁਣ ਮੈਂ ਸ਼ਬਦ ਪਕਾਈ ਵਰਤ ਗਿਆ ਨਾ ਮੇਰੇ ਮਨ ਤੇ ਬੋਝ ਬਣ ਜਾਣਾ ਯਾਰ ਫਿਰ ਵੀ ਯਾਰ ਬੜੀ ਵੱਡੀ ਸ਼ਖਸੀਅਤ ਪੰਜਾਬ ਦੀ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਹੈ ਹਾਂ ਲਾਜ ਕਰਾਉਂਦੀ ਲੋੜ ਹੁਣ ਠੀਕ ਹੈ ਵਡੂਆ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚੇ ਔਰ ਸਿੱਧੀ ਗੱਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਜੀ ਧੰਨਵਾਦ ਵਡੂਆ ਸਾਹਿਬ ਸਿੱਧੀ ਗੱਲ ਸਿੱਧੇ ਜਵਾਬ ਦੇਣ ਦੇ ਲਈ ਥੈਂਕ ਯੂ ਥੈਂਕ ਯੂ ਹਾਂ ਮ ਸਵਾਲ ਵੀ ਹੋਏ ਔਰ ਸਿੱਧੇ ਜਵਾਬ ਵੀ ਹੋਏ